ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਮੰਨਣ ਵਾਲਿਓ ਅਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸਾ ਹੋਏ ਪੰਥ ਨੂੰ ਅਤੇ ਉਸ ਪੰਥ ਦੀ ਚੜ੍ਹਦੀ ਕਲਾ ਲੋਚਣ ਵਾਲਿਓ ਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਦਾ ਜਵਾਬ ਫਤਿਹ ਨਾਲ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸ਼ੁਰੂ ਵਿੱਚ ਦੋ ਕੁ ਬੇਨਤੀਆਂ ਕਰਾਂ। ਪਹਿਲੀ ਤਾਂ ਇਹ ਕਿ ਮੈਂ ਨਾ ਡਾਕਟਰ ਹਾਂ ਅਤੇ ਨਾ ਵਿਦਵਾਨ ਹਾਂ। ਮੈਂ ਸਿਰਫ ਸਿੱਖੀ ਦਾ ਅਤੇ ਸਿੱਖੀ ਦੇ ਉਹ ਟ੍ਰੈਡੀਸ਼ਨਸ ਦਾ ਸਟੂਡੈਂਟ ਹੈਗਾ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਗਾਹਾਂ ਕਰਨ ਦੇ ਫੈਸਲੇ ਕੀਤੇ ਨੇ ਅਤੇ ਉਹ ਫੈਸਲਿਆਂ ਨੂੰ ਮੁੱਖ ਰੱਖ ਕੇ ਜਿਹੜਾ ਧਰਮਸਾਲ ਤੋਂ ਗੁਰਦੁਆਰੇ ਤਿੱਕਰ ਦਾ ਇੱਕ ਇੰਸਟੀਟਿਊਸ਼ਨ ਬਿਲਡਿੰਗ ਵਾਲਾ ਸਫ਼ਰ ਆ ਉਹਨਾਂ ਨੂੰ ਸਮਝਣ ਕੋਸ਼ਿਸ਼ ਕਰ ਰਿਹਾ। ਅੱਜ ਦਾ ਵਿਸ਼ਾ ਜਿਵੇਂ ਇੱਥੇ ਲਿਖਿਆ ਹੋਇਆ ਕਿ ਗੁਰਦੁਆਰਾ ਕੀ ਆ। ਗੁਰਦੁਆਰੇ ਤੁਹਾਨੂੰ ਤੁਸੀਂ ਪੰਜਾਬੀ ਵਿੱਚ ਸੁਣਿਆ ਹੀ ਹੋਣਾ, ਇਹ ਬੜੀ ਵੱਡੀ ਕਹਾਵਤ ਅੱਜ ਕੱਲ੍ਹ ਚਰਚਾ ਦੇ ਰੂਪ ਵਿੱਚ ਆ ਰਹੀ ਆ ਕਿ ਪਹਿਲਾਂ ਸਿੱਖ ਪੱਕੇ ਹੁੰਦੇ ਸੀ ਅਤੇ ਗੁਰਦੁਆਰੇ ਕੱਚੇ ਹੁੰਦੇ ਸੀ ਅਤੇ ਹੁਣ ਗੁਰਦੁਆਰੇ ਸਾਡੇ ਪੱਕੇ ਹੋ ਗਏ ਨੇ ਅਤੇ ਸਿੱਖ ਹੋ ਗਏ ਨੇ ਕੱਚੇ। ਗੱਲ ਇੱਥੋਂ ਹੀ ਸ਼ੁਰੂ ਕਰਨੀ ਪੈਣੀ ਆ। ਸਭ ਤੋਂ ਵੱਡਾ ਕਨਫਿਊਜ਼ਨ ਸਾਡੇ ਵਿੱਚ ਇਹ ਆ ਗਿਆ ਕਿ ਗੁਰਦੁਆਰੇ ਨੂੰ ਅਸੀਂ ਇਮਾਰਤ ਬਣਾ ਲਿਆ, ਜਿਵੇਂ ਅਸੀਂ ਅਕਾਲ ਤਖਤ ਸਾਹਿਬ ਨੂੰ ਵੀ ਸਿਰਫ ਇਸ ਇੱਕ ਇਮਾਰਤ ਦੇ ਰੂਪ ਵਿੱਚ ਹੀ ਦੇਖਦੇ ਹਾਂ। ਛੇਵੇਂ ਪਾਤਸ਼ਾਹ ਦੇ ਵੇਲੇ ਹੀ ਇਹ ਕਿਹਾ ਕਥਨ ਸ਼ੁਰੂ ਹੋ ਗਿਆ ਸੀ, ਤਖਤ ਇਜ਼ ਵੇਅਰ ਦਾ ਗੁਰੂ ਇਜ਼। ਤਖਤ ਉਹ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ 'ਤੇ ਬੈਠਾ ਗੁਰੂ ਪੰਥ ਉਸ ਮਿਸ਼ਨ ਨੂੰ ਕਾਇਮ ਰੱਖ ਰਿਹਾ। ਇਸ ਗੱਲ ਤੋਂ ਸਾਨੂੰ ਗੁਰਦੁਆਰੇ ਤਾਂ ਬੜੇ ਬਣ ਰਹੇ ਨੇ, ਅਮੈਰੀਕਾ ਵਿੱਚ ਵੀ ਇੱਥੇ ਤੁਸੀਂ 100 ਸਾਲਾਂ ਬਣਾਏ ਨੇ, US ਵਿੱਚ ਵੀ ਇਸ ਵਾਰ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਸਟੋਕਟਨ ਦੇ 100 ਸਾਲਾਂ ਗੁਰਦੁਆਰੇ ਬਣੇ ਆਉਂਦੀਆਂ। ਅੱਗੇ ਜਾ ਕੇ ਮੈਂ ਉਹਦੇ ਬਾਰੇ ਵੀ ਥੋੜ੍ਹੀ ਜਿਹੀ ਗੱਲ ਕਰਾਂਗਾ। ਹਿਸਟੋਰਿਕਲੀ ਤੁਸੀਂ ਜਦ ਗੁਰਦੁਆਰਿਆਂ ਨੂੰ ਦੇਖੋਗੇ ਤੁਸੀਂ ਦੇਖੋਗੇ ਕਿ ਉਹ ਬਹੁਤ ਛੋਟੇ ਹੁੰਦੇ ਸੀ, ਉਹਨਾਂ ਦਾ ਸਰੂਪ ਵੀ ਵਿਲੱਖਣ ਹੁੰਦਾ ਸੀ, ਉਹਦਾ ਆਰਕੀਟੈਕਚਰ ਵੀ ਕੁਛ ਹੋਰ ਹੁੰਦਾ ਸੀ। ਬਟ 1960s ਤੋਂ ਬਾਅਦ ਸਾਡੇ ਜਿਹੜੇ ਗੁਰੂ ਸਾਹਿਬਾਨ ਵੇਲੇ ਦੇ ਗੁਰਦੁਆਰੇ ਨੇ ਉਹਨਾਂ ਦਾ ਆਰਕੀਟੈਕਚਰ ਵੀ ਤੋੜ ਕੇ ਦੁਬਾਰਾ ਹੋਰ ਕਿਸਮ ਦਾ ਪੈਦਾ ਕੀਤਾ ਜਾ ਰਿਹਾ। ਸਾਨੂੰ ਇਹ ਵੀ ਦੇਖਣਾ ਪਊ 1930s ਦੀਆਂ ਪਿਕਚਰ ਸਾਡੇ ਕੋਲੋਂ ਡਿਸਕਵਰ ਹੋਈਆਂ ਨੇ ਜਿੱਥੇ ਕੇਸਗੜ੍ਹ ਸਾਹਿਬ ਇੰਟੈਕਟ ਖੜ੍ਹਾ ਇਮਾਰਤ ਦੇ ਰੂਪ ਵਿੱਚ। ਨਾ ਮੁਗਲਾਂ ਵੇਲੇ ਉਠਾਇਆ ਗਿਆ, ਨਾ ਬ੍ਰਿਟਿਸ਼ ਵੇਲੇ ਢਾਇਆ ਗਿਆ, ਹਿੰਦੁਸਤਾਨ ਦੀ ਆਜ਼ਾਦੀ ਵੇਲੇ ਵੀ ਨਹੀਂ ਢਾਇਆ ਗਿਆ। ਜਦ 6 ਵਾਰ ਅਟੈਕ ਹੋਇਆ ਅਹਿਮਦ ਸ਼ਾਹ ਅਬਦਾਲੀ ਦਾ ਉਹਨੇ ਵੀ ਨਹੀਂ ਢਾਇਆ। ਬਟ ਹਿੰਦੁਸਤਾਨ ਦੀ ਆਜ਼ਾਦੀ ਬਾਅਦ ਢਾ ਕੇ ਜਿਹੜਾ ਉਹਦਾ ਨਵਾਂ ਰੂਪ ਸਾਨੂੰ ਅੱਜ ਕੱਲ੍ਹ ਦਿਖਾਇਆ ਜਾਂਦਾ ਪੰਜਾਬ ਵਿੱਚ, ਉਹ ਬਿਲਕੁਲ ਡਿਫਰੈਂਟ ਆ। ਸੋ ਪਹਿਲੀ ਗੱਲ ਤਾਂ ਇਹ, ਗੁਰਦੁਆਰਾ ਸਿਰਫ ਇਮਾਰਤ ਨਹੀਂ ਆ, ਅਤੇ ਜੇ ਇਮਾਰਤੀ ਰੂਪ ਵੀ ਉਹਦਾ ਦੇਖਣਾ, ਉਹ ਜਿਹੜਾ ਰਿਵਿਜ਼ਨਿਜ਼ਮ ਇਸ ਵੇਲੇ ਚੱਲ ਰਿਹਾ ਉਸ ਤੋਂ ਬਾਹਰ ਆ ਕੇ ਸਾਨੂੰ ਦੇਖਣਾ ਪਊ। ਇਹੋ ਜਿਹੀਆਂ ਕੁਛ ਗੱਲਾਂ ਅਸ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਅੱਜ ਦੇ ਜਿਹੜੀ ਪ੍ਰੈਜੈਂਟੇਸ਼ਨ ਆ ਉਹਦੀ ਰੂਪਰੇਖਾ ਇੱਥੇ ਲਿਖੀ ਗਈ ਆ। ਗੁਰਦੁਆਰਾ ਗੁਰਬਾਣੀ ਮੁਤਾਬਕ ਕੀ ਆ? ਸਿੱਖਾਂ ਦੀ ਇੱਕੋ ਇੱਕ ਯੂਨੀਫਿਕੇਸ਼ਨ ਪੁਆਇੰਟ ਆ, ਉਹ ਆ ਗੁਰੂ ਗ੍ਰੰਥ ਸਾਹਿਬ। ਬਾਕੀ ਸਾਰੀਆਂ ਚੀਜ਼ਾਂ 'ਤੇ ਵੱਖਵਾਦ ਚੱਲ ਰਿਹਾ, ਦੁਫਾੜ ਪਿਆ ਹੋਇਆ। ਸੋ ਜਿਹੜੀ ਗੱਲ 'ਤੇ ਸਾਡਾ ਨਹੀਂ ਦੁਫਾੜ, ਸਭ ਤੋਂ ਜ਼ਿਆਦਾ ਜ਼ਰੂਰੀ ਹੋ ਜਾਂਦਾ ਕਿ ਉੱਥੇ ਦੇਖਿਆ ਜਾਵੇ ਕੀ ਲਿਖਿਆ ਕਿਸੇ ਵੀ ਮਸਲੇ ਬਾਰੇ। ਅਤੇ ਜੇ ਗੁਰਦੁਆਰੇ ਦੀ ਵੀ ਗੱਲ ਕਰਨੀ ਆ, ਗੁਰਦੁਆਰੇ ਦੀ ਵਿਜ਼ਨ ਕੀ ਆ, ਇਹ ਵੀ ਗੁਰੂ ਗ੍ਰੰਥ ਸਾਹਿਬ 'ਚੋਂ ਸ਼ੁਰੂ ਕਰਾਂਗੇ। ਫਿਰ ਗੁਰਦੁਆਰਾ ਹਿਸਟਰੀ ਵਿੱਚ ਕਿਵੇਂ ਡਿਵੈਲਪ ਹੋਇਆ, ਗੁਰੂ ਨਾਨਕ ਸਾਹਿਬ ਨੇ ਕਿਹੜੇ ਲੈਵਲ 'ਤੇ ਸੰਗਤਾਂ ਨੂੰ ਇਕੱਠੇ ਕਰਕੇ ਗੁਰਦੁਆਰੇ ਬਣਾਏ ਸੀ। ਵੀ ਜਦ ਇੱਕ ਰਿਵਾਈਵਲ ਮੂਵਮੈਂਟ ਸ਼ੁਰੂ ਹੋਇਆ ਅਤੇ ਭਾਈ ਕਾਨ ਸਿੰਘ ਨਾਮਾ ਨੇ ਗੁਰਦੁਆਰੇ ਬਾਰੇ ਕੀ ਲਿਖਿਆ, ਅਤੇ ਅੱਜ ਜਿਹੜੇ ਗੁਰਦੁਆਰੇ ਤੁਹਾਡੇ ਅਤੇ ਮੇਰੇ ਬਜ਼ੁਰਗਾਂ ਨੇ ਆ ਕੇ ਬਾਹਰਲੇ ਡਾਇਸਪੋਰਾ ਵਿੱਚ ਖੜ੍ਹੇ ਕੀਤੇ ਸੀ, ਉਹਨਾਂ ਨੇ ਉਸ ਵੇਲੇ ਕੀ ਕੀਤਾ? ਅਤੇ ਹੁਣ ਅਸੀਂ 100 ਸਾਲ ਬਾਅਦ ਜਿਹੜੇ ਗੁਰਦੁਆਰੇ ਬਣਾ ਰਹੇ ਹਾਂ, ਜਾਂ ਹੁਣ ਜਿਹੜੇ ਸਮਕਾਲੀ ਗੁਰਦੁਆਰੇ ਜਾਂ ਉਹਦੀਆਂ ਇਲੈਕਸ਼ਨਾਂ ਦੇ ਬਾਰੇ ਜਿਹੜੀਆਂ ਚਰਚਾਵਾਂ ਲੋਕਲ ਗੁਰਦੁਆਰੇ ਤੋਂ ਲੈ ਕੇ SGPC ਤੱਕਰ ਹੋ ਰਹੀਆਂ, ਉੱਥੇ ਸਾਨੂੰ ਕਿਹੜੇ ਨਜ਼ੀਰ ਨਾਲ ਅਸੀਂ ਦੇਖੀਏ ਤਾਂ ਕਿ ਗੁਰਦੁਆਰੇ ਤੁਹਾਡੇ ਅਤੇ ਮੇਰੇ ਅਤੇ ਸਾਡੇ ਦੁਬਾਰਾ ਪੁਨਰ ਸੁਰਜੀਤ ਹੋ ਸਕਣ। ਗੁਰਦੁਆਰੇ ਨੂੰ ਫੰਕਸ਼ਨਲ ਕਿਵੇਂ ਬਣਾਉਣਾ? ਬੇਸਿਕਲੀ ਵੀ ਨੋ ਕਿ ਇਹ ਕਿ ਡਿਸਫੰਕਸ਼ਨਲ ਅਤੇ ਡਿਫੰਕਟ ਇੰਸਟੀਟਿਊਸ਼ਨ ਬਣ ਗਿਆ ਹੈ, ਨਹੀਂ ਇਹਨੂੰ ਬਣਾ ਦਿੱਤਾ ਗਿਆ। ਜਿਵੇਂ ਗੁਰੂ ਸਾਹਿਬਾਨ ਦੇ ਵੇਲੇ ਹੀ ਜਦ ਗੁਰੂ ਅਮਰਦਾਸ ਪਾਤਸ਼ਾਹ ਨੇ ਮੰਜੀਆਂ ਥਾਪੀਆਂ ਤਾਂ ਗੁਰਦੁਆਰਾ ਇੱਕ ਫੰਕਸ਼ਨਲ ਇੰਸਟੀਟਿਊਸ਼ਨ ਸੀ, ਬਟ ਜਦ ਉੱਥੇ ਕਬਜ਼ਾ ਹੋ ਗਿਆ ਟ੍ਰਾਈਬਲਿਜ਼ਮ ਦੇ ਥੱਲੇ ਆ ਕੇ ਤਾਂ ਉਹੀ ਮਸੰਦਾਂ ਨੇ ਉੱਥੇ ਨੁਕਸਾਨ ਵੀ ਸ਼ੁਰੂ ਕੀਤਾ। ਸਾਡੇ ਅਤੇ ਤੁਹਾਡੇ ਲਈ ਇੱਕ ਬੜੀ ਵੱਡੀ ਚੁਣੌਤੀ ਆ ਕਿ ਗੁਰਦੁਆਰਾ ਸਾਂਝਾ ਹੁੰਦਾ ਸੀ, ਉਹ ਸਾਂਝੇ ਗੁਰਦੁਆਰੇ ਨੂੰ ਦੁਬਾਰਾ ਅਸੀਂ ਕਿਵੇਂ ਕੈਪਚਰ ਕਰਨਾ? ਲੋਕਲੀ
ਨੈਸ਼ਨਲੀ ਅਤੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਕਮਾਂਡ ਐਂਡ ਕੰਟਰੋਲ ਸੈਂਟਰਸ ਨੇ ਜਿਹਨੂੰ ਅਸੀਂ ਅਕਾਲ ਤਖਤ ਸਾਹਿਬ ਕਹਿੰਦੇ ਹਾਂ, ਉਹਨਾਂ 'ਤੇ ਵੀ ਇਸ ਤਰ੍ਹਾਂ ਦੇ ਕਬਜ਼ੇ ਚੱਲ ਰਹੇ ਨੇ, ਪਹਿਲਾਂ ਵੀ ਹੋਏ ਨੇ, ਅਤੇ ਕਿਹੜੇ ਲੈਵਲ 'ਤੇ ਅਸੀਂ ਉਹ ਕਬਜ਼ਿਆਂ 'ਚੋਂ ਇਹਨਾਂ ਨੂੰ ਛੁਡਾਉਣਾ, ਇਹਦੇ ਬਾਰੇ ਸਾਨੂੰ ਸੋਚਣਾ ਪਊ। ਅਦਰਵਾਈਜ਼ ਲੋਕ ਕਹਿਣਗੇ ਜੀ ਦੇਖੋ ਗੁਰਦੁਆਰੇ ਵਿੱਚ ਇਹ ਹੁੰਦਾ, ਤੁਸੀਂ ਸੁਣਿਆ ਵੀ ਹੋਣਾ ਦਰਬਾਰ ਸਾਹਿਬ ਵਿੱਚ ਇਹ ਹੁੰਦਾ, ਬਈ ਦਰਬਾਰ ਸਾਹਿਬ ਵਿੱਚ ਤਾਂ ਇਹ ਵੀ ਹੋਇਆ ਸੀ ਕਿ ਉਹਨਾਂ ਨੇ ਨੌਵੇਂ ਪਾਤਸ਼ਾਹ ਨੂੰ ਕਹਿਤਾ ਸੀ ਤੁਸੀਂ ਬਾਹਰ ਜਾਓ ਅਤੇ ਦਰਵਾਜ਼ੇ ਬੰਦ ਕਰਤੇ ਸੀ। ਜਸਟ ਬਿਕੋਜ਼ ਸਮਥਿੰਗ ਇਜ਼ ਹੈਪਨਿੰਗ ਦੇਅਰ ਡਜ਼ਨਟ ਮੇਕ ਇਟ ਰਾਈਟ। ਉਹਨੂੰ ਇੱਕੋ ਇੱਕ ਕਸਵੱਟੀ ਦੇ ਸਾਹਮਣੇ ਸਾਨੂੰ ਰੱਖ ਕੇ ਪਰਖਣਾ ਪਊ, ਉਹ ਹੈ ਜਿਹੜੇ ਆਈਡੀਆਜ਼ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਹੋਏ ਨੇ, ਅਤੇ ਜੇ ਉਹ ਆਈਡੀਆਜ਼ ਦੇ ਖਿਲਾਫ ਜੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਵੀ ਕਈ ਚੀਜ਼ਾਂ ਬੰਦੇ ਮਨਮਰਜ਼ੀ ਕਰਕੇ ਜਾਂ ਜੁੱਟ ਮਨਮਰਜ਼ੀ ਕਰਕੇ ਕਰ ਰਹੇ ਨੇ, ਦੈਟ ਡਜ਼ ਨੋਟ ਮੇਕ ਇਟ ਕਿ ਉਹ ਸਿੱਖੀ ਆ। ਇਹਦਾ ਮਤਲਬ ਇਹ ਆ ਕਿ ਸਿੱਖਾਂ ਦਾ ਉੱਥੇ ਬੋਲਵਾਲਾ ਨਹੀਂ ਆ। ਅਰਦਾਸ ਵਿੱਚ ਅਸੀਂ ਕਹਿ ਰਹੇ ਹਾਂ ਕਿ ਸਿੱਖ ਸੰਗਤਾਂ ਨੂੰ ਪਾਕਿਸਤਾਨ ਦੇ ਜਿਹੜੇ ਗੁਰਦੁਆਰਿਆਂ ਦਾ ਨਾਂ ਲੈਂਦੇ ਹਾਂ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦਾ ਸੰਭਾਲ, ਖਾਲਸਾ ਜੀ ਨੂੰ ਬਖਸ਼ੋ, ਉੱਥੇ ਸਾਨੂੰ ਹੋਰ ਵੀ ਇੱਕ ਅਰਦਾਸ ਕਰਨੀ ਚਾਹੀਦੀ ਆ ਕਿ ਜਿਹੜੀ ਸਰਕਾਰਾਂ ਦੇ ਥੱਲੇ ਆ ਕੇ ਅਤੇ ਕਬੀਲਿਆਂ ਦੇ ਥੱਲੇ ਆ ਕੇ ਗੁਰਦੁਆਰਿਆਂ ਦਾ ਸੰਭਾਲ ਖਾਲਸਾ ਜੀ ਕੋਲ ਨਹੀਂ ਆ। ਇੱਕ ਪੋਲੀਟੀਕਲ ਪਾਰਟੀ ਦਾ ਰਾਜ ਹੋਵੇ, ਉਹ ਕਿਵੇਂ ਖਾਲਸਾ ਜੀ ਦਾ ਰਾਜ ਹੈਗਾ? ਇਹਨਾਂ ਚੀਜ਼ਾਂ ਨੂੰ ਸਾਨੂੰ ਹਾਇਸਟ ਲੈਵਲ 'ਤੇ ਇਵੋਲਵ ਕਰਨਾ ਪੈਣਾ। ਫਿਰ ਅਸੀਂ ਜਦ ਇਹ ਕਹਿੰਦੇ ਹਾਂ ਨਾ ਕਿ ਬੱਚੇ ਗੁਰਦੁਆਰੇ ਨਹੀਂ ਆਉਂਦੇ, ਕਿਉਂ ਆਉਣ? ਉੱਥੇ ਉਹਨਾਂ ਨੂੰ ਕੀ ਸਿੱਖਿਆ ਮਿਲ ਰਹੀ ਹੈ ਇਹ ਵੀ ਸੋਚਣਾ ਪੈਣਾ। ਗੁਰਦੁਆਰੇ ਜਾਣ ਦਾ ਮਕਸਦ ਕੀ ਸੀ? ਗੁਰਦੁਆਰੇ ਕੌਣ ਆਉਂਦਾ ਸੀ? ਇਹਨਾਂ ਵੱਲ ਅਸੀਂ ਤਵੱਜੋ ਦੇਣ ਦੀ ਕੋਸ਼ਿਸ਼ ਕਰਾਂਗੇ। ਇਹ ਕੁਛ ਕੁਐਸਚਨ ਨੇ ਜਿਹੜੇ ਉੱਪਰ ਲਿਖੇ ਨੇ ਕਿ ਅੱਜ ਤੁਸੀਂ ਦੇਖੋ, ਇਹ ਕੋਈ ਵੀ ਸਿੱਖੀ ਦੇ ਮਸਲੇ ਦੀ ਗੱਲ ਹੋ ਰਹੀ ਹੋਵੇ, ਇਵੈਂਚੁਅਲੀ ਇੱਕ ਨਾ ਇੱਕ ਕੁਐਸਚਨ ਉੱਠਦਾ ਹੀ ਆ ਜੀ, ਅੱਜ 21st ਸੈਂਚੁਰੀ ਵਿੱਚ ਇਸ ਗੱਲ ਦੀ ਕੀ ਰੈਲੇਵੈਂਸ ਆ? ਇਹ ਆਮ ਹੀ ਉੱਠ ਰਿਹਾ। ਤੁਸੀਂ ਕੇਸਾਂ ਦੀ ਗੱਲ ਕਰੋ, ਕਕਾਰਾਂ ਦੀ ਗੱਲ ਕਰੋ, ਗੁਰਦੁਆਰੇ ਦੀ ਗੱਲ ਕਰੋ, ਨਿਤਨੇਮ ਦੀ ਗੱਲ ਕਰੋ, ਹਿਊਮਨ ਰਾਈਟਸ ਦੀ ਗੱਲ ਕਰੋ, ਅਤੇ ਕੋਈ ਨਾ ਕੋਈ ਤਰੀਕੇ ਨਾਲ ਇੱਕ ਰੈਲੇਵੈਂਸ ਦਾ ਕੁਐਸਚਨ ਉੱਠ ਜਾਂਦਾ, ਇੱਕ ਫੰਕਸ਼ਨੈਲਿਟੀ ਦਾ ਕੁਐਸਚਨ ਉੱਠਦਾ ਕਿ ਇਹਦਾ ਫਾਇਦਾ ਕੀ ਆ, ਇਹਦਾ ਮਕਸਦ ਕੀ ਆ, ਕਿਉਂ ਅਸੀਂ ਇੱਦਾਂ ਕਰੀਏ, ਵਾਈ ਸ਼ੁੱਡ ਆਈ ਡੂ ਦਿਸ, ਵਾਈ ਸ਼ੁੱਡ ਆਈ ਗੋ ਟੂ ਗੁਰਦੁਆਰਾ? ਇਹ ਸਵਾਲ ਸਾਡੇ ਸਾਰਿਆਂ ਦੇ ਸਾਹਮਣੇ ਖੜ੍ਹੇ ਨੇ, ਕਿਉਂਕਿ ਬੰਦਾ ਜਾਂਦਾ ਉੱਥੇ ਹੈ ਜਾਂ ਤਾਂ ਉਹਨੂੰ ਸਕੂਨ ਮਿਲੇ, ਜਾਂ ਉਹਨੂੰ ਕੋਈ ਸਿੱਖਿਆ ਮਿਲੇ, ਜਾਂ ਉਹਨੂੰ ਕੋਈ ਨਿੱਜੀ ਫਾਇਦਾ ਹੋਵੇ, ਜਾਂ ਕੋਈ ਕੌਮੀ ਫਾਇਦਾ ਹੋਵੇ। ਹੁਣ ਜਿਹੜੇ ਗੁਰਦੁਆਰੇ ਅਸੀਂ ਖੜ੍ਹੇ ਕੀਤੇ ਨੇ ਉਹਨਾਂ 'ਚੋਂ ਕੀ ਮਿਲ ਰਿਹਾ, ਇਹ ਵੀ ਸੋਚਣਾ ਪਊ। ਅਤੇ ਇਹ ਸਿਰਫ ਪ੍ਰਬੰਧਕਾਂ ਦੀ ਗੱਲ ਨਹੀਂ ਆ, ਅਸੀਂ ਪ੍ਰਬੰਧਕਾਂ 'ਤੇ ਵੀ ਬੜਾ ਦੋਸ਼ ਲਾ ਦਿੰਦੇ ਹਾਂ, ਮੈਂ ਵੀ ਬੜਾ ਲਾਉਂਦਾ। ਇੱਥੇ ਗੱਲ ਇਹ ਆ ਕਿ ਜਿਹੜੀ ਸੰਗਤ ਦੇ ਰੂਪ ਵਿੱਚ ਅਸੀਂ ਆ ਰਹੇ ਹਾਂ, ਅਸੀਂ ਕੀ ਲੱਭਣ ਆ ਰਹੇ ਹਾਂ ਇੱਥੇ? ਜਾਂ ਇੱਥੇ ਜੋ ਦਿੱਤਾ ਜਾ ਰਿਹਾ ਉਹ ਠੀਕ ਨਹੀਂ, ਜਾਂ ਜਿਹੜਾ ਇੱਥੇ ਲੈਣ ਆ ਰਹੇ ਨੇ ਉਹ ਠੀਕ ਨਹੀਂ? ਸੋ ਇਟਸ ਅ ਬਾਈ ਡਾਇਰੈਕਸ਼ਨਲ ਰਿਲੇਸ਼ਨਸ਼ਿਪ ਕਿ ਅਸੀਂ ਇੱਥੇ ਆ ਕੇ ਜੋ ਲੋਚ ਰਹੇ ਹਾਂ, ਜਾਂ ਡਿਮਾਂਡ ਇੱਥੇ ਕੱਲ੍ਹ ਨੂੰ ਡਿਮਾਂਡ ਪੈਦਾ ਹੋ ਜਾਵੇ ਸਾਰੇ ਗੁਰਦੁਆਰਿਆਂ 'ਚ ਕਿ ਇਸ ਤਰ੍ਹਾਂ ਦੇ ਫੰਕਸ਼ਨ ਹੋਣ, ਤਾਂ ਦੇਖੋ ਕਿਵੇਂ ਚੇਂਜ ਹੁੰਦੇ ਨੇ। ਇਵੈਂਚੁਅਲੀ ਲੀਡਰਸ਼ਿਪ ਦਾ ਇੱਕ ਕੰਮ ਇਹ ਵੀ ਹੁੰਦਾ ਨਾ ਕਿ ਜਿਹੜੀ ਕਮਿਊਨਿਟੀ ਚੀਜ਼ਾਂ ਡਿਮਾਂਡ ਕਰ ਰਹੀ ਉਹ ਦੇਵੇ, ਅਤੇ ਜੇ ਗੁਰਦੁਆਰੇ ਸਾਡੇ ਕਈ ਕੰਮ ਨਹੀਂ ਕਰ ਰਹੇ, ਉੱਥੇ ਇੱਕ ਰਿਸਪੋਂਸੀਬਿਲਿਟੀ ਸੰਗਤ ਦੀ ਅਤੇ ਕਮਿਊਨਿਟੀ ਦੀ ਆਉਂਦੀ ਆ ਕਿ ਤੁਸੀਂ ਕੀ ਡਿਮਾਂਡ ਕਰ ਰਹੇ ਹੋ। ਇਹ ਵੀ ਸਾਨੂੰ ਸੋਚਣਾ ਪਊ, ਇਹ ਸਿਰਫ ਸੇਵਾਦਾਰਾਂ ਦੀਆਂ ਅਤੇ ਗੁਰਦੁਆਰੇ ਦੇ ਪ੍ਰਬੰਧਕਾਂ ਦੀ ਗੱਲ ਨਹੀਂ ਆ, ਇਹ ਐਕਚੁਅਲੀ ਇੱਕ ਨੈਕਸਸ ਹੈਗਾ, ਜੇ ਮੈਂ ਇਹਨੂੰ ਕਹਿ ਸਕਾਂ ਇੱਕ ਨੈਕਸਸ, ਇਹ ਨੈਕਸਸ ਹੈਗਾ ਗੁਰਦੁਆਰਾ, ਗ੍ਰੰਥੀ ਅਤੇ ਸੰਗਤ ਦਾ। ਅਤੇ ਤਿੰਨਾਂ ਦੇ ਵਿੱਚ ਇੱਕ ਥੋਟ ਦੀ ਕਰਪਸ਼ਨ ਤਾਂ ਆਈ ਹੋਈ ਹੈ, ਹੋਰ ਕਰਪਸ਼ਨਾਂ ਵੀ ਆ ਗਈਆਂ ਨੇ। ਇਹ ਸਾਨੂੰ ਲੈ ਕੇ ਚੱਲਣਾ ਪੈਣਾ, ਇਕੱਲੀ ਸੰਗਤ ਦਾ, ਇਕੱਲੇ ਭਾਈ ਸਾਹਿਬ ਦਾ ਅਤੇ ਇਕੱਲੇ ਪ੍ਰਬੰਧਕਾਂ ਦੀ ਗੱਲ ਨਹੀਂ ਹੈ ਇੱਥੇ, ਕਿਉਂਕਿ ਗੁਰਬਾਣੀ 'ਚ ਆ ਗਿਆ ਜਿੱਥੇ ਕੂੜ ਰਾਜਾ ਲਿਖਿਆ ਨਾਲ ਕੂੜ ਪ੍ਰਜਾ ਵੀ ਲਿਖਤਾ। ਜੇ ਪਤਾ ਹੀ ਨਹੀਂ ਕੰਸਟੀਚੁਐਂਸੀ ਨੂੰ, ਗੁਰੂ ਗ੍ਰੰਥ ਸਾਹਿਬ ਦਾ ਕਥਨ ਹੈ ਅੰਧੀ ਰਈਅਤ ਗਿਆਨ ਵਿਹੂਣੀ, ਰਈਅਤ ਹੁੰਦੀ ਹੈ ਕੰਸਟੀਚੁਐਂਸੀ, ਪ੍ਰਜਾ। ਜੇ ਪ੍ਰਜਾ ਨੂੰ ਹੀ ਨਹੀਂ ਪਤਾ ਕਿ ਮੈਂ ਕੀ ਲੈਣ ਆਉਣਾ ਗੁਰੂ ਦੇ ਕੋਲ, ਕੀ ਲੈਣ ਆਉਣਾ ਮੈਂ ਗੁਰਦੁਆਰੇ, ਤਾਂ ਜਿਹੜੇ ਉੱਥੇ ਦਾ ਪ੍ਰਬੰਧ ਕਰ ਰਹੇ ਨੇ ਜਾਂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਦੀ ਵੀ ਜ਼ਿੰਮੇਵਾਰੀ ਫਿਰ ਘਟੀ ਜਾਂਦੀ ਹੈ, ਕਹਿੰਦੇ ਜੋ ਲੈਣ ਆ ਰਹੇ ਨੇ ਉਹਨਾਂ ਨੂੰ ਮਿਲ ਰਿਹਾ। ਸੋ ਸਾਨੂੰ ਵੀ ਇਹ ਕਲੈਰੀਫਾਈ ਕਰਨਾ ਪੈਣਾ ਸੰਗਤੀ ਰੂਪ ਵਿੱਚ, ਅਸੀਂ ਇੱਥੇ ਕੀ ਲੈਣ ਆਉਂਦੇ ਹਾਂ। 100 ਸਾਲ ਪਹਿਲਾਂ ਜਦ ਗੁਰਦੁਆਰੇ ਬਣਾਏ ਗਏ ਤਾਂ ਇੱਥੇ ਕੀ ਦਿੱਤਾ ਜਾਂਦਾ ਸੀ? ਇੱਥੇ ਜਦ ਮਹਾਰਾਜਾ ਪਟਿਆਲਾ ਵੀ ਆ ਕੇ ਗੁਰਦੁਆਰਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ, ਉਹਦੇ ਦਿਮਾਗ ਵਿੱਚ ਕੀ ਹੈ? ਅਤੇ ਜਿਹੜੇ ਅਸੀਂ ਗੁਰਦੁਆਰੇ ਬਣਾ ਰਹੇ ਹਾਂ ਸੰਗਤੀ ਰੂਪ 'ਚੋਂ ਹਟਾ ਕੇ ਇੱਕ ਪ੍ਰਾਈਵੇਟ ਟਰੱਸਟ ਦੇ ਰੂਪ ਵਿੱਚ, ਸਾਡੇ ਦਿਮਾਗਾਂ 'ਚ ਕੀ ਆ? ਇਹ ਗੱਲਾਂ ਵੀ ਸਾਨੂੰ ਚਿਤਾਰਨੀਆਂ ਪੈਣਗੀਆਂ। ਇਹ ਗੱਲਾਂ, ਇਹਨਾਂ 'ਤੇ ਡਿਸਕਸ਼ਨ, ਇਹਨਾਂ 'ਤੇ ਵਾਰਤਾਲਾਪ ਅਤੇ ਡਾਇਲੋਗ ਕਰਨ ਦੀ ਇੱਕ ਖਾਸ ਲੋੜ ਆ। ਉਹਨਾਂ ਲੋੜਾਂ ਦੇ ਵਿੱਚੋਂ ਸਾਡੀ ਇੱਕ ਵਿਜ਼ਨ ਕਲੀਅਰ ਹੋਊ ਕਿ ਗੁਰਦੁਆਰਾ ਕੀ ਆ। ਅਤੇ ਸਭ ਤੋਂ ਪਹਿਲਾਂ ਮੈਂ ਗੱਲ ਸ਼ੁਰੂ ਕਰਾਂਗਾ ਕਿ ਗੁਰਦੁਆਰਾ ਲਫ਼ਜ਼ ਗੁਰਬਾਣੀ ਵਿੱਚ ਕਿਸ ਰੂਪ ਵਿੱਚ ਆ ਰਿਹਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇਹ ਐਜ਼ ਐਨ ਐਡਵਰਬ ਅਤੇ ਨਾਊਨ, ਪਾਰਟਸ ਆਫ ਸਪੀਚ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਦੋਨਾਂ ਰੂਪ ਵਿੱਚ ਆਉਂਦਾ। ਅਤੇ ਇੱਕ ਗੱਲ ਇੱਥੇ ਦੇਖਣ ਵਾਲੀ ਆ ਕਿ ਜਿੱਥੇ ਕਿਤੇ ਵੀ ਆ ਰਿਹਾ, ਤੁਸੀਂ ਸਾਰੇ ਰੂਪ ਦੇਖ ਲਓ, ਉੱਥੇ ਇਟੈਲੀਸਾਈਜ਼ ਹੋ ਕੇ ਆਏ ਹੋਏ ਨੇ ਸਕਰੀਨ ਦੇ ਉੱਤੇ, ਕਿ ਜਿੱਥੇ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਦੁਆਰਾ ਲਫ਼ਜ਼ ਆਉਂਦਾ,
ਜਾਂ ਉਹਦਾ ਕੋਈ ਤਿਰਛਾ ਰੂਪ, ਮਤਲਬ ਉਹਦਾ ਕੋਈ ਹਾਈਬ੍ਰਿਡਾਈਜ਼ ਜਾਂ ਚੇਂਜ ਫਾਰਮ ਆਉਂਦੀ ਆ, ਮੋਡੀਫਾਈਡ ਫਾਰਮ ਵਿੱਚ ਆ ਰਿਹਾ ਕਿਤੇ, ਜਿਹਨੂੰ ਆਮ ਤੌਰ 'ਤੇ ਅਸੀਂ ਪੰਜਾਬੀ ਵਿੱਚ ਤਤਸਮ ਅਤੇ ਤਦਭਵ ਰੂਪ ਕਹਿੰਦੇ ਹਾਂ। ਇੱਕ ਓਰੀਜਨਲ ਫਾਰਮ ਹੁੰਦੀ ਹੈ ਵਰਡ ਦੀ ਅਤੇ ਇੱਕ ਮੋਡੀਫਾਈਡ ਫਾਰਮ ਹੁੰਦੀ ਹੈ, ਤਤਸਮ ਅਤੇ ਤਦਭਵ ਰੂਪ। ਸਾਰੇ ਰੂਪਾਂ ਦੇ ਵਿੱਚ ਗੁਰਦੁਆਰੇ ਦੀ ਸਪੈਲਿੰਗ ਐੜੇ ਦੇ ਨਾਲ ਆਉਂਦੀ ਆ। ਪਹਿਲੀ ਗੱਲ ਮੈਂ ਇੱਥੋਂ ਹੀ ਸ਼ੁਰੂ ਕਰਨਾ ਚਾਹਾਂਗਾ। ਜਦ ਅਸੀਂ ਉਹਦੀ ਅੰਗਰੇਜ਼ੀ ਦਾ ਉਹਦਾ ਤਰਜਮਾ ਕਰਨਾ ਸ਼ੁਰੂ ਕੀਤਾ, ਅਸੀਂ ਵਾਵਾ ਡਬਲਯੂ ਲਿਖਣਾ ਸ਼ੁਰੂ ਕਰਤਾ ਅਤੇ ਉਹਦਾ ਮਤਲਬ ਇਹ ਬਣ ਗਿਆ। ਜਦੋਂ ਡਬਲਯੂ ਅਤੇ ਵਾਵਾ ਲਿਖਣਾ ਗੁਰਮੁਖੀ 'ਚ ਨਹੀਂ ਅਸੀਂ ਲਿਖਦੇ, ਫਿਰ ਅਸੀਂ ਕਹਿਣਾ ਸ਼ੁਰੂ ਕਰਤਾ ਜੀ ਇਹ ਗੁਰੂ ਘਰ ਆ, ਗੁਰੂ ਘਰ ਬਣਾਤਾ ਅਸੀਂ। ਪਹਿਲਾਂ ਮੈਨੂੰ ਯਾਦ ਆ ਛੋਟੇ ਹੁੰਦੇ ਤੋਂ ਲੈ ਕੇ ਇਤਿਹਾਸ ਵਿੱਚ ਗੁਰੂ ਘਰ ਲਫ਼ਜ਼ ਨਹੀਂ ਮਿਲਦਾ ਗੁਰਦੁਆਰਿਆਂ ਦੇ ਲਈ। ਇਹ ਪਿਛਲੇ 20-25 ਸਾਲਾਂ ਵਿੱਚ ਬਹੁਤ ਪਾਪੂਲਰ ਹੋ ਗਿਆ। ਇਨਫੈਕਟ ਇਹ ਵੈਸਟ ਵਿੱਚ ਜ਼ਿਆਦਾ ਪਾਪੂਲਰ ਹੋਇਆ, ਹੁਣ ਹਿੰਦੁਸਤਾਨ ਵੀ ਐਂਟਰ ਕਰਨਾ ਸ਼ੁਰੂ ਹੋ ਗਿਆ, ਨਹੀਂ ਤਾਂ ਉੱਥੇ ਕੋਈ ਨਹੀਂ ਕਹਿੰਦਾ ਸੀ ਕਿ ਇਹ ਗੁਰੂ ਘਰ ਆ। ਇਨਫੈਕਟ ਹਿਸਟੋਰੀਕਲੀ ਤੁਸੀਂ ਜੇ ਦੇਖੋਗੇ, ਦੁਆਰ ਜਿਹੜਾ ਹੁੰਦਾ ਵਾਵੇ ਦੇ ਨਾਲ, ਉਹ ਹੁੰਦਾ ਡੋਰ, ਦਰਵਾਜ਼ਾ ਜਿਹਨੂੰ ਕਹਿ ਦਿੰਦੇ ਹਾਂ ਅਸੀਂ, ਦਰਵਾਜ਼ਾ ਜਿਹਨੂੰ ਕਹਿ ਦਿੰਦੇ ਹਾਂ, ਉਹ ਵਾਵੇ ਦੇ ਨਾਲ ਹੁੰਦਾ। ਦਰਵਾਜ਼ੇ ਦਾ ਮਤਲਬ ਹੋ ਗਿਆ ਡੋਰ। ਹੁਣੇ ਰਹਿਰਾਜ ਸਾਹਿਬ ਇੱਥੇ ਹੋਈ ਸੀ, ਤੁਸੀਂ ਵੀ ਕੀਤੀ ਹੋਣੀ ਆਉਣ ਵੇਲੇ ਇੱਥੇ, ਅਤੇ ਉੱਥੇ ਪੌੜੀ ਆਈ ਹੈ ਪੂਰੀ ਦਰ, ਡੋਰ ਕਿਹੜਾ ਰੱਬ ਦਾ, ਸੋ ਦਰ ਕਿਹਾ, ਅਤੇ ਉੱਥੇ ਦੱਸਿਆ ਜਾ ਰਿਹਾ ਕਿ ਪੂਰੀ ਕਾਇਨਾਤ ਹੀ ਰੱਬ ਦਾ ਅਤੇ ਗੁਰੂ ਦਾ ਘਰ ਆ। ਸੋ ਫਿਰ ਇਹ ਗੁਰਦੁਆਰਾ ਨਹੀਂ ਆ, ਇਹ ਡੋਰ ਆਫ ਦਾ ਗੁਰੂ ਨਹੀਂ ਆ, ਇਹ ਕੁਛ ਹੋਰ। ਅਤੇ ਐੜੇ ਦੇ ਨਾਲ ਜਦ ਦੁਆਰਾ ਕਿਹਾ ਜਾਂਦਾ, ਅਤੇ ਐੜੇ ਦੇ ਨਾਲ ਦੁਆਰਾ ਦਾ ਮਤਲਬ ਹੋ ਜਾਂਦਾ ਕਿਸੇ ਦੇ ਥਰੂ ਕੋਈ ਕੰਮ ਹੋਣਾ, ਕਿਸੇ ਦੇ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਹਾਂ ਵੀ ਆ ਥਰੂ ਔਰ ਬਾਏ। ਜਦੋਂ ਆਪਾਂ ਕੋਈ ਕੰਮ ਕਰਾਉਣਾ ਹੁੰਦਾ ਆਪਾਂ ਕਹਿੰਦੇ ਜੀ ਉਹਦੇ ਦੁਆਰਾ ਇਹ ਕੰਮ ਹੋਇਆ। ਹੁਣ ਗੁਰਦੁਆਰੇ ਦਾ ਮਤਲਬ ਦੇਖੋ, ਇਹ ਗੁਰੂ ਦਾ ਘਰ ਨਹੀਂ ਹੈ, ਗੁਰੂ ਸਾਹਿਬਾਨ ਦੇ ਘਰ ਹੁੰਦੇ ਸੀ ਜਿੱਥੇ ਉਹ ਆਪਣੇ ਮਹਿਲ ਦੇ ਬੱਚਿਆਂ ਨਾਲ ਰਹਿੰਦੇ ਸੀ, ਅਤੇ ਜਿੱਥੇ ਗੁਰਦੁਆਰਾ ਹੁੰਦਾ ਸੀ ਉੱਥੇ ਸੰਗਤੀ ਰੂਪ ਵਿੱਚ ਇਕੱਠਾ ਕੀਤਾ ਜਾਂਦਾ ਸੀ। ਕੀ ਕਰਨ ਲਈ? ਗੁਰਦੁਆਰ, ਵਰਡ ਦੇਖੋ ਕਿਵੇਂ ਲਿਖਿਆ ਐੜੇ ਦੇ ਨਾਲ। ਸੈਕਿੰਡ ਵਾਰੀ ਵੀ ਦੇਖੋ ਤਾਂ ਅਗਲੀ ਸਲਾਈਡ ਮੈਂ ਨਾਉਨ ਦੇ ਰੂਪ ਵਿੱਚ ਵੀ ਲਿਆਵਾਂ। ਹਰ ਥਾਂ 'ਤੇ, ਐਵਰੀ ਸਿੰਗਲ ਪਲੇਸ ਇਨ ਗੁਰੂ ਗ੍ਰੰਥ ਸਾਹਿਬ, ਗੁਰਦੁਆਰਾ ਲਫ਼ਜ਼ ਐੜੇ ਨਾਲ ਹੀ ਲਿਖਿਆ ਗਿਆ। ਅਤੇ ਇਹਦਾ ਜਿਹੜਾ ਹਾਈਐਸਟ ਲੈਵਲ 'ਤੇ ਆਪਾਂ ਇੱਕ ਮੀਨਿੰਗ ਦੇ ਸਕਦੇ ਹਾਂ, ਜੇ ਕੋਈ ਹੋਰ ਲਾਈਨ ਕਲੀਅਰ ਨਹੀਂ ਹੋ ਪਾ ਰਹੀ, ਇੱਕੋ ਲਾਈਨ 'ਤੇ ਜੇ ਮੈਂ ਫੋਕਸ ਕਰ ਲਵਾਂ, ਗੁਰੂ ਦੁਆਰਾ ਹੋਏ ਸੋਝੀ ਪਾਈ ਸੀ। ਕਿ ਜੇ ਗੁਰੂ ਦੇ ਦੁਆਰਾ ਕੋਈ ਚੀਜ਼ ਸਿੱਖੀ ਜਾ ਸਕਦੀ ਹੈ, ਉਹ ਕੀ ਆ? ਲਾਈਫ ਦੀਆਂ ਇਨਸਾਈਟ, ਸੋਝੀ ਹੁੰਦੀਆਂ ਇਨਸਾਈਟ, ਜੀਵਨ ਨੂੰ ਚਲਾਉਣ ਦੇ ਤਰੀਕੇ। ਹਾਊ ਸ਼ੁਡ ਆਈ ਡੀਲ ਵਿਦ ਮਾਈ ਲਾਈਫ, ਬੱਚਿਆਂ ਨਾਲ ਕਿਵੇਂ ਡੀਲ ਕਰਨਾ, ਵਾਈਫ ਨੇ ਹਸਬੈਂਡ ਨਾਲ, ਹਸਬੈਂਡ ਨੇ ਵਾਈਫ ਨਾਲ, ਕਮੇਟੀ ਮੈਂਬਰ ਨੇ ਇੱਕ ਦੂਜੇ ਦੇ ਨਾਲ, ਜਿਹੜੇ ਸਾਡੇ 'ਤੇ ਪ੍ਰੋਸੀਕਿਊਸ਼ਨ 'ਤੇ ਅੱਤਿਆਚਾਰ ਕਰ ਰਹੇ ਹਾਂ ਉਹਨਾਂ ਦੇ ਨਾਲ, ਹੈੱਡਸ ਆਫ ਸਟੇਟਸ ਦੇ ਨਾਲ। ਇਹ ਹੁੰਦੀਆਂ ਇਨਸਾਈਟਸ। ਗੁਰੂ ਦੁਆਰਾ ਹੋਏ, ਬਾਏ ਬਿਕਮਿੰਗ ਗੁਰੂ ਓਰੀਐਂਟਡ, ਗੁਰੂ ਦੇ ਦੁਆਰਾ ਸਾਨੂੰ ਕੀ ਸਿੱਖਣ ਨੂੰ ਮਿਲਦਾ? ਸੋਝੀ ਪਾਏ ਸੀ। ਹੁਣ ਇਹ ਜੇ ਅਸੀਂ ਇੱਕ ਲਿਟਮਸ ਟੈਸਟ ਬਣਾ ਲਈਏ ਸਾਡੇ 'ਚੋਂ ਜਿਹੜੇ ਗੁਰਦੁਆਰੇ ਆ ਰਹੇ ਨੇ ਅਤੇ ਜਿਹੜੇ ਚਲਾ ਰਹੇ ਨੇ, ਦੋਨਾਂ ਦੇ ਲਈ ਆ ਇਹ, ਕੀ ਅਸੀਂ ਇੱਥੇ ਸੋਝੀ ਲੈਣ ਆ ਰਹੇ ਹਾਂ? ਤੁਹਾਨੂੰ ਸੋਚਣਾ ਪਊ। ਮੈਂ ਆਮ ਤੌਰ 'ਤੇ ਪੁੱਛ ਲੈਂਦਾ ਹੁੰਦਾ ਜੇ Q&A ਸੈਸ਼ਨ ਚੱਲ ਰਿਹਾ ਹੁੰਦਾ ਕਿ ਤੁਸੀਂ ਕਿੰਨੀ ਵਾਰ ਖੜੇ ਹੋ ਕੇ ਅਰਦਾਸ ਸੁਣੀ ਹੋਵੇ ਭਾਈ ਸਾਹਿਬ ਕੋਲੋਂ, ਕਦੇ ਦਿੱਤੇ ਨੇ ਭਾਈ ਸਾਹਿਬ ਨੂੰ $51 ਜਾਂ ਪਾਉਂਡ, ਅਤੇ ਉਹਨਾਂ ਨੂੰ ਕਿਹਾ ਹੋਵੇ ਭਾਈ ਸਾਹਿਬ ਅੱਜ ਮੇਰੀ ਇਹ ਅਰਦਾਸ ਕਰੋ ਕਿ ਮੈਨੂੰ ਸੋਝੀ ਆ ਜਾਵੇ, ਨਹੀਂ ਮਿਲੂਗੀ ਸੁਣਨ ਨੂੰ। ਸ਼ਾਇਦ ਕੋਈ ਪਰਸਨਲੀ ਕਰ ਦਿੰਦਾ ਹੋਵੇ ਇੱਦਾਂ। ਅਰਦਾਸਾਂ ਤੁਹਾਨੂੰ ਪਤਾ ਕਿਹੜੀਆਂ ਹੁੰਦੀਆਂ, ਮੈਂ ਨੈਗੇਟਿਵ ਵੱਲ ਨਹੀਂ ਜਾਣਾ, ਨੈਗੇਟਿਵਿਟੀ ਵੱਲ, ਬਟ ਗੁਰਬਾਣੀ 'ਚ ਆ ਗਿਆ ਕਿ ਗੁਰਦੁਆਰੇ ਦਾ ਇੱਕ ਖਾਸ ਮਕਸਦ ਹੈਗਾ, ਉਹ ਮਕਸਦ ਹੈਗਾ ਕਿ ਇੱਥੇ ਲਰਨਿੰਗ ਸੈਂਟਰ ਬਣਿਆ ਜਾਵੇ ਇੱਕ। ਇਹ ਪੂਜਾ ਦਾ ਕੇਂਦਰ ਕਦੇ ਵੀ ਨਹੀਂ ਹੁੰਦਾ ਸੀ, ਬਟ ਅਸੀਂ ਅੱਜ ਕੱਲ੍ਹ ਗੋਰਿਆਂ ਨੂੰ ਦਰਸ਼ਨ ਵੇਲੇ ਵੀ ਕਹਿ ਦਿੰਦੇ ਹਾਂ ਦਿਸ ਇਜ਼ ਅ ਪਲੇਸ ਆਫ ਵਰਸ਼ਿਪ, ਅਤੇ ਸਾਨੂੰ ਤਾਂ ਇਹ ਸਿਖਾਇਆ ਸੀ ਹੁਣੇ ਸੁਖਾਸਨ ਵੇਲੇ, ਤੁਸੀਂ ਆਪ ਪੜਿਆ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਂ ਸੁਹਾਵਾ ਰਾਮ ਰਾਜੇ। ਸੋ ਅਸੀਂ ਜਿੱਥੇ ਮਰਜ਼ੀ ਬੈਠ ਕੇ ਪਾਠ ਅਤੇ ਪੂਜਾ ਅਤੇ ਸਿਮਰਨ ਕਰ ਸਕਦੇ ਹਾਂ। ਉਹ ਗੁਰਦੁਆਰੇ ਆ ਕੇ ਸਿਰਫ ਇਹ ਨਹੀਂ ਸਿਖਾਇਆ ਜਾਂਦਾ ਸੀ, ਗੁਰਦੁਆਰੇ ਆ ਕੇ ਤਾਂ ਜ਼ਿੰਦਗੀ ਦੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਡਿਮੈਂਸ਼ਨਸ ਨੇ, ਜਿਹੜੀਆਂ ਵੱਖਰੀਆਂ ਵੱਖਰੀਆਂ ਤਹਿਾਂ ਦੇ ਵਿੱਚ ਅਸੀਂ ਵਿਚਰਨਾ, ਉਹਨਾਂ ਵਿੱਚ ਵਿਚਰਨਾ ਕਿਵੇਂ ਆ, ਇਹ ਸਿਖਾਇਆ ਜਾਂਦਾ ਸੀ। ਇਹ ਟ੍ਰੇਨਿੰਗ ਹੋ ਗਈ ਬੰਦ, ਅਤੇ ਹੁਣ ਇਸ ਕਰਕੇ ਸਾਡਾ ਫੋਕਸ ਹੋ ਗਿਆ ਬਿਲਡਿੰਗ ਅਤੇ ਲੰਗਰ। ਠੀਕ ਹੈ, ਜੇ ਕੋਈ ਲੰਗਰ ਛੱਕਣੀ ਆ ਰਿਹਾ ਸਾਨੂੰ ਗੁੱਸੇ ਨਹੀਂ ਹੋਣਾ ਚਾਹੀਦਾ, ਬਟ ਨਾਲ ਨਾਲ ਗੁਰਦੁਆਰੇ ਦਾ ਇੱਕ ਪਰਪਜ਼ ਇਹ ਹੁੰਦਾ ਸੀ ਕਿ ਜਿਹੜਾ ਵੀ ਕੋਈ ਇੱਥੇ ਆਉਂਦਾ ਸੀ, ਅਸੀਂ ਬੜੇ ਫਖਰ ਨਾਲ ਕਹਿੰਦੇ ਹਾਂ ਕਿ ਅਕਬਰ ਆਇਆ ਤਾਂ ਪਹਿਲਾਂ ਪ੍ਰਸ਼ਾਦਾ ਛਕਿਆ। ਉਸ ਵੇਲੇ ਤਾਂ ਸੈਂਸੇਬਲ ਗੱਲ ਸੀਗੀ ਕਿ ਬੰਦੇ ਨੂੰ ਨਿਮਾਣਾ ਬਣਾਉਣਾ ਸੀ, ਕੋਈ ਵੀ ਕੰਮ ਕਰਨਾ ਹੁੰਦਾ ਸੀ, ਪ੍ਰਸ਼ਾਦਾ ਛਕਾਉਣ ਦਾ ਮਤਲਬ ਇਹ ਹੁੰਦਾ ਸੀ ਕਿ ਗੁਰੂ ਨੂੰ ਮਿਲਣ ਤੋਂ ਪਹਿਲਾਂ ਬੰਦੇ ਦੀ ਇੱਕ ਪ੍ਰੈਪਰੇਸ਼ਨ ਹੋਣੀ ਚਾਹੀਦੀ ਆ। ਉਹ ਬੈਠਾ ਹੀ ਸੋਚੇ ਕਿ ਭੁੱਖ ਲੱਗੀ ਹੈ, ਫਿਰ ਮੱਥਾ ਟੇਕੇ ਫਟਾਫਟ ਲੰਗਰ ਖਾਣ ਜਾਂਦਾ, ਜਾਂ ਥੋੜ੍ਹਾ ਜਿਹਾ ਪ੍ਰੋਗਰਾਮ ਲੇਟ ਹੋ ਜਾਵੇ ਕਹਿੰਦਾ ਯਾਰ ਆਨੰਦ ਸਾਹਿਬ ਛੇਤੀ ਪੜੋ ਭੁੱਖ ਲੱਗੀ ਆ।
ਗੁਰੂ ਨੂੰ ਮਿਲਣ ਦੇ ਲਈ ਇੱਕ ਪ੍ਰੈਪਰੇਸ਼ਨ ਚਾਹੀਦੀ ਆ। ਪ੍ਰੈਪਰੇਸ਼ਨ ਜਿਹੜੀ ਆਸਾ ਕੀ ਵਾਰ ਚ ਗੱਲ ਆਉਂਦੀ ਆ ਕਿ ਧਰਤ ਕਾਇਆ ਸਾਧਕੈ ਵਿੱਚ ਦੇਹ ਕਰਤਾ ਬੀਓ, ਐਵੇਂ ਨਹੀਂ ਬੀਜ ਸਿੱਟੇ ਜਾਂਦੇ। ਜਦ ਤੱਕਰ ਗਰਾਊਂਡ ਦੀ ਪ੍ਰੈਪਰੇਸ਼ਨ ਨਾ ਹੋਵੇ ਤਦ ਤੱਕਰ ਬੀਜ ਨਹੀਂ ਬੋਇਆ ਜਾਂਦਾ, ਅਦਰਵਾਈਜ਼ ਉਹ ਬੀਜ ਦਾ ਕੋਈ ਫਾਇਦਾ ਨਹੀਂ ਹੁੰਦਾ। ਦਿਸ ਯੂਜ਼ ਟੂ ਬੀ ਦਾ ਟ੍ਰੇਨਿੰਗ। ਜੇ ਬੋਲੀਆਂ ਖੜੀ ਕੀਤੀਆਂ ਗਈਆਂ ਗੁਰਦੁਆਰੇ ਦੇ ਬਾਹਰ, ਕਿਉਂਕਿ ਲੋਕਾਂ ਨੂੰ ਪਾਣੀ ਨਹੀਂ ਪੀਣ ਨੂੰ ਮਿਲਦਾ ਸੀ, ਅਸੀਂ ਹੁਣ ਉਹਨਾਂ ਬੋਲੀਆਂ ਨੂੰ ਕੀ ਬਣਾ ਲਿਆ ਜੀ, ਉੱਥੇ ਖੜ ਕੇ ਇੰਨੇ ਪਾਠ ਕਰੋ ਤੁਹਾਡੀ 84 ਕੱਟੀ ਜਾਓ। ਦੇਖੋ ਅਸੀਂ ਕੀ ਕਰ ਰਹੇ ਹਾਂ। ਕੋਲਿਨ ਗੰਜ਼ਾਲਵਿਸ ਸੁਪਰੀਮ ਕੋਰਟ ਦਾ ਲਾਇਰ ਆ, ਉਹਦੇ ਕੋਲ 16,000 ਕੇਸ ਪੈਂਡਿੰਗ ਆ ਅੱਜ ਵੀ, ਜਿੱਥੇ ਦਲਿਤਸ ਨੂੰ ਅਤੇ ਹੋਰ ਮਾਰਜਨਲਾਈਜ਼ ਕਮਿਊਨਿਟੀਜ਼ ਨੂੰ ਯੂਪੀ, ਬਿਹਾਰ, ਉੱਤਰਾਂਚਲ ਵਿੱਚ ਅੱਜ ਵੀ ਪਾਣੀ ਨਹੀਂ ਪੀਣ ਦਿੰਦੇ ਖੂਹ 'ਤੇ, ਅਤੇ ਜੇ ਦਲਿਤ ਹੋਵੇ ਜਾ ਕੇ ਉੱਥੇ ਪਾਣੀ ਪੀਣ ਲੱਗ ਜਾਵੇ ਉਹਦਾ ਰੇਪ ਜਾਂ ਕਰ ਦਿੰਦੇ ਨੇ, ਉਹਨੂੰ ਮਾਰ ਦਿੰਦੇ ਨੇ। ਇਹ ਮਾਹੌਲ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਬੋਲੀਆਂ ਖੜੀ ਕਰ ਰਹੇ ਨੇ ਵਾਟਰ ਦੇ ਐਕਸੈਸ ਰਾਈਟ ਦੀ ਗੱਲ, ਗੁਰਦੁਆਰੇ ਦੇ ਨਾਲ ਪਾਣੀ ਖੜਾ ਕਰਨਾ, ਸਰੋਵਰ ਲੈ ਕੇ ਆਉਣਾ, ਵੈਲ ਪ੍ਰੋਡਿਊਸ ਕਰਨਾ, ਇਹ ਮਕਸਦ ਸੀ। ਅੱਜ ਦੀ ਦੁਨੀਆਂ ਵਿੱਚ ਵੀ ਵਾਟਰ ਰਾਈਟਸ ਦੀ ਗੱਲ ਚੱਲ ਰਹੀ ਆ, ਬਟ ਅਸੀਂ ਨਹੀਂ ਸੋਚ ਰਹੇ ਕਿ ਅਸੀਂ ਰਾਈਟਸ ਕਿਵੇਂ ਦੇਣੇ ਆ ਗੁਰਦੁਆਰੇ ਵਿੱਚ। ਗੁਰਦੁਆਰੇ ਵਿੱਚ ਇਹ ਟ੍ਰੇਨਿੰਗ ਦਿੱਤੀ ਜਾਂਦੀ ਸੀ, ਜਿਵੇਂ ਬਾਬਾ ਬੁੱਢਾ ਜੀ ਦਾ ਮਹੀਨੇ ਦਾ ਦਿਨ ਆ ਇਹ, 125 ਸਾਲ ਉਹਨਾਂ ਨੇ 6 ਗੁਰੂ ਸਾਹਿਬਾਨ ਦੀ ਸੰਗਤ ਕੀਤੀ, ਅਤੇ ਪੋਸੀਬਿਲਿਟੀ ਹੈ ਕਿ ਉਹਨਾਂ ਨੇ 8 ਗੁਰੂਆਂ ਨੂੰ ਫਿਜ਼ੀਕਲੀ ਵੀ ਦੇਖਿਆ ਹੋਵੇ, ਅਤੇ ਉਹਨਾਂ ਦੀ ਕੀ ਟ੍ਰੇਨਿੰਗ ਆ। ਦਿਸ ਇਜ਼ ਸਮਥਿੰਗ ਯੂ ਹੈਵ ਟੂ ਥਿੰਕ ਅਬਾਊਟ, ਕੀ ਟ੍ਰੇਨਿੰਗ ਦਿੱਤੀ ਆ ਉਹਨਾਂ ਨੂੰ, ਗੁਰਮੁਖੀ ਦੀ ਟ੍ਰੇਨਿੰਗ ਅਤੇ ਨਾਲ ਨਾਲ ਸ਼ਸਤਰ ਵਿੱਦਿਆ ਦੀ ਟ੍ਰੇਨਿੰਗ, ਕਿਉਂਕਿ ਇਹ ਦੋਨੋਂ ਚੀਜ਼ਾਂ ਇਕੱਠੀਆਂ ਚੱਲਦੀਆਂ ਸਿੱਖੀ 'ਚ। ਇਹ ਨਹੀਂ ਅਸੀਂ ਕਹਿ ਸਕਦੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸ਼ੁਰੂ ਕੀਤੀ, ਇਨਫੈਕਟ ਬਾਬਾ ਬੁੱਢਾ ਜੀ ਨੇ ਉਹਨਾਂ ਨੂੰ ਟ੍ਰੇਨਿੰਗ ਦਿੱਤੀਆਂ ਸੀ, ਇਹ ਸਾਡਾ ਇਤਿਹਾਸ ਰਿਕਾਰਡ ਕਰਦਾ, ਵਿਚ ਮੀਨਸ ਕਿ ਗੁਰੂ ਨਾਨਕ ਤੋਂ ਇਹ ਕੰਮ ਸ਼ੁਰੂ ਹੋਇਆ ਸੀ। ਗੁਰਦੁਆਰਾ ਇਜ਼ ਅ ਟ੍ਰੇਨਿੰਗ ਸੈਂਟਰ, ਜਿਹਨੂੰ ਅਸੀਂ ਅੱਜ ਕੱਲ੍ਹ ਕਮਿਊਨਿਟੀ ਸੈਂਟਰ ਕਹਿੰਦੇ ਹਾਂ, ਹੱਬ ਕਹਿੰਦੇ ਹਾਂ, ਜਿੱਥੇ ਵੀ ਕੋਈ ਵਕਤੀ ਲੋੜ ਹੈ, ਜਿਵੇਂ ਇਸ ਕੰਟਰੀ ਦੇ ਵਿੱਚ ਇਮੀਗ੍ਰੇਸ਼ਨ ਰਾਈਟਸ, ਫਾਈਨੈਂਸ਼ੀਅਲ ਜਿਹੜੀ ਇਕਨੋਮਿਕ ਇਸ਼ੂ ਚੱਲ ਰਹੇ ਨੇ ਉਹਨਾਂ ਦੇ ਪ੍ਰਤੀ ਸਾਡੀ ਜ਼ਿੰਮੇਵਾਰੀ, ਜੇ ਇਸ ਸਿਟੀ ਦੇ ਵਿੱਚ ਕਿਸੇ ਦੀ ਗੱਲ ਨਹੀਂ ਸੁੱਤੀ ਜਾ ਰਹੀ, ਸੁਣੀ ਜਾ ਰਹੀ, ਡਾਇਵੋਰਸ ਵੱਧ ਰਿਹਾ, ਸੁਸਾਈਡਸ ਹੋ ਰਹੇ ਨੇ, ਬੱਚਿਆਂ ਦੀਆਂ ਹੋਰ ਪ੍ਰੋਬਲਮਸ ਖੜੀਆਂ ਹੋ ਰਹੀਆਂ, ਉਹਨਾਂ ਸਾਰੀਆਂ ਚੀਜ਼ਾਂ ਪ੍ਰਤੀ ਇੱਥੇ ਚਰਚਾ ਹੋਣੀ ਚਾਹੀਦੀ ਆ। ਦਿਸ ਇਜ਼ ਵਾਟ ਗੁਰਦੁਆਰਾ ਯੂਜ਼ ਟੂ ਡੂ। ਗੁਰੂ ਸਾਹਿਬ ਦੇ ਕੋਲ ਅਤੇ ਸਿੱਖਾਂ ਦੇ ਕੋਲ ਸਾਡਾ ਇਤਿਹਾਸ ਹੈ ਕਿ ਅਕਾਲ ਤਖਤ ਸਾਹਿਬ 'ਤੇ ਫਰਿਆਦ ਆਈ ਕਿ ਸਾਨੂੰ ਚੱਕ ਕੇ ਲੈ ਕੇ ਮਾਰਿਆ ਜਾ ਰਿਹਾ ਅਤੇ ਸਿੱਖ ਭੱਜੇ ਜਾਂਦੇ ਸੀ ਬਚਾਉਣ। ਹੁਣ ਸਾਡੇ ਆਫਿਸਿਸ ਵਿੱਚ ਹੀ, ਸਾਡੇ ਗੁਰਦੁਆਰਿਆਂ ਵਿੱਚ ਵੀ ਰੇਪ ਹੋ ਜਾਵੇ ਤਾਂ ਕੋਈ ਕੁਛ ਨਹੀਂ ਕਹਿੰਦਾ। ਦਿਸ ਸ਼ੋਜ਼ ਯੂ ਕਿ ਇਹ ਠਾਕੁਰ ਦੁਆਰਾ ਬਣ ਗਿਆ, ਇਹ ਗੁਰਦੁਆਰਾ ਨਹੀਂ ਰਿਹਾ, ਕਿਉਂਕਿ ਠਾਕੁਰ ਦੁਆਰਿਆਂ ਵਿੱਚ ਹੁੰਦਾ ਸੀ ਅਤੇ ਅੱਜ ਵੀ ਹੋ ਰਿਹਾ। ਤੁਸੀਂ ਸਾਊਥ ਦੇ ਮੰਦਰਾਂ ਵਿੱਚ ਜਾਓ ਜਿੱਥੇ ਬ੍ਰੇਕ ਸੈਰੇਮਨੀ ਹੁੰਦੀ ਆ ਕਿ ਇਹਨੂੰ ਪਿਓਰੀਫਾਈ ਕਰਨਾ ਕੁੜੀ ਨੂੰ, ਅਸੀਂ ਤਾਂ ਉਹਨਾਂ ਜੀਆਂ ਦੇ ਖਿਲਾਫ਼ ਗੱਲਾਂ ਕੀਤੀਆਂ ਸੀ, ਯੋਜਨਾਵਾਂ ਬਣਾਈਆਂ ਸੀ, ਪ੍ਰੋਜੈਕਟਸ ਤਿਆਰ ਕੀਤੇ ਸੀ ਕਿ ਜਿਹੜੇ ਇਸ ਤਰ੍ਹਾਂ ਦੀ ਨੌਨਸੈਂਸ ਨੂੰ ਫੈਲਾ ਰਹੇ ਨੇ ਉਹਨਾਂ ਨੂੰ ਕਿਵੇਂ ਜਾ ਕੇ ਰੋਕਣਾ, ਇਹ ਹੁੰਦਾ ਸੀ ਗੁਰਦੁਆਰਿਆਂ ਦੇ ਵਿੱਚ। ਇਹ ਕਮਿਊਨਿਟੀ ਸੈਂਟਰ ਤੋਂ ਭਾਵ ਇਹ ਆ ਕਿ ਜਿਹੜੀਆਂ ਵੀ ਸਿੱਖ ਵੈਲਿਊਜ਼ ਨੇ, ਜੋ ਕੁਛ ਗੁਰੂ ਨਾਨਕ ਸਾਹਿਬ ਤੋਂ ਲੈ ਕੇ, ਜਿਵੇਂ ਬਾਬਾ ਬੁੱਢਾ ਜੀ ਮੈਂ ਗੱਲ ਤੋਰੀ ਸੀ, ਉਹ ਐਵੇਂ ਨਹੀਂ ਬਣ ਗਏ ਸੀ ਦਰਬਾਰ ਸਾਹਿਬ ਦੇ ਪਹਿਲੇ ਗ੍ਰੰਥੀ ਕੋਈ ਖਾਸ ਚੀਜ਼ਾਂ ਨੇ ਕਰਨ ਵਾਲੀਆਂ, ਉਹਨਾਂ ਦੀ ਪਰਖ ਹੋ ਰਹੀ ਹੈ ਪਹਿਲਾਂ ਹੀ। ਗੁਰੂ ਅਰਜਨ ਸਾਹਿਬ ਨੇ ਸਾਨੂੰ ਰਾਮ ਰਾਏ ਦਾ, ਸਾਰਿਆਂ ਨੂੰ ਪਤਾ ਨਾ ਕਿ ਉਹਨੇ ਵੇਚਤਾ ਸੀ ਪੰਥ ਨੂੰ, ਬਟ ਚੰਗੇ ਬੰਦਿਆਂ ਨੂੰ ਵੀ ਯਾਦ ਰੱਖਿਆ ਕਰੋ। ਜਦ ਅਕਬਰ ਨੇ ਬੁਲਾਇਆ ਕਿ ਤੁਹਾਡੇ ਖਿਲਾਫ਼ ਮੈਨੂੰ ਪਤਾ ਲੱਗਿਆ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਪ੍ਰਪੇਅਰ ਕਰਾ ਰਹੇ ਹੋ ਇਹਦੇ ਵਿੱਚ ਕਈ ਕਮਿਊਨਿਟੀਆਂ ਦੇ ਖਿਲਾਫ਼ ਲਿਖਿਆ ਹੋਇਆ, ਅਤੇ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਭੇਜਿਆ ਸੀ ਭਾਈ ਗੁਰਦਾਸ ਨੇ ਨਾਲ, ਅਤੇ ਉਹਨਾਂ ਦੀ ਪੂਰੀ ਸੈਟਿਸਫੈਕਸ਼ਨ ਕਰਕੇ ਆਏ ਸੀ ਉਹ ਕਿ ਕਿਉਂ ਇੱਦਾਂ ਲਿਖਿਆ ਹੋਇਆ। ਇਹ ਟ੍ਰੇਨਿੰਗ ਹੈਗੀ, ਐਵੇਂ ਨਹੀਂ ਕੰਮ ਹੋ ਜਾਂਦੇ। ਬਾਬਾ ਬੁੱਢਾ ਜੀ ਦਾ ਵੀ ਨਾਂ ਬੁੱਢਾ ਐਵੇਂ ਨਹੀਂ ਪੈ ਗਿਆ ਸੀ, ਭਾਈ ਗੁਰਦਾਸ ਦੀ ਵਾਰ ਹੈ ਉਹਦੇ ਵਿੱਚ ਲਿਖਿਆ ਉਹਨਾਂ ਨੇ ਬੂੜਾ ਤੋਂ ਬੁੱਢਾ ਕਿਵੇਂ ਹੋਇਆ, ਜਦ ਇੱਕ ਮਨ ਧਿਆਇ ਕੀਤਾ, ਮਨ ਦੇ ਵਿੱਚ ਜਦ ਕਲੈਰਿਟੀ ਆਈ। ਉਹਨਾਂ ਦਾ ਨਾਂ ਬੂੜਾ ਹੁੰਦਾ ਸੀ ਵੈਸੇ, ਭਾਈ ਗੁਰਦਾਸ ਜੀ ਮੁਤਾਬਕ ਕਹਿੰਦੇ ਮਨ ਦੇ ਵਿੱਚ ਉਹਨਾਂ ਨੇ ਧਿਆਇਆ। ਆਪਾਂ ਤਾਂ ਅੱਖਾਂ ਬੈਠ ਕੇ ਲੱਗੇ ਰਹਿੰਦੇ ਹਾਂ ਸਮਾਧੀ ਬਣਾ ਕੇ, ਜਿਹਦੇ ਬਾਰੇ ਸਾਨੂੰ ਦੱਸਤਾ ਗੁਰੂ ਸਾਹਿਬ ਨੇ ਆਪ ਹੀ ਕਿ ਕਹਾ ਭਇਓ ਦਉ ਲੋਚਨ ਮੂੰਦ ਕੇ, ਬੈਠ ਰਹੇ ਹੋ ਬਖ ਧਿਆਨ ਲਗਾਇਓ, ਅਸੀਂ ਫਿਰ ਉਹੀ ਕਰੀ ਜਾ ਰਹੇ ਹਾਂ। ਮਨ ਦੀ ਸਮਾਧੀ ਸਾਡੀ ਟੁੱਟ ਗਈ, ਅਤੇ ਜਦ ਬੰਦੇ ਦੀ ਵੱਡੀ ਚੀਜ਼ ਟੁੱਟਦੀ ਆ ਫਿਰ ਉਹ ਛੋਟੀ ਚੀਜ਼ਾਂ ਦੀ ਤਿਆਰੀਆਂ ਕਰਦਾ। ਸਾਨੂੰ ਦੱਸਿਆ ਕਿ ਮਨ ਦੇ ਵਿੱਚ ਟ੍ਰੇਨਿੰਗ ਲੈ ਲਓ, ਮਨ ਦੇ ਵਿੱਚ ਕਲੈਰਿਟੀ ਆਉਣੀ ਬਹੁਤ ਜ਼ਰੂਰੀ ਆ, ਅਤੇ ਗੁਰਦੁਆਰੇ ਦਾ ਸਭ ਤੋਂ ਵੱਡਾ ਪਰਪਸ, ਸੋਝੀ ਵੀ ਉੱਥੋਂ ਹੀ ਲਫ਼ਜ਼ ਆ ਰਿਹਾ ਗੁਰਦੁਆਰੇ ਬਾਰੇ, ਕਿ ਸੋਝੀ ਆਉਂਦੀ ਹੈ ਜਦ ਮਨ ਕਲੈਰੀਫਾਈ ਹੁੰਦਾ, ਜਦ ਮਾਇੰਡ ਦੀਆਂ ਡਿਮੈਂਸ਼ਨਸ ਇਹ ਮਨ ਦੀਆਂ ਨੇ ਕਿ ਜਿਹੜੇ ਮੇਰੇ ਐਂਸਰਸ ਨੇ ਜਾਂ ਮੇਰੇ ਘਰ ਵਿੱਚੋਂ ਜਿਹੜੇ ਐਂਸਰ ਮਿਲੇ, ਮੇਰੇ ਕਬੀਲੇ ਵਿੱਚੋਂ ਜਿਹੜੇ ਐਂਸਰ ਮਿਲੇ, ਉਹ ਚੰਗੇ ਐਂਸਰ ਨੇ ਬਟ ਉਹ ਇਨਕੰਪਲੀਟ ਨੇ। ਮੈਨੂੰ ਫਿਰ ਵੀ ਲੋੜ ਆ ਗੁਰੂ ਕੋਲ ਜਾਣ ਦੀ ਤਾਂ ਕਿ ਮੇਰੇ ਕੋਲ ਕੰਪਲੀਟ ਐਂਸਰਸ ਪੈਦਾ ਹੋਣੇ ਸ਼ੁਰੂ ਹੋਣ। ਇਹ ਗੁਰਦੁਆਰਾ ਦਿੰਦਾ ਸੀ, ਨਹੀਂ ਤਾਂ ਘਰ ਵੀ ਕਈ ਬੜੇ ਵਧੀਆ ਨੇ, ਸਿੱਖ ਬੜੇ ਵਧੀਆ ਨੇ, ਕਈ ਜਥੇਬੰਦੀ ਵੀ ਬੜੀ ਵਧੀਆ ਨੇ,
ਬਟ ਸੰਗਤੀ ਰੂਪ ਵਿੱਚ ਗੁਰਦੁਆਰੇ ਆਉਣ ਦਾ ਮਤਲਬ ਸੀ ਕਿ ਇੰਡੀਵਿਜੁਅਲੀ ਜਿਹੜਾ ਬੰਦਾ ਅਤੇ ਜਿਹੜੀ ਕਮਿਊਨਿਟੀ ਆ ਜਿਹੜੀ ਸੰਗਤ ਆ ਉਹਨਾਂ ਦੇ ਵਿੱਚ ਅਜੇ ਊਣ ਤਾਈਆਂ ਨੇ। ਜਦੋਂ ਗੁਰੂ ਦੇ ਸਾਹਮਣੇ ਗੁਰੂ ਦੀ ਤਾਬਿਆ ਵਿੱਚ ਇਕੱਠੇ ਹੁੰਦੇ ਨੇ ਫਿਰ ਉਹਨਾਂ ਦੀਆਂ ਊਣ ਤਾਈਆਂ ਘਟਣੀਆਂ ਸ਼ੁਰੂ ਹੁੰਦੀਆਂ ਨੇ, ਫਿਰ ਉਹ ਇੱਕ ਪਰਫੈਕਸ਼ਨ ਵਾਲੀ ਜਿਹੜੀ ਗੱਲ ਆ ਵਿਜ਼ਡਮ ਦੀ ਸ਼ਬਦ ਦੀ ਉਹਦੇ ਵੱਲ ਜਾਂਦੀਆਂ ਨੇ। ਗੁਰਦੁਆਰੇ ਵਿੱਚ ਇਹ ਟ੍ਰੇਨਿੰਗ ਦਿੱਤੀ ਜਾਂਦੀ ਸੀ। ਅਗਲੀ ਗੱਲ ਇਹਦੇ 'ਚ ਕਰੀਏ ਕਿ ਗੁਰਦੁਆਰਾ ਫਿਰ ਸਿੱਖ ਸਾਈਕੀ ਵਿੱਚ ਐਵੇਂ ਨਹੀਂ ਵੱਡਾ ਬਣ ਗਿਆ। ਕੋਈ ਖਾਸ ਗੱਲ ਹੈ ਕਿ ਜਦ ਗੁਰਦੁਆਰੇ ਬਣਾਏ ਗਏ ਬੜਾ ਸੋਚਿਆ ਗਿਆ ਕਿ ਇਹਦੀ ਨੀਂਹ ਵੀ ਕੌਣ ਰੱਖੇ। ਗੁਰੂ ਨਾਨਕ ਸਾਹਿਬ ਨੇ ਵੀ ਪਹਿਲਾਂ ਕੰਮ ਗੁਰਦੁਆਰਾ ਨਹੀਂ ਬਣਾਇਆ ਸੀ, ਪਹਿਲਾਂ ਸੰਗਤਾਂ ਬਣਾਈਆਂ ਸੀ। ਭਾਈ ਗੁਰਦਾਸ ਜੀ ਸਾਨੂੰ ਦੱਸਦੇ ਨੇ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਉੱਥੇ ਉੱਥੇ ਉਹਨਾਂ ਨੇ ਸੰਗਤਾਂ ਕਾਇਮ ਕੀਤੀਆਂ ਅਤੇ ਉਹਨਾਂ ਨੇ ਲਿਸਟਿੰਗ ਦਿੱਤੀ ਆ ਕਿ ਕਿਹੜੀ ਸੰਗਤ ਦਾ ਕਿਹੜਾ ਇੰਚਾਰਜ ਬਣਾਇਆ। ਜਿਹੜਾ ਇੱਕ ਠੱਗ ਹੁੰਦਾ ਸੀ ਜਦੋਂ ਸੁਧਰ ਗਿਆ ਉਹਨੂੰ ਸੱਜਣ ਦੇ ਰੂਪ ਵਿੱਚ ਵੀ ਸੰਗਤ ਦਾ ਇੰਚਾਰਜ ਬਣਾਤਾ ਸੀ, ਬਟ ਗੁਰਦੁਆਰਾ ਉਹਨਾਂ ਨੇ ਬਣਾਇਆ ਥੋੜ੍ਹੀ ਦੇਰ ਬਾਅਦ। ਕਰਤਾਰਪੁਰ ਬਣਿਆ ਕਾਫੀ ਦੇਰ ਬਾਅਦ, ਸਾਡੇ ਕੰਮ ਕਿਤੇ ਉਲਟੇ ਨਾ ਹੋ ਜਾਣ। ਗਰੁੱਪ ਕੌਨਸ਼ੀਅਸਨੈਸ ਡਿਵੈਲਪ ਨਹੀਂ ਹੋਈ ਅਤੇ ਜੇ ਬਿਲਡਿੰਗ ਖੜੀ ਹੋ ਜੂਗੀ ਪੁਆੜੇ ਪੈਣ ਗਈ। ਇੱਕ ਡਿਵੈਲਪਮੈਂਟ ਚਾਹੀਦੀ ਹੈ ਮਾਇੰਡ ਦੀ, ਮਨ ਧਿਆਏ ਵਾਲੀ, ਇੱਕ ਮਨ ਧਿਆਏ ਦੀ। ਜਦ ਡਿਵੈਲਪਮੈਂਟ ਹੋ ਗਈ ਉਹ ਡਿਵੈਲਪਮੈਂਟ ਲਈ ਜਿੱਥੇ ਲੋੜ ਪਈ ਉੱਥੇ ਫਿਜ਼ੀਕਲ ਬਿਲਡਿੰਗ ਵੀ ਖੜੀ ਕਰ ਦਿੱਤੀ। ਫਿਜ਼ੀਕਲ ਬਿਲਡਿੰਗ ਨੂੰ ਅਸੀਂ ਅੱਜ ਕੱਲ੍ਹ ਗੁਰਦੁਆਰਾ ਕਹਿ ਰਹੇ ਹਾਂ ਜਿਹੜਾ ਉਸ ਵੇਲੇ ਧਰਮਸਾਲ ਕਿਹਾ ਗਿਆ। ਉਹ ਜਦ ਸਿਸਟਮ ਸਾਡੀ ਸਾਈਕੀ ਵਿੱਚ ਐਂਟਰ ਹੋਇਆ ਫਿਰ ਸਿੱਖਾਂ ਲਈ ਇਹ ਬਹੁਤ ਵੱਡੀ ਗੱਲ ਹੋ ਗਈ ਕਿ ਸਰ ਘਰ ਸਾਡੇ ਕੱਚੇ ਹੋਣ, ਭਾਵੇਂ ਸਾਨੂੰ ਮਾਰਿਆ ਜਾ ਰਿਹਾ, ਭਾਵੇਂ ਸਰਕਾਰਾਂ ਐਲਾਨ ਕਰਨ। ਜਿਵੇਂ ਇਹ ਗੁਰੂ ਅਰਜਨ ਸਾਹਿਬ ਦੇ ਵੇਲੇ ਤੋਂ ਸ਼ੁਰੂ ਹੋ ਗਿਆ ਸੀ ਇਹ ਕੰਮ, ਐਕਚੁਅਲੀ ਗੁਰੂ ਅਮਰਦਾਸ ਪਾਤਸ਼ਾਹ ਦੇ ਵੇਲੇ 'ਤੇ, ਕਿ ਜੋ ਮਰਜ਼ੀ ਹੋਵੇ ਗੁਰਦੁਆਰੇ ਨੂੰ ਪ੍ਰੋਟੈਕਟ ਕਰਨਾ, ਗੁਰਦੁਆਰੇ ਨੂੰ ਬਿਲਡ ਕਰਨਾ, ਗੁਰਦੁਆਰੇ ਨੂੰ ਡਿਫੈਂਡ ਕਰਨਾ ਸਾਡੀ ਸਾਈਕੀ ਦੇ ਵਿੱਚ ਆ ਗਿਆ। ਕਿਉਂਕਿ ਗੁਰਦੁਆਰੇ ਵਿੱਚ ਅਸੀਂ ਪੂਜਾ ਕਰਨ ਨਹੀਂ ਜਾਂਦੇ ਸੀ, ਗੁਰਦੁਆਰੇ ਵਿੱਚ ਅਸੀਂ ਸਿੱਖਿਆ ਲੈਣ ਜਾਂਦੇ ਸੀ। ਇਹ ਬਹੁਤ ਵੱਡਾ ਫਰਕ ਆ। ਹਰ ਚੀਜ਼ ਦੀ ਟ੍ਰੇਨਿੰਗ ਗੁਰਦੁਆਰਾ ਦਿੰਦਾ ਸੀ। ਅਖਾੜਾ ਗੁਰੂ ਸਾਹਿਬ ਨੇ ਕਿਉਂ ਖੋਲ੍ਹਤਾ ਗੁਰਦੁਆਰੇ ਵਿੱਚ ਹੀ? ਕਿਉਂਕਿ ਕਿੱਥੇ ਹੋਰ ਟ੍ਰੇਨਿੰਗ ਲਾਉਂਗੇ ਤੁਸੀਂ? ਸਿੱਖਾਂ ਨੇ ਆਪਣਾ ਜਿਹਨੂੰ ਅਸੀਂ ਕਹਿੰਦੇ ਹਾਂ ਤਨੋ ਮਨੋ ਧਨੋ, ਇਸ ਚੀਜ਼ ਦੀ ਸੇਵਾ ਕੀਤੀ ਕਿ ਸਾਡੀਆਂ ਟ੍ਰੇਨਿੰਗਸ ਚੰਗੀਆਂ ਹੋਣ। ਜੇ ਟ੍ਰੇਨਿੰਗ ਚੰਗੀ ਹੋਊਗੀ ਤੁਹਾਨੂੰ ਪਤਾ ਆਪਣੀ ਲਾਈਫ ਵਿੱਚ ਵੀ, ਜੇ ਡਾਕਟਰ ਚੰਗਾ ਉਹਦੀ ਟ੍ਰੇਨਿੰਗ ਚੰਗੀ ਹੁੰਦੀ ਆ ਫਿਰ ਉਹਦਾ ਆਪਣੀ ਵੀ ਹਿੰਮਤ ਹੁੰਦੀ ਆ, ਬਟ ਟ੍ਰੇਨਿੰਗ ਹੈਗੀ ਆ, ਐਵੇਂ ਨਹੀਂ ਬੰਦਾ ਹੋ ਜਾਂਦਾ ਸਾਰਾ ਕੁਝ। ਇਸ ਚੀਜ਼ ਦੀਆਂ ਟ੍ਰੇਨਿੰਗ ਜਦ ਆਈਆਂ ਅਤੇ ਜਿਹੜੇ ਸਾਡੇ ਗੁਰਦੁਆਰੇ ਟ੍ਰੇਨਿੰਗ ਵਿੱਚੋਂ ਪੈਦਾ ਹੋਏ, ਇੱਕ ਕਲੈਕਟਿਵ ਸਾਈਕੀ ਵਿੱਚੋਂ ਪੈਦਾ ਹੋਏ, ਫਿਰ ਅਸੀਂ ਉਹਨੂੰ ਡਿਫੈਂਡ ਕਰਨ ਲਈ ਵੀ ਖੜ੍ਹੇ ਹੋ ਗਏ। ਉਹਦੇ ਬਣਾਉਣ ਦੇ ਲਈ ਵੀ ਅਕਾਲ ਤਖ਼ਤ ਨੂੰ ਭਾਈ ਗੁਰਦਾਸ ਅਤੇ ਭਾਈ ਬਾਬਾ ਬੁੱਢਾ ਜੀ ਨੂੰ ਰੱਖਿਆ ਗਿਆ। ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਵੀ ਫਿਰ ਸਾਈਂ ਮੀਆਂ ਮੀਰ ਵਰਗੀਆਂ ਹਸਤੀਆਂ ਤੋਂ ਰਖਾਈਆਂ। ਮਤਲਬ ਗੁਰਦੁਆਰਾ ਬੜਾ ਸੋਚ ਕੇ ਬਣਾਇਆ ਜਾਂਦਾ ਸੀ। ਗੁਰਦੁਆਰੇ ਦੇ ਪਿੱਛੇ ਮਕਸਦ ਹੁੰਦਾ ਸੀ ਕਿ ਲਾਈਫ ਦੀਆਂ ਇਨਸਾਈਟਸ ਅਸੀਂ ਦੇਣੀਆਂ ਨੇ, ਸੋਝੀ ਦੇਣੀ ਆ, ਅਤੇ ਉਹ ਸੋਝੀ ਤੁਸੀਂ ਇੱਥੇ ਮੈਂ ਥੋੜ੍ਹੇ ਜਿਹੇ ਨਾਂ ਹੀ ਲਿਖੇ ਨੇ, ਭਾਈ ਲਾਲੋ ਨੇ ਗੁਰਦੁਆਰਾ, ਭਾਈ ਕਲਿਆਣੇ ਨੇ, ਭਾਈ ਮਹਿਤਾਬ ਸਿੰਘ, ਸੁੱਖਾ ਸਿੰਘ, ਬਾਬਾ ਦੀਪ ਸਿੰਘ, ਤੁਸੀਂ ਸਾਰੀਆਂ ਸੈਂਚੁਰੀਜ਼ ਵਿੱਚ ਦੇਖ ਲਓਗੇ ਕਿ ਜਿੱਥੇ ਸਿੱਖਾਂ ਨੂੰ ਖਾਸ ਟ੍ਰੇਨਿੰਗ ਦਿੱਤੀ ਜਾਂਦੀ ਸੀ, 84 ਵੇਲੇ ਵੀ ਕੀ ਹੋਇਆ, ਉੱਥੋਂ ਆਵਾਜ਼ ਬੁਲੰਦ ਕੀਤੀ ਗਈ ਗਦਰਵਾਲ ਸਾਹਿਬ ਕੰਪਲੈਕਸ ਤੋਂ ਕਿ ਹੁਣ ਸਮੁੱਚਾ ਸਿੱਖ ਜਗਤ ਜਿਹੜਾ ਉਹ ਤਿਆਰ ਹੋ ਜਾਵੇ ਮੁਕਾਬਲੇ ਦੇ ਲਈ, ਇਹੀ ਕਿਹਾ ਗਿਆ ਸੀ। ਅਤੇ ਲੋਕ ਤਿਆਰ ਹੋ ਗਏ, ਸਾਰੇ ਤਾਂ ਨਹੀਂ ਉੱਠ ਕੇ ਗਏ, ਬਟ ਕਈ ਗਵਰਨਮੈਂਟ ਦੇ ਵੀ ਇੰਪਲੋਈ ਸੀ ਉਹ ਵੀ ਉੱਠ ਗਏ, ਕਈ ਹਿੰਦੁਸਤਾਨ ਦੀ ਆਰਮੀ ਵਾਲੇ ਵੀ ਉੱਠੇ, ਕਈ ਸ਼ਹਿਰੀ ਵੀ ਉੱਠੇ, ਕਈ ਪੇਂਡੂ ਵੀ ਉੱਠੇ। ਬੜੋ ਲੀਡਰਸ਼ਿਪ ਇਹੋ ਜਿਹੀ ਸੀ ਬਾਬਾ ਜਗਨੈਨ ਸਿੰਘ ਭਿੰਡਰਾਂ ਵਾਲਿਆਂ ਦੀ, ਕਿਉਂਕਿ ਸਮੁੱਚੀ ਸਾਈਕੀ ਨੂੰ ਉਹਨਾਂ ਨੇ ਨਜ਼ਰਅੰਦਾਜ਼ ਨਹੀਂ ਕੀਤਾ, ਉਹਨੂੰ ਮੱਧ ਨਜ਼ਰ ਰੱਖਿਆ, ਉਹਨਾਂ ਦੇ ਸਾਹਮਣੇ ਇਹ ਗੱਲ ਪੇਸ਼ ਕੀਤੀ ਕਿ ਹੁਣ ਜੋ ਕੀਤਾ ਜਾ ਰਿਹਾ ਇਹ ਇੱਕ ਸਿੱਖ ਜਾਂ ਇੱਕ ਜਥੇਬੰਦੀ ਦੀ ਗੱਲ ਨਹੀਂ ਆ, ਹੁਣ ਇੱਥੇ ਇਕੱਠੇ ਹੋ ਜਾਵੋ। ਟ੍ਰੇਨਿੰਗ ਉੱਥੇ ਵੀ ਸ਼ੁਰੂ ਹੋਈ ਜਿਵੇਂ ਬਾਬਾ ਭਾਈ ਬੁੱਢਾ ਜੀ ਹੋਣਾ ਦੇ ਵੇਲੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸ਼ੁਰੂ ਕੀਤੀਆਂ ਸੀ। ਯੈਸ ਇਟ ਇਜ਼ ਕੰਟਰੋਵਰਸ਼ਲ, ਤੁਸੀਂ ਉਸ ਵੇਲੇ ਦੇ ਅਕਾਊਂਟ ਪੜ੍ਹੋ ਜਦ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਟ੍ਰੇਨਿੰਗ ਕੀਤੀ, ਬੜੀ ਕੰਟਰੋਵਰਸ਼ਲ ਗੱਲ ਸੀ। ਅੱਜ ਹੀ ਮੈਂ ਕਿਤੇ ਸਟੂਡੈਂਟਸ ਦੇ ਨਾਲ ਸੀਗਾ, ਉੱਥੇ ਉਹਨਾਂ ਨੂੰ ਦੱਸ ਰਿਹਾ ਸੀ ਉਸ ਵੇਲੇ ਜਿਹੜਾ ਸ਼ਿਵਾਜੀ ਸੀ ਉਹਦਾ ਗੁਰੂ ਉਹਨਾਂ ਨੂੰ ਮਿਲਿਆ, ਸਮਰੱਥ ਰਾਮਦਾਸ ਉਹਦਾ ਨਾਂ ਲਿਖਿਆ ਹਿਸਟਰੀ 'ਚ, ਅਤੇ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮਿਲਦਾ ਅਤੇ ਕਹਿੰਦਾ ਤੁਸੀਂ ਤਾਂ ਲੱਗਦੇ ਹੀ ਨਹੀਂ ਕਿ ਸਪਿਰਿਚੁਅਲ ਬੰਦੇ ਹੋ, ਇਹੀ ਕਹਿੰਦੇ ਨਾ ਆਪਾਂ, ਕਹਿੰਦਾ ਤੁਸੀਂ ਲੱਗਦੇ ਹੀ ਨਹੀਂ ਦੇਖਣ ਨੂੰ ਕਿ ਸਾਧੂ ਹੋਵੋ ਜਾਂ ਸੰਤ ਹੋਵੋ ਜਾਂ ਗੁਰੂ ਨਾਨਕ ਦੇ ਘਰ ਦੇ ਵਾਰਿਸ ਹੋਵੋ। ਕਹਿੰਦਾ ਤੂੰ ਮੇਰੀ ਸ਼ਕਲ ਵੱਲ ਨਾ ਦੇਖ, ਗੁਰੂ ਨਾਨਕ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਜਿਹੜਾ ਜਵਾਬ ਸੀ, ਕਹਿੰਦਾ ਅੰਦਰੋਂ ਮੈਂ ਉਨਾ ਹੀ ਸਾਧੂ ਹਾਂ ਬਟ ਬਾਹਰੋਂ ਮੈਂ ਪੂਰਾ ਪ੍ਰਿੰਸ ਹੈਗਾ। ਇਹ ਸਾਨੂੰ ਇਹ ਗੱਲਾਂ ਸਮਝਣੀਆਂ ਪੈਣਗੀਆਂ ਕਿ ਗੁਰੂ ਸਾਹਿਬਾਨ ਨਾਲ ਵੀ ਇਹੋ ਜਿਹੀਆਂ ਗੱਲਾਂ ਹੋਈਆਂ ਨੇ। ਇਹ ਬਾਹਰੋਂ ਅਤੇ ਅੰਦਰੋਂ ਨਹੀਂ ਕੋਈ ਗੱਲ ਹੁੰਦੀ, ਗੱਲ ਇਹ ਹੁੰਦੀ ਹੈ ਕਿ ਬੰਦੇ ਆਪਣੇ ਆਪ ਨੂੰ ਕਿਵੇਂ ਕੈਰੀ ਕਰ ਰਿਹਾ। ਜੇ ਤੁਹਾਨੂੰ ਪਤਾ, ਜੇ ਮਨ ਦੇ ਵਿੱਚ ਕਲੈਰਿਟੀ ਆ, ਤੁਸੀਂ ਸਾਰੀਆਂ ਉਹ ਟ੍ਰੇਨਿੰਗਸ ਲਾਓਗੇ ਜਿਹੜੀ ਲੋਕਾਂ ਦੇ ਰਾਈਟਸ ਨੂੰ ਅਸਟੈਬਲਿਸ਼ ਕਰਨਗੀਆਂ, ਅਤੇ ਜਿਹੜੀਆਂ ਥਾਵਾਂ 'ਤੇ ਰਾਈਟਸ ਦਿੱਤੇ ਜਾਂਦੇ ਨੇ ਉਹ ਇਹੋ ਜਿਹੀਆਂ ਥਾਵਾਂ ਤੁਸੀਂ ਫਿਰ ਬਣਾਓਗੇ, ਅਤੇ ਉਹ ਇਹੋ ਜਿਹੀ ਥਾਂ 'ਤੇ
ਸਿੱਖਾਂ ਨੇ ਦੇਖੋ ਕਿਹੜੇ ਲੈਵਲ 'ਤੇ ਆਪਣੇ ਸਿੰਬਲਿਜ਼ਮ ਤਿਆਰ ਕੀਤੇ ਗੁਰਦੁਆਰਿਆਂ ਦੇ ਬਾਹਰ। ਅੱਜ ਕੱਲ੍ਹ ਨਿਸ਼ਾਨ ਸਾਹਿਬ ਤਾਂ ਬੜੀ ਥਾਵਾਂ 'ਤੇ ਲੱਗੇ ਨੇ ਅਤੇ ਲੋਕ ਮੱਥੇ ਜ਼ਰੂਰ ਟੇਕ ਰਹੇ ਨੇ, ਬਟ ਸਾਨੂੰ ਸਮਝ ਨਹੀਂ ਆ ਰਿਹਾ ਇਹਦਾ ਮਤਲਬ ਕੀ ਹੈ। ਨਿਸ਼ਾਨ ਸਾਹਿਬ ਦਾ ਮੱਥਾ ਟੇਕਣ ਦੀ ਗੱਲ ਹੁੰਦੀ ਨਹੀਂ ਸੀ। ਕਿਸੇ ਕੰਟਰੀ ਦੇ ਬਾਹਰ ਜੇ ਫਲੈਗ ਲੱਗਿਆ ਹੋਵੇ ਕੀ ਮਕਸਦ ਹੁੰਦਾ ਉਹਦਾ? ਉਹਦਾ ਇੱਕੋ ਪਰਪਸ ਹੁੰਦਾ ਕਿ ਭਾਵੇਂ ਕਿਸੇ ਐਮਬਸੀ, ਭਾਵੇਂ ਹਿੰਦੁਸਤਾਨ ਦੀ ਐਮਬਸੀ ਲੰਡਨ ਵਿੱਚ ਵੀ ਹੋਵੇ ਨਾ, ਜਿੱਥੇ ਉਹ ਫਲੈਗ ਲੱਗ ਜਾਂਦਾ ਉਹਦਾ ਮਤਲਬ ਆ ਉੱਥੇ ਕਿਹਦਾ ਰੂਲ ਅਪਲਾਈ ਹੋਊ। ਉੱਥੇ ਕਿਸੇ ਬੰਦੇ ਦਾ ਰੂਲ ਨਹੀਂ ਚੱਲ ਸਕਦਾ, ਕਿਸੇ ਫੈਮਿਲੀ ਦਾ ਰੂਲ ਨਹੀਂ ਚੱਲ ਸਕਦਾ। ਨਿਸ਼ਾਨ ਦਾ ਮਤਲਬ ਇਹ ਹੁੰਦਾ ਕਿ ਇੱਥੇ ਹੁਣ ਗੁਰੂ ਦਾ ਰੂਲ ਚੱਲੂ। ਹੁਣ ਸਾਡੇ ਗੁਰਦੁਆਰਿਆਂ ਵਿੱਚ ਵੀ ਤੁਸੀਂ ਦੇਖੋ ਕੀ ਹਾਲ ਹੋ ਗਿਆ, ਜਾਂ ਸਿੱਖਾਂ ਨੇ ਅਲਟਰਨੇਟਿਵ ਫਲੈਗ ਨਿਸ਼ਾਨ ਸਾਹਿਬ ਜਿਹਨੂੰ ਅਸੀਂ ਕਹਿੰਦੇ ਹਾਂ ਲਾ ਤਾ, ਇਹਦਾ ਮਤਲਬ ਹੋ ਗਿਆ ਇੱਥੇ ਜਿਹੜਾ ਗੁਰੂ ਨਾਨਕ ਸਾਹਿਬ ਨੇ ਰਾਜ ਚਲਾਇਆ ਉਹ ਵਾਲਾ ਰੂਲ ਚੱਲੂ। ਇੱਥੇ ਜਿਹੜੀ ਸਮੇਂ ਦੀ ਸਰਕਾਰ ਕਹਿੰਦੀ ਆ ਜਾਂ ਜਿਹੜੇ ਸਿੱਖ ਸੰਗਤਾਂ ਵਿੱਚੋਂ ਹੀ ਉਹਨਾਂ ਦੇ ਨਾਲ ਰਲ ਜਾਂਦੇ ਨੇ ਉਹਨਾਂ ਦੀ ਗੱਲ ਨਹੀਂ ਮੰਨੀ ਜਾਊ। ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਯਹੂਦੀਆਂ ਦੀ ਕਿਸੇ ਸਟੇਜ 'ਤੇ ਅੱਜ ਵੀ ਜਿਹੜਾ ਨਾਰਸੀ ਸਪੋਰਟਰ ਹੋਵੇ ਉਹ ਬੋਲ ਜਾਵੇ, ਬਟ ਸਾਡੇ ਗੁਰਦੁਆਰਿਆਂ ਵਿੱਚ ਜਿਹੜੀ ਹਿੰਦੁਸਤਾਨ ਦੀ ਸਰਕਾਰ ਸਾਨੂੰ ਮਾਰਦੀ ਹੈ ਉਹਦੇ ਸਮਰਥਕ ਆ ਕੇ ਬੋਲ ਜਾਂਦੇ ਨੇ। ਸਾਨੂੰ ਆਪ ਸੋਚਣਾ ਪਊ ਸੰਗਤ ਦੇ ਰੂਪ ਵਿੱਚ ਕੀ ਚੱਲ ਰਿਹਾ। ਮੈਂ ਕੋਈ ਤੁਹਾਨੂੰ ਰੋਕਟ ਸਾਇੰਸ ਦੀਆਂ ਗੱਲਾਂ ਹੀ ਦੱਸ ਰਿਹਾ, ਸਿੱਧੀਆਂ ਹੀ ਗੱਲਾਂ ਨੇ ਇਹ। ਫਲੈਗ ਜਦ ਲੱਗ ਗਿਆ, ਨਿਸ਼ਾਨ ਸਾਹਿਬ ਜਦ ਲੱਗ ਗਿਆ, ਉੱਥੇ ਇੱਕੋ ਗੱਲ ਆ ਕਿ ਇੱਥੇ ਤਾਂ ਇੱਕ ਨਿਸ਼ਾਨ ਜਿਹਦੇ ਬਾਰੇ ਅਸੀਂ ਕੌਮੀ ਅਰਦਾਸ ਵਿੱਚ ਬੋਲਦੇ ਹਾਂ ਕਿ ਉਹ ਜੁਗੋ ਜੁਗ ਅਟਲ ਰਹੇ, ਮਤਲਬ ਫੋਰ ਆਲ ਟਾਈਮਸ ਐਂਡ ਏਜਸ, ਉਸ ਦੀ ਪ੍ਰੋਟੈਕਸ਼ਨ ਦੇ ਲਈ ਉਹ ਰੂਲ ਉੱਥੇ ਕਾਇਮ ਹੋਣਾ ਚਾਹੀਦਾ ਗੁਰਦੁਆਰਿਆਂ ਵਿੱਚ ਜਿਹੜਾ ਸਮੁੱਚੀ ਕੌਮ 'ਤੇ ਲਾਗੂ ਹੋਵੇ। ਇਸ ਕਰਕੇ ਨਿਸ਼ਾਨ ਸਾਹਿਬ ਲਾਇਆ ਜਾਂਦਾ ਸੀ। ਨਗਾੜਾ ਹਰ ਕੋਈ ਨਹੀਂ ਵਜਾ ਸਕਦਾ ਸੀ, ਨਗਾੜਾ ਸਾਊਥ ਏਸ਼ੀਆ ਵਿੱਚ ਉਹਨਾਂ ਦੇ ਕੋਲ ਹੁੰਦਾ ਸੀ ਜਿਹੜੇ ਆਜ਼ਾਦ ਸੀ, ਅਤੇ ਜਦ ਨਗਾੜਾ ਵਜਾਇਆ ਜਾਂਦਾ ਸੀ ਉਹਦਾ ਮਤਲਬ ਸੀ ਕਿ ਜਿਹੜਾ ਆਜ਼ਾਦ ਹੈ ਹੁਣ ਉਹਦਾ ਹੁਕਮ ਸੁਣ ਲਓ। ਸਿੱਖਾਂ ਨੇ ਆਪਣੇ ਹਰੇਕ ਗੁਰਦੁਆਰੇ ਵਿੱਚ ਨਗਾੜਾ ਰੱਖ ਲਿਆ, ਹੁਣ ਸਾਡੇ ਗੁਰਦੁਆਰਿਆਂ 'ਚ ਵੀ ਗਾਇਬ ਹੋ ਗਏ। ਇੱਕ ਇਹ ਵੀ ਨਿਸ਼ਾਨੀ ਅਸੀਂ ਕਿੱਧਰ ਜਾ ਰਹੇ ਹਾਂ? ਮੈਨੂੰ ਯਾਦ ਹੈ ਛੋਟੇ ਹੁੰਦੇ ਮੈਂ ਆਮ ਤੌਰ ਦੱਸਦਾ ਹੁੰਦਾ ਇਹ ਗੱਲ ਕਿ ਪੰਜਾਬ ਵਿੱਚ ਮੁੱਲਾਂਪੁਰ ਦੇ ਲਾਗੇ ਮੇਰੇ ਨਾਨਕੇ ਸੀ, ਉੱਥੇ ਮੈਂ ਜਾਂਦਾ ਹੁੰਦਾ ਸੀ 12 ਸਾਲ ਦੀ ਉਮਰ ਤੱਕਰ ਉੱਥੇ ਜਾਂਦਾ ਰਿਹਾ। ਅਤੇ ਪਹਿਲੀ ਵਾਰ ਜਦ ਮੈਂ ਗਿਆ, ਆਈ ਡੋਂਟ ਨੋ, ਮੈਂ ਝਾਂਸੀ 'ਚ ਹੁੰਦਾ ਸੀ ਉਹਨਾਂ ਦਿਨਾਂ ਵਿੱਚ, ਤਾਂ ਯੂਪੀ ਤੋਂ ਗਏ ਅਤੇ ਅਰਦਾਸ ਹੋ ਕੇ ਅੜੀ ਅਤੇ ਜ਼ੋਰ ਦੀ ਵੱਜਿਆ ਅਤੇ ਮੈਂ ਥੋੜ੍ਹਾ ਜਿਹਾ ਹਿਲ ਵੀ ਗਿਆ। ਉਹਦਾ ਪਰਪਸ ਵੀ ਹੈ ਬੰਦੇ ਨੂੰ ਹਿਲਾਓ, ਅਰਦਾਸ ਹੀ ਜੀ ਅਸੀਂ ਸੌਂ ਜਾਂਦੇ ਹਾਂ, ਬੋਲੇ ਸੋ ਉਹਦੇ ਹਾਲ ਕਹਿਣ ਲਈ ਤਿਆਰ ਹੋ ਜਾਂਦੇ ਹਾਂ। ਉਹਦਾ ਮਤਲਬ ਹੀ ਨਹੀਂ ਸਾਨੂੰ ਯਾਦ ਕਿ ਜਦ ਅਸੀਂ ਸਤਿ ਸ਼੍ਰੀ ਅਕਾਲ ਬੋਲ ਰਹੇ ਹਾਂ, ਪਹਿਲੀ ਗੱਲ ਉਹ ਵੀ ਠੀਕ ਨਹੀਂ ਬੋਲਦੇ, ਬਲ ਅਸੀਂ ਬੋਲ ਰਹੇ ਹਾਂ ਉਹਦਾ ਮਤਲਬ ਇਹ ਹੁੰਦਾ ਸੀ ਕਿ ਹੁਣ ਤੱਕਰ ਜਿਹੜੀਆਂ ਗੱਲਾਂ ਹੋਈਆਂ ਮੈਂ ਇਹਨਾਂ ਗੱਲਾਂ ਨੂੰ ਮੰਨਦਾ ਅਤੇ ਇਹਨਾਂ ਦੇ ਪ੍ਰਤੀ ਆਪਣਾ ਸਾਰਾ ਕੁਛ ਲਾਉਣ ਲਈ ਤਿਆਰ ਹਾਂ। ਹੁਣ ਸਾਡੇ ਜਿਹੜੇ ਬੋਲਬਾਲੇ ਨੇ ਇਸ ਕਰਕੇ ਵੀ ਘੱਟ ਰਹੇ ਨੇ, ਸਾਨੂੰ ਸਮਝ ਹੀ ਨਹੀਂ ਆ ਰਿਹਾ ਕਿਉਂਕਿ ਨਗਾੜਾ ਵੀ ਨਹੀਂ ਵੱਜ ਰਿਹਾ। ਹੁਣ ਸਾਡੇ ਗੁਰਦੁਆਰੇ ਹੁੰਦੇ ਸੀ, ਸਾਡੀ ਐਮਬਸੀਜ਼, ਸਾਡੀ ਕੈਪੀਟਲ ਹੁੰਦੀ ਸੀ, ਸਾਡਾ ਅਕਾਲ ਤਖਤ ਸਾਹਿਬ, ਅਲਟਰਨੇਟਿਵ ਥਰੋਨ ਜਿਹੜਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸੈਟਅਪ ਕੀਤਾ, ਹੁਣ ਸਾਡੀਆਂ ਐਮਬਸੀਜ਼ ਵਿੱਚ ਹੀ ਜੇ ਹੋਰਾਂ ਦੀਆਂ ਗੱਲਾਂ ਚੱਲਣ, ਇੱਕ ਪਰਿਵਾਰ ਦੀਆਂ ਗੱਲਾਂ ਚੱਲਣ, ਸਾਡਾ ਕੀ ਹਾਲ ਹੋਊ? ਇਸ ਕਰਕੇ ਵੀ ਕਨਫਿਊਜ਼ਨ ਬਹੁਤ ਵੱਧ ਰਿਹਾ। ਨਗਾੜਾ ਸਾਈਨ ਸੀਗਾ ਕਿ ਸੁਤੰਤਰਤਾ ਦੀ ਨਿਸ਼ਾਨੀ ਸੀ ਕਿ ਇੱਥੇ ਗੁਰੂ ਦੀ ਗੱਲ ਹੋਣ ਲੱਗੀ ਆ, ਖਾਲਸਾ ਪੰਥ ਦੀ ਗੱਲ ਹੋਣ ਲੱਗੀ ਆ, ਉਹ ਪੰਥ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿੰਦਾ ਉਹਨਾਂ ਦਾ ਐਲਾਨ ਕੀਤਾ ਜਾਂਦਾ ਸੀ। ਕੋਸ਼ਿਸ਼ ਕਰੋ ਕਿ ਨਗਾੜੇ ਵਾਪਸ ਲੈ ਕੇ ਆਓ, ਇਹ ਵੱਡੇ ਸਿੰਬਲ ਨੇ, ਇਹ ਐਵੇਂ ਛੋਟੀਆਂ ਮੋਟੀਆਂ ਗੱਲਾਂ ਨਹੀਂ ਹੈਗੀਆਂ। ਫਿਰ ਚੰਦੋਆ ਹੋਣਾ, ਚੌਰ ਕਰਨੀ, ਇਸ ਥਾਂ ਨੂੰ ਵੀ ਅਸੀਂ ਕਹਿੰਦੇ ਸੀ ਦਰਬਾਰ, ਦੀਵਾਨ, ਇਹ ਲਫ਼ਜ਼ ਹੈਗੇ ਨੇ ਪੋਲੀਟੀਕਲ। ਦੀਵਾਨ ਹੁੰਦਾ ਕੋਰਟ, ਦਰਬਾਰ ਹੁੰਦੀ ਹੈ ਕੋਰਟ, ਕੋਰਟ ਦੇ ਵਿੱਚ ਕੋਈ ਸੁਪੀਰੀਅਰ ਅਥੋਰਿਟੀ ਹੁੰਦੀ ਆ, ਸਾਡੀ ਸਭ ਤੋਂ ਸੁਪੀਰੀਅਰ ਅਥੋਰਿਟੀ ਆ ਗੁਰੂ ਗ੍ਰੰਥ ਸਾਹਿਬ, ਇਸ ਕਰਕੇ ਚੋਰ ਕੀਤੀ ਜਾਂਦੀ ਆ। ਅੱਜ ਵੀ ਕੁਈਨ ਨੇ ਕਿਤੇ ਖੜਨਾ ਹੋਵੇ ਨਾ ਤੇ ਉਹਦੇ ਲਈ ਅੰਬਰੈਲਾ ਜਾਂ ਕੈਨਪੀ ਉੱਪਰ ਲੱਗੀ ਹੁੰਦੀ ਆ, ਇਹ ਸੁਤੰਤਰਤਾ ਦੀ ਨਿਸ਼ਾਨੀ ਆ, ਕੌਣ ਆ ਸੋਵਰਨ। ਸਾਡੇ ਗੁਰਦੁਆਰਿਆਂ ਵਿੱਚ ਸਾਡੇ ਨਿਆਣਿਆਂ ਨੂੰ ਜੇ ਗੱਲ ਸਮਝਾਉਣੀ ਆ ਤੇ ਆਪ ਵੀ ਸਮਝਣੀ ਆ, ਇੱਦਾਂ ਸਮਝਾਓ ਚੋਰ ਕੁਛ ਹੋਰ ਕੰਮ ਲਈ ਨਹੀਂ ਲੱਗੀ ਹੋਈ ਜਿਵੇਂ ਅਸੀਂ ਬਣਾ ਲਈਆਂ ਗੱਲਾਂ ਐਵੇਂ ਹੀ। ਇਹਦਾ ਮਤਲਬ ਇਹ ਸੀ ਕਿ ਦਿਸ ਇਜ਼ ਦੀ ਹਾਇਐਸਟ ਅਥੋਰਿਟੀ, ਐਂਡ ਇਨ ਫਰੰਟ ਆਫ ਦ ਹਾਇਐਸਟ ਅਥੋਰਿਟੀ ਜਿਹੜਾ ਮੱਥਾ ਟੇਕੂ, ਕੋਈ ਹੋਰ ਪਿਕਚਰ ਤੇ ਕੋਈ ਅਥੋਰਿਟੀ ਨਹੀਂ ਬਹਿ ਸਕਦੀ ਉਹਦੇ ਪੈਰਲਲ। ਇਹ ਸਾਰੇ ਸਿੱਖਾਂ ਨੂੰ ਕਲੀਅਰ ਸੀ। ਅਸੀਂ ਪਹਿਲਾਂ ਵੀ ਬੜੇ ਵਿਵਾਦਾਂ 'ਚ ਹੁੰਦੇ ਸੀ 18th ਸੈਂਚੁਰੀ 'ਚ ਵੀ, ਉਸ ਤੋਂ ਪਹਿਲਾਂ ਵੀ 20th ਸੈਂਚੁਰੀ 'ਚ ਵੀ ਕਰਦੇ ਰਹੇ ਹਾਂ, ਬਟ ਇਹ ਕਲੈਰਿਟੀ ਹੋਣੀ ਕਿ ਅਥੋਰਿਟੀ ਇੱਕੋ ਹੋ ਸਕਦੀ ਹੈ, ਹਾਇਐਸਟ ਸੋਵਰਨ ਇੱਕੋ ਹੀ ਹੋ ਸਕਦਾ, ਅਤੇ ਉਹ ਸੋਵਰਨ ਦੇ ਅੱਗੇ ਚੋਰ ਕਰਨੀ, ਤਾਬਿਆਦਾਰ ਦਾ ਹੋਣਾ, ਚੰਦੋਵਾ ਲਾਉਣਾ, ਇਸ ਗੱਲ ਦੀ ਨਿਸ਼ਾਨੀ ਸੀ ਕਿ ਇਹ ਸਾਡਾ ਸੱਚਾ ਪਾਤਸ਼ਾਹ, ਅੱਜ ਵੀ ਅਸੀਂ ਕਹਿੰਦੇ ਹਾਂ ਸੱਚਾ ਪਾਤਸ਼ਾਹ, ਮਤਲਬ ਜਿਹੜਾ ਬਾਦਸ਼ਾਹਾਂ ਤੋਂ ਗਾਹਾਂ। ਜਿਵੇਂ ਜਹਾਂਗੀਰ ਵੇਲੇ ਜਿਹੜੇ ਜਹਾਂਗੀਰ ਦੇ ਏਜੰਟ ਹੁੰਦੇ ਸੀ ਉਹਨਾਂ ਦਾ ਨਾਂ ਹੁੰਦਾ ਸੀ ਮਸਨਦ ਏ ਅਲੀ,
ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨਾਲ ਜਿਹੜੇ ਲੱਗੇ ਉਹਨਾਂ ਦਾ ਨਾਂ ਪੈ ਗਿਆ ਮਸੰਦ, ਉਹਨਾਂ ਨੇ ਲਫ਼ ਚੇਂਜ ਕਰਤਾ ਸੀ। ਮਸੰਦ ਇੱਕ ਵਧੀਆ ਗੱਲ ਹੁੰਦੀ ਸੀ, ਬਟ ਜਦੋਂ ਕਰਪਟ ਹੋ ਗਏ ਗੁਰੂ ਸਾਹਿਬ ਨੇ ਹਟਾ ਤੇ। ਤੇ ਜਦ ਤੱਕ ਕਿਸੇ ਵੀ ਕਮਿਊਨਿਟੀ ਵਿੱਚ ਫਰੋਮ ਲੋਕਲ ਗੁਰਦੁਆਰਾ ਤੋਂ ਅਕਾਲ ਤਖਤ ਸਾਹਿਬ, ਜੇ ਉਹ ਬੰਦੇ ਕੌਮੀ ਰੂਪ ਵਿੱਚ ਗੱਲਾਂ ਨੂੰ ਅੱਗੇ ਕਰ ਰਹੇ ਨੇ, ਸਾਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ। ਜੇ ਉਹ ਕੌਮੀ ਰੂਪ ਵਿੱਚ ਗੱਲਾਂ ਨੂੰ ਥੱਲੇ ਕਰ ਰਹੇ ਆ, ਸਾਨੂੰ ਵੀ ਉਹਨਾਂ ਨੂੰ ਹਟਾ ਦੇਣਾ ਚਾਹੀਦਾ। ਬੜੇ ਸਿੱਧੇ ਲਿਟਮਸ ਟੈਸਟ ਨੇ ਸਾਰੇ। ਇੰਪਲੀਮੈਂਟੇਸ਼ਨ ਇੱਕ ਦੋ ਬੰਦੇ ਜਾਂ ਜਥੇਬੰਦੀ ਲਈ ਨਹੀਂ ਹੁੰਦੇ, ਉਹ ਹੁੰਦੇ ਨੇ ਸਾਰੀ ਸੰਗਤ ਦੇ ਰੂਪ ਵਿੱਚ ਇਹ ਕੰਮ ਕੀਤਾ ਜਾਵੇ। ਹੁਣ ਇੱਥੇ ਮੈਂ ਇੱਕ ਗੱਲ ਹੋਰ ਕਰ ਦੇਵਾਂ, ਸੰਗਤ ਲਫ਼ਜ਼ ਸਮਝਣਾ ਬਹੁਤ ਜ਼ਰੂਰੀ ਆ। ਇਹ ਦੋ ਲਫ਼ਜ਼ਾਂ ਦਾ ਸੁਮੇਲ ਆ, ਸੰਘ ਅਤੇ ਗਤੇ। ਸੰਘ ਹੁੰਦਾ ਜਿਵੇਂ ਬੁੱਧਿਜ਼ਮ ਵਿੱਚ ਹੈ ਨਾ ਸੰਘਾ ਜਿਹਨੂੰ ਕਹਿੰਦੇ, ਕਮਿਊਨੀਅਨ, ਜਿੱਥੇ ਇਕੱਠਾ ਕੀਤਾ ਜਾਂਦਾ, ਅਸੀਂ ਇਕੱਠੇ ਹੋਏ ਨਾ ਇੱਥੇ। ਅਤੇ ਸੰਘ ਹੁੰਦਾ ਜਿੱਥੇ ਇਕੱਠੇ ਹੋਣ ਦੀ ਥਾਂ, ਅਤੇ ਗਤੀ ਹੁੰਦੀ ਆ ਮੂਵਮੈਂਟ, ਜਿੱਥੇ ਇਕੱਠੇ ਹੋਏ ਆ ਲੋਕ ਕੁਛ ਕਰਨ ਦੇ ਲਈ, ਮੂਵ ਕਰਨ ਲਈ ਕੁਛ, ਕੋਈ ਏਜੰਡਾ ਜਾਂ ਕਈ ਆਈਡੀਆ ਨੂੰ ਮੂਵ ਕਰਨ ਦੇ ਲਈ। ਐਵੇਂ ਹਰ ਚੀਜ਼ ਨੂੰ ਸੰਗਤ ਨਾ ਬਣਾ ਲਿਓ। ਭਾਈ ਗੁਰਦਾਸ ਨੇ ਲਿਖਿਆ ਸੰਗਤ ਵੀ ਬੜੇ ਕਿਸਮ ਦੀ ਆ, ਇੱਕ ਉਹੀ ਜੀ ਆ ਜਿਹੜੀ ਬਦਲਾਂ ਨੂੰ ਵਰਸਣ ਲੱਗਦੇ ਨੇ ਅਤੇ ਰੋੜ ਕੇ ਲੈ ਜਾਂਦੀ ਹੈ ਕਿ ਕੰਮ ਨਹੀਂ ਕਰਨ ਦਿੰਦੀ, ਕਹਿੰਦੀ ਇਹ ਵੀ ਸੰਗਤ ਹੈ। ਬਟ ਅਸੀਂ ਉਹ ਸੰਗਤ ਲੈਣ ਤਾਂ ਨਹੀਂ ਇਕੱਠੇ ਹੋ ਗਏ ਇੱਥੇ ਕਿ ਕੋਈ ਚੰਗਾ ਕੰਮ ਹੋਣ ਲੱਗਿਆ ਹੋਵੇ ਅਸੀਂ ਮੇਕ ਸ਼ੋਰ ਕਰੀਏ ਕਿ ਨਾ ਹੋਵੇ। ਸੰਗਤ ਜਸਟ ਮੀਨਸ ਕਿ ਇਕੱਠੇ ਹੋਣਾ ਕੋਈ ਚੀਜ਼ ਨੂੰ ਮੂਵ ਕਰਨ ਲਈ। ਐਜ਼ ਏ ਕਮਿਊਨਿਟੀ, ਐਜ਼ ਏ ਸੰਗਤ, ਸਾਨੂੰ ਡਿਸਾਈਡ ਕਰਨਾ ਪਊ ਕਿ ਇਸ ਗੁਰਦੁਆਰੇ ਵਿੱਚ ਜੇ ਅਸੀਂ ਇਕੱਠੇ ਹੋਏ ਹਾਂ ਤਾਂ ਸਾਡਾ ਕੀ ਮਕਸਦ, ਅਸੀਂ ਕਿੱਥੇ ਜਾਣਾ। ਜਦ ਅਗਲੀ ਵਿਸਾਖੀ ਆਉਂਦੀ ਹੈ, ਐਕਸਕਿਊਜ਼ ਮੀ, ਜਾਂ ਅਗਲਾ ਨਗਰ ਕੀਰਤਨ ਆਉਂਦਾ, ਸਾਡੀ ਕੀ ਹੁਣ ਤੁਹਾਡੇ ਇਲੈਕਸ਼ਨ ਕੋਈ ਆਉਣਗੇ, ਸਾਡੇ ਗੱਲ ਹੋਊਗੀ, ਪੂਰੀ ਡਿਬੇਟ ਹੋਊਗੀ ਕਿ ਸਾਡਾ ਏਜੰਡਾ ਕੀ ਹੈ, ਅਸੀਂ ਕੀ ਡਿਲੀਵਰੀਜ਼ ਕੀਤੀਆਂ। ਇਹ ਗੱਲਾਂ ਦਾ ਡਿਸਕਸ਼ਨ ਬਹੁਤ ਜ਼ਰੂਰੀ ਹੈ ਸੰਗਤ ਦੇ ਰੂਪ ਵਿੱਚ, ਨਹੀਂ ਤਾਂ ਸਟੈਟਸ ਕੋ ਕੰਮ ਚੱਲਦੇ ਰਹਿਣਗੇ, ਜਿਵੇਂ ਪਹਿਲਾਂ ਵੀ ਚੱਲਦੇ ਆਏ ਸੀ, ਹੁਣ ਵੀ ਚੱਲਦੇ ਜਾਣਗੇ। ਗੁਰਦੁਆਰੇ ਦੇ ਬਾਰੇ ਇਹ ਮੈਂ ਪੰਜ ਗੱਲਾਂ ਇੱਥੇ ਹੋਰ ਕਰਨੀਆਂ ਚਾਹਾਂਗਾ। ਮਹਾਨ ਕੋਸ਼ ਵਿੱਚ ਦੱਸਿਆ ਗੁਰਦੁਆਰੇ ਦੇ ਪੰਜ ਫੰਕਸ਼ਨਸ ਨੇ। ਪਹਿਲਾਂ ਤੁਸੀਂ ਉੱਥੇ ਪੜ੍ਹ ਲਓ, ਸਾਨੂੰ ਕਲੀਅਰ ਆ ਕਿ ਇੱਥੇ ਰੱਬ ਦੀ ਯਾਦ ਦਵਾਈ ਜਾਵੇ, ਸਿਮਰਨ ਕਰਾਇਆ ਜਾਵੇ। ਅਸੀਂ ਸਿਮਰਨ ਲਫ਼ਜ਼ ਦੇ ਪਿੱਛੇ ਵੀ ਬੜੇ ਪੁਆੜੇ ਪਾਏ ਨੇ, ਜਿਵੇਂ ਮਰਜ਼ੀ ਤੁਸੀਂ ਯਾਦ ਕਰਨਾ ਕਰੋ, ਬਟ ਕਰੋ ਜ਼ਰੂਰ। ਕਿਉਂ ਆਪਾਂ ਐਵੇਂ ਬਹਿਸ ਪੈਂਦੇ ਹਾਂ ਕਿ ਵਾਹਿਗੁਰੂ ਬੋਲ ਕੇ ਕਰੀਏ ਜਾਂ ਸੁਖਮਨੀ ਸਾਹਿਬ ਕਰਕੇ ਕਰੀਏ, ਤੁਹਾਡੀ ਮਰਜ਼ੀ ਆ। ਸਿਮਰਨ ਦਾ ਲਫ਼ਜ਼ੀ ਮਤਲਬ ਆ ਯਾਦ। ਹੁਣੇ ਰਹਿਰਾਜ ਸਾਹਿਬ ਵਿੱਚ ਵੀ ਲੱਜ ਆਇਆ ਸੀ ਨਾ, ਊੜੇ ਊੜ ਆਵੇ ਸਹਿ ਕੋਸਾ, ਤਿਸ ਪਾਛੇ ਬਚਰੇ ਛਰਿਆ, ਤਿੰਨ ਕਵਣ ਖਲਾਵੇ ਕਵਣ ਚੁਗਾਵੇ, ਮਨ ਮਹਿ ਸਿਮਰਨ ਕਰਿਆ। ਉੱਥੇ ਦੱਸਿਆ ਜਾ ਰਿਹਾ ਸਿਮਰਨ ਹੁੰਦੀ ਹੈ ਯਾਦ, ਅਤੇ ਯਾਦ ਕਰਨ ਦੇ ਤਰੀਕੇ ਹੁੰਦੇ ਨੇ ਵੱਖਰੇ ਵੱਖਰੇ। ਇਹਨੂੰ ਐਵੇਂ ਇੱਕ ਯੋਗੀ ਸਿਸਟਮ ਦੇ ਮੁਤਾਬਕ ਜਾਂ ਕਾਜ਼ੀ ਜਾਂ ਬ੍ਰਾਹਮਣ ਦੇ ਸਿਸਟਮ ਦੇ ਮੁਤਾਬਕ ਇਹਨੂੰ ਬੰਦ ਨਾ ਕਰਦੀ ਇੱਕ ਕੁੱਜੇ ਵਿੱਚ, ਬੰਦੇ ਨੇ ਆਪਣੇ ਆਪਣੇ ਤਰੀਕੇ ਨਾਲ ਯਾਦ ਕਰਨਾ। ਗੁਰਦੁਆਰੇ ਵਿੱਚ ਇਹ ਟ੍ਰੇਨਿੰਗ ਦਿੱਤੀ ਜਾਂਦੀ ਸੀ ਪਹਿਲੀ, ਕਿ ਯਾਦ ਜ਼ਰੂਰ ਕਰੋ, ਰੱਬ ਨੂੰ ਗੁਰੂ ਨੂੰ ਹਾਜ਼ਰ ਨਾਜ਼ਰ ਜਾਣੋ, ਉਹ ਸਾਡੇ ਦਿਮਾਗ ਵਿੱਚੋਂ ਬਾਹਰ ਜਾਣਾ ਹੀ ਨਹੀਂ ਚਾਹੀਦਾ। ਜਦ ਅਸੀਂ ਕੋਈ ਬਿਜ਼ਨਸ ਡਿਸੀਜਨ ਲੈਣਾ, ਜਦ ਘਰ ਦੀ ਕੋਈ ਗੱਲ ਕਰਨੀ ਆ, ਕਿਸੇ ਸਰਕਾਰ ਦੇ ਨਾਲ ਲੜਨਾ, ਇਨ ਦਾ ਬੈਕ ਆਫ ਦਾ ਮਾਇੰਡ ਹਰ ਵੇਲੇ ਸਿਮਰਨ ਚੱਲ ਰਿਹਾ ਹੋਵੇ, ਇਹ ਹੈ ਸਿਮਰਨ। ਇੱਕ ਘੰਟਾ ਇੱਥੇ ਬਹਿ ਕੇ ਅੱਖ ਬੰਦ ਕਰਕੇ ਇਹ ਨਹੀਂ ਸਿਮਰਨ, ਇਹ ਤਾਂ ਟ੍ਰੇਨਿੰਗ ਆ। ਗੁਰਦੁਆਰੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਸੀ ਕਿ ਸਿਮਰਨ ਹਰ ਵੇਲੇ ਲਾਈਫ ਵਿੱਚ ਕਿਵੇਂ ਚੱਲੇ। ਇਹ ਗੱਲ ਦੇਖ ਲਓ ਹੁਣ ਹੋ ਰਹੀ ਹੈ ਗੁਰਦੁਆਰਿਆਂ 'ਚ ਕੀ ਨਹੀਂ। ਦੂਸਰਾ ਕੰਮ ਫਰੀ ਕਿਚਨ, ਤੁਹਾਨੂੰ ਪਤਾ ਲੰਗਰ ਦਾ ਸਾਡਾ ਕੀ ਮਾਹੌਲ ਹੋ ਗਿਆ, ਰੱਜੇ ਪੁੱਜਿਆਂ ਨੂੰ ਅਸੀਂ ਛਕਾਈ ਜਾ ਰਹੇ ਹਾਂ। ਅਤੇ ਗੁਰੂ ਨਾਨਕ ਸਾਹਿਬ ਵਾਂਗੂ ਕੋਈ ਜੇ $20 ਖਰਚੇ ਆਵੇ ਬਾਹਰ, ਉਸ ਵੇਲੇ ਦੇ $20 ਅੱਜ ਹਜ਼ਾਰਾਂ 'ਚ ਹੋ ਜਾਣਗੇ। ਪਾਊਂਡ ਦੇ ਰੂਪ ਵਿੱਚ ਦੇਖੋ ਨਾ, ਇਨਫਲੇਸ਼ਨ ਹੀ ਕਾਊਂਟ ਕਰ ਲਓ, 4% ਲੱਖਾਂ 'ਚ ਵੀ ਚਲੇ ਜਾਣਗੇ। ਦੇ ਵਰ ਨਾਟ ਜਸਟ 20 ਪਾਊਂਡਸ ਜਿਵੇਂ ਅਸੀਂ ਬਣਾ ਲੈਂਦੇ, ਦੈਟ ਵਾਜ਼ ਅ ਸਬਸਟੈਂਸ਼ੀਅਲ ਮਨੀ। ਅਜੇ 40s ਤੱਕ ਵੀ ਇੱਕ ਇੱਕ ਕਿਲੋ ਆਟਾ ਦੋ ਦੋ ਆਨੇ ਦਾ ਆ ਜਾਂਦਾ ਸੀ। ਉਸ ਵੇਲੇ ਦੇ $20 ਤੁਸੀਂ ਸਟ੍ਰੇਟ ਇਨਫਲੇਸ਼ਨ ਵੀ ਕਰੋ, ਇਟ ਵਿਲ ਗੋ ਟੂ ਥਾਊਸੰਡਸ ਆਫ ਪਾਊਂਡਸ। ਵਟ ਡਿਡ ਗੁਰੂ ਨਾਨਕ ਡੂ ਵਿਦ ਇਟ? ਕਿਹਨੂੰ ਲੰਗਰ ਛਕਾਇਆ? ਹੀ ਡਿਡਨਟ ਬਿਲੀਵ ਇਨ ਦੋ ਸਾਧੂਸ, ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇਹ ਖਾਣ ਯੋਗੇ ਨੇ ਕਿ ਨਹੀਂ, ਇਹਨੇ ਕਿਹਾ ਭੁੱਖੇ ਮਰ ਰਹੇ ਨੇ, ਇਹਨਾਂ ਨੂੰ ਜ਼ਰੂਰ ਖਵਾ ਦਿਓ। ਇਹ ਵੀ ਜ਼ਰਾ ਇਵੈਲੂਏਟ ਕਰ ਲਈਏ ਕਿ ਸਾਡੇ ਗੁਰਦੁਆਰਿਆਂ ਦਾ ਲੰਗਰ ਕਿਹਦੇ ਲਈ ਚੱਲ ਰਿਹਾ, ਅਤੇ ਇੱਥੇ ਕਿਹੜਾ ਆ ਕੇ ਇਕੁਅਲ ਹੋ ਰਿਹਾ। ਅਸੀਂ ਇਹ ਨਵੀਆਂ ਕੈਸਟਾਂ ਬਣਾ ਛੱਡੀਆਂ, ਇਹ ਜੀ ਅਮੈਰੀਕਾ ਵਿੱਚ ਤਾਂ ਇਹ ਹੋ ਹੀ ਗਿਆ, ਇਹ ਜੀ ਡਾਕਟਰਾਂ ਦਾ ਗੁਰਦੁਆਰਾ, ਇਹ ਕੈਬੀਆਂ ਦਾ ਗੁਰਦੁਆਰਾ। ਕੈਸਟ ਸਿਸਟਮ ਹੋਰ ਹੁੰਦਾ ਕੀ ਆ? ਜਿਹੜਾ ਤੁਹਾਡਾ ਪ੍ਰੋਫੈਸ਼ਨ ਹੁੰਦਾ ਸੀ ਉਹ ਤੁਹਾਡੀ ਕੈਸਟ ਹੁੰਦੀ ਸੀ। ਹੁਣ ਜੇ ਅਸੀਂ ਇਕੱਠੇ ਬਹਿ ਕੇ ਦੋ ਪ੍ਰਸ਼ਾਦੇ ਨਹੀਂ ਛਕ ਸਕਦੇ, ਤੇ ਅਸੀਂ ਇਹ ਵੀ ਕਹਿਣਾ ਸ਼ੁਰੂ ਕਰਤਾ, ਮੈਂ ਸਾਰਿਆਂ ਨੂੰ ਬੇਨਤੀ ਕਰਾਂ ਗੁੱਸੇ ਨਾ ਹੋ ਮੇਰੇ ਨਾਲ, ਗੁਰੂ ਨਾਨਕ ਸਾਹਿਬ ਜਦ ਭਾਈ ਲਾਲੋ ਦੇ ਘਰ ਰੋਟੀ ਖਾਣ ਗਏ, ਉਹਨਾਂ ਨੇ ਇਹ ਨਹੀਂ ਪੁੱਛਿਆ ਸੀ ਫੋਨ ਕਰਕੇ ਤੂੰ ਅੰਮ੍ਰਿਤ ਛਕਿਆ ਕਿ ਨਹੀਂ। ਵੀ ਹੈਵ ਟੂ ਥਿੰਕ ਅਬਾਊਟ ਦੀਸ ਥਿੰਗਸ। ਮਨ ਦੇ ਵਿੱਚ ਧਿਆਨ ਪੈਦਾ ਕਰਨ ਦੀ ਲੋੜ ਆ। ਜਿਹੜੇ ਬਾਹਰਲੇ ਧਿਆਨ ਨੇ ਉਹ ਸ਼ਿਵਜੀ ਨੇ ਪੈਦਾ ਕੀਤੇ ਸੀ,
ਤਾਂ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਭੱਟ ਜਾਲਬ ਨੇ ਲਿਖਦਾ ਕਿ ਜਿਹੜਾ ਗੁਰੂ ਆ ਉਹਦਾ ਧਿਆਨ ਹਜ਼ਾਰਾਂ ਸ਼ਿਵਜੀਆਂ ਤੋਂ ਗਾਹਾਂ, ਕਿਉਂਕਿ ਉਹ ਬਾਹਰ ਮੁਖੀ ਧਿਆਨ ਨਹੀਂ ਕਰਵਾ ਰਿਹਾ, ਉਹ ਤੁਹਾਡੀ ਅੰਦਰ ਦਾ ਧਿਆਨ ਜਗਾ ਰਿਹਾ। ਜਿਹੜੇ ਧਿਆਨ ਨੇ ਕਮਿਊਨਿਟੀ ਦੇ ਵਿੱਚ ਰਿਸਪੋਂਸ ਪੈਦਾ ਕੀਤੇ, ਤਾਂ ਹੀ ਸਿੱਖਾਂ ਦੀ ਜਿਹੜੀ ਹਿਸਟਰੀ ਆ ਉਹ ਬਾਹਰ ਮੁਖੀ ਧਿਆਨ ਆਇਆ, ਅੰਦਰੋਂ ਧਿਆਨ ਦੀ ਸਟਰੈਂਥ ਵਿੱਚੋਂ ਉਹਨਾਂ ਨੇ ਬਾਹਰਲੇ ਰਿਸਪੋਂਸ ਦਿੱਤੇ। ਤੀਸਰੀ ਗੱਲ ਇੱਥੇ ਹੈਗੀ ਰੈਸਟ ਹਾਊਸ, ਕਿਤੇ ਕਿਤੇ ਗੁਰਦੁਆਰਿਆਂ ਵਿੱਚ ਇਹ ਹੋ ਰਿਹਾ, ਬਾਹਰ ਡਾਇਸਪੁਰਾ ਦੇ ਉੱਥੇ ਵੀ ਹੋਇਆ ਹੋਇਆ, ਬਟ ਤੁਹਾਨੂੰ ਵੀ ਪਤਾ ਜੇ ਤੁਸੀਂ ਦਰਬਾਰ ਸਾਹਿਬ ਕੰਪਲੈਕਸ ਗਏ ਹੋ ਕਿੰਨਾ ਔਖਾ ਰੈਸਟ ਹਾਊਸ ਜਾਣਾ, ਕਿੰਨੀਆਂ ਸੈਟਿੰਗਸ ਉੱਥੇ ਚੱਲ ਰਹੀਆਂ ਨੇ। ਕਰਪਸ਼ਨ ਹੈਜ਼ ਐਂਟਰਡ ਐਵਰੀ ਪਲੇਸ ਆਫ ਸੋ ਕਾਲਡ ਵਰਸ਼ਿਪ, ਕਿਉਂਕਿ ਅਸੀਂ ਵਰਸ਼ਿਪ ਸੈਂਟਰ ਬਣਾਤਾ ਨਾ। ਜਿਵੇਂ ਜਗਨਨਾਥਪੁਰੀ ਵਿੱਚ ਹੋ ਰਿਹਾ ਸੀ ਤਾਂ ਸਾਡੇ ਵਿੱਚ ਕੁਝ ਇਕੱਠ ਨਹੀਂ ਹੋ ਰਿਹਾ। ਉਹ ਸਿਲਸਿਲਾ ਮੂਵੀ ਵਿੱਚ ਇੱਕ ਵਾਰ ਦਿਖਾਤਾ ਅਮਿਤਾਬ ਬੱਚਨ ਨੇ ਕਿ ਸਿੱਖ ਵੀ ਆਰਤੀ ਕਰਦੇ ਨੇ, ਸਿੱਖਾਂ ਨੇ ਵੀ ਆਰਤੀਆਂ ਸ਼ੁਰੂ ਕਰਤੀਆਂ ਤੇ ਜਗਨਨਾਥਪੁਰੀ ਵਾਲੀ ਆਰਤੀ ਗੁਰੂ ਨਾਨਕ ਪਾਤਸ਼ਾਹ ਦੀ ਭੁੱਲ ਗਈ। ਇਹ ਹੋ ਰਿਹਾ, ਕੈਸੀ ਆਰਤੀ ਹੋਏ ਹੁਣੇ ਪੜਿਆ ਸੀ ਸੋਹੇ ਦਾ, ਉਹ ਕੈਸੀ ਆਰਤੀ ਹੋਏ ਅਸੀਂ ਸੁਣੀ ਨਹੀਂ ਰਹੇ, ਸਮਝੀ ਨਹੀਂ ਰਹੇ। ਗੁਰੂ ਨਾਨਕ ਸਾਹਿਬ ਸਾਡਾ ਮਨ ਦੇ ਵਿੱਚ ਧਿਆਨ ਜਗਾਉਣਾ ਚਾਹੁੰਦੇ ਆ, ਅਸੀਂ ਕਹਿੰਦੇ ਰਹਿਣ ਦੇ ਯਾਰ ਇੱਦਾਂ ਹੀ ਕਰ ਲਈਏ ਸਰਜੂਗਾ ਆਪਣਾ। ਗੁਰਦੁਆਰੇ ਦੇ ਵਿੱਚ ਰੈਸਟ ਹਾਊਸ, ਰੈਸਟ ਹਾਊਸ ਕੀ ਹੈਗਾ ਕਿ ਜਿੱਥੇ ਕਿਸੇ ਕੋਲ ਥਾਂ ਨਹੀਂ ਉਹਦੇ ਲਈ ਥਾਂ ਜ਼ਰੂਰ ਬਣ ਜਾਵੇ, ਇਹਦੇ ਬਾਰੇ ਤਵੱਜੋ ਦਿੱਤੀ ਜਾਵੇ। ਹੋਰ ਦੁਨੀਆਂ ਦੇ ਵਿੱਚ ਬਣ ਗਏ ਨੇ, ਸਟੂਡੈਂਟ ਜਾ ਕੇ 10-10 ਪਾਉਂਡ ਵਿੱਚ ਵੀ ਰਹਿ ਸਕਦੇ ਨੇ ਪੂਰਾ ਦਿਨ, ਇਹ ਸਾਡਾ ਕੰਮ ਹੁੰਦਾ ਸੀ ਅਸੀਂ ਘਟਾਤੇ ਨੇ। ਸੋਚਣਾ ਬਹੁਤ ਬਹੁਤ ਜ਼ਬਰਦਸਤ ਸਾਨੂੰ ਇਹਨਾਂ ਚੀਜ਼ਾਂ ਬਾਰੇ, ਜੇ ਅਸੀਂ ਇਸ ਦੁਨੀਆਂ ਦੇ ਵਿੱਚ ਜਿੱਥੇ ਅਸੀਂ ਰਹਿ ਰਹੇ ਹਾਂ ਜੇ ਰੈਲੇਵੈਂਟ ਬਣਨਾ ਨਾ, ਲੋਕਾਂ ਨੂੰ ਬਗੈਰ ਸਮਥਿੰਗ ਇਨ ਐਕਸਪੈਕਟੇਸ਼ਨ ਬੈਕ ਸਾਨੂੰ ਸੇਵਾ ਕਰਨੀ ਪੈਣੀ ਆ, ਜੋ ਸਾਡਾ ਇੱਕ ਨਿਯਮ ਸੀ, ਜਿਹੜਾ ਸਾਡਾ ਵੈਲਿਊ ਸਿਸਟਮ ਸੀ। ਚੌਥੀ ਗੱਲ ਹੈ ਹੋਸਪਿਟਲ, ਪੂਰੇ ਅਮੈਰੀਕਾ ਵਿੱਚ ਤਾਂ ਮੈਨੂੰ ਪਤਾ ਨਹੀਂ ਕੋਈ ਹੋਸਪਿਟਲ ਹੋਵੇ, ਸ਼ਾਇਦ ਤੁਸੀਂ ਇੱਕ ਅੱਧਾ ਵਿੰਗ ਇੱਥੇ ਖੜਾ ਕਰ ਲਿਆ ਹੋਵੇ, ਇੰਡੀਆ ਵਿੱਚ ਵੀ ਪਹਿਲਾਂ ਹੁੰਦੇ ਸੀ, ਉਹ ਵੀ ਘਟਣੇ ਸ਼ੁਰੂ ਹੋ ਗਏ। ਅਤੇ ਗੁਰੂ ਸਾਹਿਬ, ਗੁਰੂ ਹਰਿਰਾਏ ਸਾਹਿਬ ਇੱਕ ਇਹੋ ਜਿਹਾ ਦਵਾਖਾਨਾ ਤਿਆਰ ਕਰ ਰਹੇ ਨੇ ਕਿ ਜਿੱਥੇ ਉਹਨਾਂ ਦੇ ਗ੍ਰੈਂਡਫਾਦਰ ਨੂੰ ਜਿਹਨੇ ਟੋਰਚਰ ਕਰਕੇ ਮਾਰਟਰਡ ਕੀਤਾ ਹੋਵੇ, ਜਦ ਉਹਦੇ ਵੀ ਪੁੱਤ ਨੂੰ ਲੋੜ ਹੈਗੀ ਕਿ ਦਵਾ ਚਾਹੀਦੀ ਆ, ਤਾਂ ਵੀ ਭੇਜੀ ਜਾਂਦੀ ਆ। ਬੜਾ ਡਿਫਰੈਂਟ ਸਿਸਟਮ ਆ ਸਿੱਖਾਂ ਦਾ, ਮਤਲਬ ਇਮੈਜਿਨ ਕਰੋ ਤੁਹਾਡੇ ਗ੍ਰੈਂਡਫਾਦਰ ਨੂੰ ਕਿਸੇ ਨੇ ਕਿਲ ਕੀਤਾ ਹੋਵੇ, ਲੜਾਈਆਂ ਤੁਹਾਨੂੰ ਪਤਾ ਪੰਜਾਬੀਆਂ ਦੀ ਕਿੰਨੀਆਂ ਜ਼ਬਰਦਸਤ ਨੇ, ਭਰਾ ਭਰਾ ਨਹੀਂ ਮਾਣ ਆਉਂਦੇ, ਉੱਥੇ ਵੀ ਕੁਹਾੜੇ ਨਿਕਲ ਆਉਂਦੇ ਨੇ ਬਾਹਰ। ਬਟ ਦਿਸ ਇਜ਼ ਡਿਫਰੈਂਟ ਬਿਕੋਜ਼ ਗੁਰਦੁਆਰੇ ਵਿੱਚ ਟ੍ਰੇਨਿੰਗ ਇਹ ਦਿੱਤੀ ਜਾਂਦੀ ਸੀ, ਲੜਾਈ ਪਰਸਨਲ ਨਹੀਂ ਹੈਗੀ, ਲੜਾਈ ਆਈਡੀਆਜ਼ ਦੀ ਆ। ਜੇ ਉਹਦੇ ਮੁੰਡੇ ਨੂੰ ਵੀ ਲੋੜ ਆ ਦਾਰਾ ਸ਼ਿਕੋਹ ਨੂੰ, ਤਾਂ ਕੋਈ ਨਹੀਂ ਦਵਾਈ ਭੇਜੋ। ਇਹ ਆ ਇੱਕ ਸਿਸਟਮ ਹੋਸਪਿਟਲ, ਆਪਾਂ ਇੱਕ ਨਿੱਕੀ ਮਿੱਕੀਆਂ ਜੀ ਡਿਸਪੈਂਸਰੀਆਂ ਬਣਾਈ ਜਾਂਦੇ ਹਾਂ, ਲੋਕੀ ਤਾਂ ਮਰ ਰਹੇ ਨੇ ਇਹਨੀਆਂ ਚੀਜ਼ਾਂ ਤੋਂ, ਭੁੱਖਾਂ ਦੇ ਲੋਕੀ ਮਰੀ ਜਾਂਦੇ ਨੇ, ਤੁਹਾਨੂੰ ਪਤਾ ਕੀ ਚੱਲ ਰਿਹਾ ਦੁਨੀਆਂ ਦੇ ਵਿੱਚ। ਹੋਸਪਿਟਲ ਵੀ ਕੋਈ ਖਾਸ ਅਸੀਂ ਡਿਵੈਲਪ ਨਹੀਂ ਕਰ ਪਾਏ, ਅਸੀਂ ਆਪਣੇ ਆਪ ਨੂੰ ਸ਼ਾਬਾਸ਼ੀ ਦੇਣ ਲਈ ਜੋ ਮਰਜ਼ੀ ਬੋਲੀ ਜਾਈਏ, ਬਟ ਉਹਨਾਂ ਦਿਨਾਂ ਵਿੱਚ ਗੁਰੂ ਸਾਹਿਬ ਨੇ ਜ਼ਰੂਰ ਕੀਤੇ ਸੀ ਇਹ ਕੰਮ, ਅਤੇ ਬੜੇ ਵੱਡੇ ਲੈਵਲ 'ਤੇ ਕਰਕੇ ਦਿਖਾਏ ਸੀ। ਅਤੇ ਅਖੀਰਲਾ ਪੁਆਇੰਟ ਜਿਹੜਾ ਹੈਗਾ, ਇਹਦੇ ਬਾਰੇ ਤਾਂ ਸਾਡੀ 0% ਤਵੱਜੋ ਆ, ਈਵਨ ਸਿੰਬੋਲਿਕ ਰੂਪ ਵਿੱਚ ਵੀ ਅਸੀਂ ਨਹੀਂ ਕਰ ਰਹੇ। ਹਰ ਗੁਰਦੁਆਰਾ ਪਹਿਲਾਂ ਇੱਕ ਫੋਰਟ ਹੁੰਦਾ ਸੀ, ਹੁਣ ਤੁਸੀਂ ਕਹੋਗੇ ਫੋਰਟ, ਫੋਰਟ ਸੁਣ ਕੇ ਹੀ ਬੰਦਾ ਕਹਿੰਦਾ ਯਾਰ ਇਹ ਤਾਂ ਲੜਾਈ ਚੜ੍ਹਾਈ ਵਾਲੇ ਕੰਮ ਨੇ, ਯੂ ਬੈਟਰ ਬਿਲੀਵ ਇਟ। ਗੁਰਬਾਣੀ ਵਿੱਚ ਆਇਆ ਸੱਤੇ ਬਲਵੰਡ ਦੀ ਵਾਰ ਵਿੱਚ ਕਿ ਗੁਰੂ ਨਾਨਕ ਸਾਹਿਬ ਇਸ ਦੁਨੀਆਂ 'ਤੇ ਇੱਕ ਖਾਸ ਕੰਮ ਕਰਨ ਆਏ ਸੀ। ਅਸੀਂ ਗੁਰੂ ਨਾਨਕ ਸਾਹਿਬ ਨੂੰ ਹੋਰ ਲਫ਼ਜ਼ਾਂ ਵਿੱਚ ਪੇਸ਼ ਕਰਦੇ ਹਾਂ ਨਾ, ਗੁਰਬਾਣੀ ਦੇ ਲਫ਼ਜ਼ ਦੇਖੋ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵ ਦੇ। ਗੁਰੂ ਨਾਨਕ ਸਾਹਿਬ ਇਸ ਦੁਨੀਆਂ 'ਤੇ ਆਏ ਖਾਸ ਕਿਸਮ ਦਾ ਰਾਜ ਕਾਇਮ ਕਰਨ ਲਈ, ਉਹ ਰਾਜ ਕਾਇਮ ਕਰਨ ਲਈ ਉਹਨਾਂ ਨੇ ਸੱਚ ਦੀ ਫਾਊਂਡੇਸ਼ਨ ਪੈਦਾ ਕੀਤੀ, ਅਤੇ ਉਹ ਸੱਚ ਦੀ ਫਾਊਂਡੇਸ਼ਨ 'ਤੇ ਇੱਕ ਕਿਲ੍ਹਾ ਉਸਾਰਿਆ, ਇੱਕ ਫੋਰਟ ਪੈਦਾ ਕੀਤਾ। ਹੁਣ ਤੁਸੀਂ ਦੇਖੋ ਜਦ ਗੁਰੂ ਸਾਹਿਬਾਨ ਨੇ ਗੁਰਦੁਆਰੇ ਬਣਾਏ ਤਾਂ ਫੋਰਟ ਦੇ ਰੂਪ ਕਿਉਂ ਸੀ ਉਹਨਾਂ ਦੇ, ਇਹ ਕੇਸਗੜ੍ਹ ਐਵੇਂ ਨਹੀਂ ਬਣ ਗਿਆ ਸੀ। ਦਾ ਨਾਂ ਵੀ ਦੇਖੋ ਕੀ ਰੱਖਿਆ, ਜਿੱਥੋਂ ਅੰਮ੍ਰਿਤ ਛਕਾਇਆ, ਦਾ ਬਲੈਸਡ ਫੋਰਟ ਆਫ ਅਨਕਟ ਹੇਅਰ। ਕੇਸਗੜ੍ਹ ਇੱਕ ਇਮਾਰਤ ਨਹੀਂ ਆ, ਕੇਸਗੜ੍ਹ ਦੇ ਪਿੱਛੇ ਇੱਕ ਤਕੜੀ ਵਿਜ਼ਨ ਆ, ਅਤੇ ਉੱਥੇ ਕੀ ਛਕਾਇਆ, ਅੰਮ੍ਰਿਤ ਛਕਾ ਕੇ ਕਿਹੜੀ ਟ੍ਰੇਨਿੰਗ ਦਿੱਤੀ, ਜਿੱਦਾਂ ਚੀਜ਼ਾਂ ਦੀ ਅਸੀਂ ਗੱਲਾਂ ਕਰ ਰਹੇ ਹਾਂ। ਉੱਥੇ ਇਹ ਨਹੀਂ ਟ੍ਰੇਨਿੰਗ ਦਿੱਤੀ ਕਿ 24 ਘੰਟੇ ਸਿਮਰਨ ਕਰੋਗੇ, ਉਹਨਾਂ ਨੇ ਕਿਹਾ ਸਿਮਰਨ ਕਰੋ ਬਹਿ ਕੇ, ਅਤੇ ਸਿਮਰਨ ਦੇ ਵਿੱਚ ਤੁਹਾਡਾ ਮਨ ਇਕਾਗਰ, ਇੱਕ ਸਾਵਧਾਨ ਇਕਾਗਰ ਚੀਤ ਵਾਲੀ ਅਵਸਥਾ ਚਲਾ ਜਾਵੇ, ਜਿੱਥੋਂ ਫਿਰ ਤੁਹਾਡੇ ਸਾਹਮਣੇ ਜੇ ਕੁਛ ਵੀ ਕੋਈ ਅੱਤਿਆਚਾਰ ਹੋ ਰਿਹਾ ਕਿਸੇ ਵੀ ਲੈਵਲ 'ਤੇ, ਫਿਰ ਤੁਸੀਂ ਦੇਖ ਦੇਖ ਫਤਿਹ ਕਰਨ ਜੋਗੇ ਬਣ ਸਕੋ। ਇਹ ਟ੍ਰੇਨਿੰਗ ਦਿੱਤੀ ਉੱਥੋਂ। ਗੁਰੂ ਹਰਗੋਬਿੰਦ ਪਾਤਸ਼ਾਹ ਸਾਹਿਬ ਨੇ ਕਿਲ੍ਹਾ ਬਣਾਇਆ, ਪਹਿਲਾ ਕਿਲ੍ਹਾ ਉਹਨਾਂ ਨੇ ਜਿਹੜਾ ਬਣਾਇਆ ਉਹਦਾ ਨਾਂ ਲੋਹਗੜ੍ਹ, 10ਵੇਂ ਪਾਤਸ਼ਾਹ ਦਾ ਪਹਿਲਾ ਕਿਲ੍ਹਾ ਲੋਹਗੜ੍ਹ, ਬੰਦੇ ਬਹਾਦਰ ਦਾ ਪਹਿਲਾ ਕਿਲ੍ਹਾ ਲੋਹਗੜ੍ਹ। ਇਹ ਕੀ ਚੱਲ ਰਿਹਾ, ਇਹ ਸਾਡਾ ਇਤਿਹਾਸ ਆ। ਇਹ ਕਿਲ੍ਹੇ ਦੇ ਵਿੱਚ ਪ੍ਰੋਟੈਕਸ਼ਨ ਹੁੰਦੀ ਹੈ ਕਿਸ ਚੀਜ਼ ਦੀ, ਤੁਹਾਡਾ ਜਿਹੜਾ ਟ੍ਰੈਜਰ ਹੈਗਾ। ਟ੍ਰੈਜਰ ਸਾਡਾ ਕੀ ਹੈ, ਸਾਡਾ ਵੈਲਿਊ ਸਿਸਟਮ। ਸਾਡੇ ਗੁਰਦੁਆਰਿਆਂ ਦੇ ਵਿੱਚ ਇਸ ਚੀਜ਼ ਨੂੰ ਟ੍ਰੈਜਰ ਕਰਨ ਦੀ ਲੋੜ ਆ ਕਿ ਜਿਹੜਾ ਸਿੱਖਾਂ ਦੀ ਵੈਲਿਊਜ਼ ਨੇ
ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ। ਜੇ ਗੁਰਦੁਆਰੇ ਵਾਲੇ ਇਹ ਨਹੀਂ ਕਰਨਗੇ ਫਿਰ ਕੀ ਮਸਜਿਦਾਂ ਅਤੇ ਦਾਖਲ ਦੁਆਰੇ ਵਾਲੇ ਕਰਨਗੇ? ਅੱਜ ਸਾਡੇ ਗੁਰਦੁਆਰਿਆਂ ਵਿੱਚ ਸਿੱਖ ਵੈਲਿਊ ਸਿਸਟਮ ਬਾਹਰ ਜਾ ਰਿਹਾ, ਹੋਰਾਂ ਦੇ ਵੈਲਿਊ ਸਿਸਟਮ ਪੜ੍ਹਾਏ ਜਾ ਰਹੇ ਨੇ। ਇੱਥੋਂ ਪਤਾ ਲੱਗਦਾ ਕਿ ਸਾਡਾ ਫੋਰਟੀਫਿਕੇਸ਼ਨ ਵੀ ਟੁੱਟ ਗਈ। ਅਸੀਂ ਜਿਹੜਾ ਕਿਲ੍ਹਾ ਤੋੜਨਾ ਸੀ ਭਰਮਗੜ ਦਾ, ਗੁਰਬਾਣੀ ਦੇ ਲਫ਼ਜ਼ ਨੇ ਭਰਮਗੜ, ਜਿਹੜੇ ਡਾਊਟਸ ਦੇ ਕਿਲ੍ਹੇ ਸੀ ਉਹ ਤੋੜਨੇ ਸੀ ਅਤੇ ਜਿਹੜੇ ਵੈਲਿਊ ਸਿਸਟਮ ਵਾਲੇ ਕਿਲ੍ਹੇ ਸੀ ਉਹ ਸਾਰਨੇ ਸੀ, ਸਾਡਾ ਪੁੱਠਾ ਹੋ ਗਿਆ। ਅਸੀਂ ਡਾਊਟਸ ਵਾਲੇ ਖੜੇ ਕਰੀ ਜਾ ਰਹੇ ਗੁਰਦੁਆਰਿਆਂ ਵਿੱਚ ਅਤੇ ਵੈਲਿਊ ਸਿਸਟਮ ਵਾਲੇ ਤੋੜੇ ਜਾ ਰਹੇ। ਇਹ ਤਾਂ ਭਗਤ ਕਬੀਰ ਜੀ ਵਾਲੇ ਸ਼ਬਦਾਂ ਵਿੱਚ ਉਲਟੀ ਰੇ ਚੱਲ ਰਿਹਾ, ਕੁਛ ਪੁੱਠੇ ਕੰਮ ਕਰ ਰਹੇ ਹਾਂ ਅਸੀਂ। ਜਿਹੜੇ ਕਿਲ੍ਹੇ ਉਸਾਰਨੇ ਸੀ ਉਹ ਸਾਡੇ ਬੰਦ ਹੋ ਗਏ ਨੇ। 100 ਸਾਲ ਪਹਿਲਾਂ ਵੀ ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਉਹਦਾ ਇਹ ਤਰਜਮਾ ਹੀ ਕੀਤਾ, ਮੈਂ ਤਾਂ ਥੋੜ੍ਹਾ ਜਿਹਾ, ਇਹ 5 ਫੰਕਸ਼ਨ ਦੱਸੇ ਨੇ ਗੁਰਦੁਆਰਿਆਂ ਦੇ। ਸਪਿਰਿਚੁਅਲ ਟ੍ਰੇਨਿੰਗ, ਰੱਬ ਨੂੰ ਹਾਜ਼ਰ ਨਾਜ਼ਰ ਕਿਵੇਂ ਲਿਆ ਜਾਵੇ, ਫਰੀ ਕਿਚਨ, ਲੰਗਰ ਕਿਸ ਤਰ੍ਹਾਂ ਦਾ ਹੋਵੇ ਅਤੇ ਕਿਹਦੇ ਲਈ ਹੋਵੇ, ਰੈਸਟ ਹਾਊਸ ਕਿਵੇਂ ਕਿਹੜਾ ਇੱਥੇ ਆ ਕੇ ਠਹਿਰੇ, ਹੋਸਪਿਟਲ ਕਿਸ ਤਰ੍ਹਾਂ ਦੀਆਂ ਦਵਾਈਆਂ ਅਤੇ ਜੜੀ ਬੂਟੀਆਂ ਇਕੱਠੀਆਂ ਕੀਤੋ ਅਤੇ ਕਿਸ ਤਰ੍ਹਾਂ ਦੀ ਟ੍ਰੇਨਿੰਗ ਮਿਲੀ ਇਸ ਫੋਰਟ ਦੇ ਵਿੱਚ, ਉਹ ਫੋਰਟ ਜਿਹਦੀ ਵਿਜ਼ਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ। ਅਗਲੀ ਗੱਲ, ਗੁਰੂ ਨਾਨਕ ਸਾਹਿਬ ਦੀ ਵਿਜ਼ਨ ਸੀਗੀ ਧਰਮਸਾਲ ਅਤੇ ਉਹਨਾਂ ਵਿੱਚੋਂ ਅਸੀਂ ਡਿਵੈਲਪ ਕੀਤੇ ਗੁਰਦੁਆਰੇ। ਉਹਨਾਂ ਗੁਰਦੁਆਰਿਆਂ ਦੇ ਵਿੱਚ ਜਿਨ੍ਹਾਂ ਦੇ ਹੈੱਡ 350 ਸਾਲ ਪਹਿਲਾਂ ਵਿਮੈਨ ਬਣ ਗਏ ਸੀ। ਹੁਣ ਇੱਥੇ ਗੱਲ ਕਰੀਏ ਰਿਐਲਿਟੀ ਦੀ। ਗੁਰੂ ਅਮਰਦਾਸ ਪਾਤਸ਼ਾਹ ਨੇ ਮੰਜੀਆਂ ਥਾਪੀਆਂ, ਐਡਮਿਨਿਸਟ੍ਰੇਟਿਵ ਯੂਨਿਟਸ, ਅਤੇ ਘੱਟ ਤੋਂ ਘੱਟ 3, ਕਈ ਹਿਸਟੋਰੀਅਨ 4 ਵੀ ਮੰਨਦੇ ਨੇ ਉਹਨਾਂ ਮੰਜੀਆਂ ਦੇ ਮੁਖੀ ਵਿਮੈਨ ਸੀ। ਤੁਸੀਂ ਕਿਸੇ ਗੁਰਦੁਆਰੇ 'ਚ ਗਏ ਹੋ? ਮੈਂ ਤਾਂ ਨਹੀਂ ਦੇਖਿਆ ਜਿੱਥੇ ਗੁਰਦੁਆਰੇ ਦੇ ਪ੍ਰਧਾਨ, ਠੀਕ ਆ ਅੱਜ ਕੱਲ੍ਹ 1-2 ਸਿੰਬੋਲਿਕ ਰੂਪ ਵਿੱਚ ਹੋ ਰਹੇ ਨੇ, ਟੋਕਨ ਮੈਂਬਰਸ ਵੀ ਰੱਖ ਲੈਂਦੇ ਆ, ਕਈ ਵਾਰ ਜ਼ਿਆਦਾ ਵੀ ਲੈ ਲੈਂਦੇ ਆ, ਬਟ ਪੋਲਿਸੀ ਮੇਕਿੰਗ ਫਿਰ ਵੀ ਬੰਦੇ ਹੀ ਬਹਿ ਕੇ ਕਰਦੇ ਨੇ। ਸਮਥਿੰਗ ਇਜ਼ ਨੋਟ ਰਾਈਟ। ਤੁਸੀਂ ਬੱਚਿਆਂ ਨੂੰ ਕਹਿੰਦੇ ਹੋ ਗੁਰਦੁਆਰੇ ਨਹੀਂ ਆਉਂਦੇ, ਸਿੱਖ ਨਹੀਂ ਬਣਦੇ, ਅਤੇ ਉਹਨਾਂ ਨੂੰ ਲੈਕਚਰ ਸੁਣਾਉਂਦੇ ਹੋ ਵੀ ਟ੍ਰੀਟ ਵਿਮੈਨ ਇਕੁਅਲੀ, ਬਟ ਦੇ ਲੁੱਕ ਐਟ ਇਟ ਐਂਡ ਦੇ ਲਾਫ। ਤੁਸੀਂ ਕਹਿੰਦੇ ਕਿਹਨੂੰ ਬੁੱਧੂ ਬਣਾ ਰਹੇ ਹੋ? ਕਿਸੇ ਵੀ ਕੌਮ ਦੀ ਜੇ ਅਸਲੀਅਤ ਦੇਖਣੀ ਆ ਉਹਨਾਂ ਦੇ ਬਿਹੇਵੀਅਰ ਵਿੱਚ ਦੇਖੋ। ਜਿਵੇਂ ਅਸੀਂ ਕਹਿੰਦੇ ਨਾ ਮੁਸਲਮਾਨ ਇੱਦਾਂ ਦੇ ਨੇ, ਹਿੰਦੂ ਇੱਦਾਂ ਦੇ ਨੇ, ਤੁਸੀਂ ਕਿਹੜਾ ਗੀਤਾ ਦੇ ਹੋਰ ਚੀਜ਼ਾਂ ਪੜ੍ਹੀਆਂ ਨੇ? ਅਜੇ ਤੁਸੀਂ ਉਹਨਾਂ ਦੇ ਬਿਹੇਵੀਅਰ ਦੇ ਰਾਹੀਂ ਬੋਲਦੇ ਹੋ ਨਾ। ਇੱਦਾਂ ਹੀ ਹੋਰ ਲੋਕੀ ਵੀ, ਸਾਡੇ ਨਿਆਣੇ ਵੀ, ਸਾਡੇ ਸਿੱਖਾਂ ਦੇ ਕ੍ਰਿਟੀਕਸ ਵੀ ਸਾਡੇ ਬਿਹੇਵੀਅਰ ਵੱਲ ਦੇਖ ਕੇ ਉਹ ਸਟੇਟਮੈਂਟ ਦੇ ਰਹੇ ਨੇ। ਅਗਲੀ ਗੱਲ, ਗੁਰਮੁਖੀ ਪੜ੍ਹਾਈ ਜਾਂਦੀ ਆ, ਲੰਗਰ ਬਣਾਇਆ ਜਾਂਦਾ, ਫਿਜ਼ੀਕਲ ਡਿਵੈਲਪਮੈਂਟ ਕੀਤੀ ਜਾਂਦੀ ਆ। ਆਈ ਨੋ ਕਈ ਥਾਵਾਂ 'ਤੇ ਇਹ ਕੰਮ ਸ਼ੁਰੂ ਹੋ ਗਏ ਨੇ, ਬਟ ਜਿਸ ਲੈਵਲ 'ਤੇ ਚਾਹੀਦੇ ਨੇ ਉੱਥੇ ਜਾਣਾ ਅਜੇ ਬੜਾ ਇੱਕ ਲੰਬੇ ਪੈਂਡੇ ਨੇ। ਇੱਥੋਂ ਸ਼ੁਰੂਆਤ ਹੁੰਦੀ ਸੀ, ਜਿੱਥੇ ਪਹਿਲੀ ਕਲਾਸ ਤੋਂ ਟ੍ਰੇਨਿੰਗ ਹੈ ਨਹੀਂ ਅਤੇ ਬਾਅਦ 'ਚ ਜਾ ਕੇ ਸ਼ੁਰੂ ਹੋ ਰਹੀ ਹੈ, ਵੀ ਆਰ ਆਲਰੇਡੀ ਬਿਹਾਈਂਡ। ਬਟ ਦੈਟਸ ਓਕੇ, ਅਸੀਂ ਰਿਵਾਈਵ ਕਰ ਲਿਆ ਇਹਨਾਂ ਚੀਜ਼ਾਂ ਨੂੰ, ਹੋਰ ਗਾਂ ਲੈ ਕੇ ਚੱਲੀਏ। ਅਤੇ ਗੁਰਦੁਆਰੇ 2 ਲੈਵਲ 'ਤੇ ਸਾਨੂੰ ਅੱਜ ਦੇਖਣ ਨੂੰ ਮਿਲਣਦੇ ਨੇ। ਇੱਕ ਹੁੰਦੇ ਨੇ ਹਿਸਟੋਰੀਕਲ ਗੁਰਦੁਆਰੇ, ਇੱਕ ਨੇ ਸੰਗਤੀ ਗੁਰਦੁਆਰੇ। ਹਿਸਟੋਰੀਕਲ ਗੁਰਦੁਆਰੇ ਸਾਰੇ ਬਹੁਤ ਛੋਟੇ ਨੇ, ਤੁਸੀਂ ਕੇਸਗੜ੍ਹ ਸਾਹਿਬ ਜਾਓ, ਦਰਬਾਰ ਸਾਹਿਬ ਜਾਓ, ਜਿਹੜੇ ਮਰਜ਼ੀ ਗੁਰਦੁਆਰੇ ਜਾਓ, ਬਹੁਤ ਛੋਟੇ ਨੇ। ਦੈਟ ਸ਼ੁੱਡ ਮੇਕ ਯੂ ਥਿੰਕ, ਕਿਉਂ? ਬਿਕੋਜ਼ ਯੂ ਨੋ ਕਿ ਜੇ ਤੁਸੀਂ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲ ਵਿੱਚ ਭੇਜੋਗੇ ਜਿੱਥੇ ਟੀਚਰ ਟੂ ਸਟੂਡੈਂਟ ਰੇਸ਼ੀਓ ਘੱਟ ਆ, ਉਹਨਾਂ ਨੂੰ ਸਮਝ ਜ਼ਿਆਦਾ ਆਊ, ਪੜ੍ਹਾਈ ਜ਼ਿਆਦਾ ਹੋਊ। ਗੁਰਦੁਆਰੇ ਹਰ ਵੇਲੇ ਛੋਟੇ ਬਣਾਏ ਜਾਂਦੇ ਸੀ ਕਿਉਂਕਿ ਛੋਟੀ ਸੰਗਤ ਦੇ ਵਿੱਚ ਡਿਵੈਲਪਮੈਂਟ ਹੁੰਦੀ ਹੈ। ਵੱਡੀ ਸੰਗਤ ਦੇ ਵਿੱਚ ਜੋੜ ਮੇਲਾ ਕੀਤਾ ਜਾਂਦਾ ਸੀ ਗੁਰੂਆਂ ਵੇਲੇ ਕਿ ਸਾਰੀਆਂ ਸੰਗਤਾਂ ਹੁਣ ਇਕੱਠੀਆਂ ਹੋ ਜਾਣ, ਸਾਲ ਵਿੱਚ 3 ਵਾਰੀ 2 ਵਾਰੀ ਉਸ ਵੇਲੇ ਗੱਲਬਾਤਾਂ ਕਰ ਲੈਣ, ਮਿਲਾਪ ਕਰ ਲੈਣ ਅਤੇ ਚਾਹ ਪਾਣੀ ਛਕ ਲੈਣ ਅਤੇ ਡਿਸੀਜਨ ਲੈਣ ਕਮਿਊਨਿਟੀ ਦੇ ਪ੍ਰਤੀ। ਅਦਰਵਾਈਜ਼ ਐਵਰੀ ਗੁਰਦੁਆਰਾ ਵਾਜ਼ ਵੈਰੀ ਸਮਾਲ, ਆਰਕੀਟੈਕਚਰਲੀ ਇਟ ਵਾਜ਼ ਸਮਾਲ, ਐਂਡ ਯੂ ਨੋ ਕਿ ਜਿਹੜੀ ਡਿਵੈਲਪਮੈਂਟ ਹੈਗੀ ਆ ਉਹ ਛੋਟੀ ਸੰਗਤੀ ਰੂਪ ਵਿੱਚ ਹੁੰਦੀ ਆ। ਅਤੇ ਹੁਣ ਜਿਹੜੇ ਸੰਗਤ ਗੁਰਦੁਆਰੇ ਨੇ, ਅਸੀਂ ਉੱਥੇ ਕੰਮ ਥੋੜ੍ਹਾ ਜਿਹਾ ਡਿਫਰੈਂਟ ਕਰਤਾ, ਅਸੀਂ ਉਹ ਬਹੁਤ ਵੱਡੇ ਕਰਨੇ ਸ਼ੁਰੂ ਕਰਤੇ ਨੇ। ਇਹਦੇ ਵੱਲ ਥੋੜ੍ਹੀ ਜਿਹੀ ਤਵੱਜੋ ਦਿਓ। ਇਸੇ ਕਰਕੇ ਮੈਂ ਤਾਂ ਕਹਿੰਦਾ ਨਵਾਂ ਗੁਰਦੁਆਰਾ ਖੋਲ੍ਹ ਲੈਣਾ ਚਾਹੀਦਾ, ਜਿਵੇਂ ਕਲਾਸ ਰੂਮ ਦੇ ਸੈਕਸ਼ਨ ਵਧਾ ਦਿੰਦੇ ਹਾਂ ਨਾ ਜੇ ਸਟੂਡੈਂਟ ਵੱਧ ਜਾਂਦੇ ਨੇ, ਇੱਦਾਂ ਹੀ ਦੀਵਾਨ ਦੇ ਸੈਕਸ਼ਨ, ਠੀਕ ਆ ਇੱਕ ਹਫ਼ਤੇ ਵਿੱਚ ਇੱਕ ਜਾਂ 2 ਦੀਵਾਨ ਕਰ ਲਓ 2000 ਬੰਦਿਆਂ ਲਈ ਜਾਂ 500 ਬੰਦਿਆਂ ਲਈ, ਬਟ ਜੇ ਵਾਕਈ ਟ੍ਰੇਨਿੰਗ ਦੇਣੀ ਆ ਤਾਂ ਤੁਹਾਨੂੰ ਛੋਟਾ ਕਰਨਾ ਪੈਣਾ ਗਰੁੱਪ ਉਹਦੇ ਵੱਲ, ਕਿਉਂਕਿ ਟ੍ਰੇਨਿੰਗ ਸੈਂਟਰ ਆ। ਆਈ ਐਮ ਟ੍ਰਾਇੰਗ ਟੂ ਐਸਟੈਬਲਿਸ਼ ਦਿਸ ਸੋ ਫਾਰ ਕਿ ਇੱਥੇ ਸਿਰਫ ਪੂਜਾ ਦਾ ਕੇਂਦਰ ਨਹੀਂ ਹੈ ਇਹ, ਜੇ ਟ੍ਰੇਨਿੰਗ ਦੇਣੀ ਆ ਸਾਨੂੰ ਤਵੱਜੋ ਦਿਓ ਕਿ ਜਿੰਨੇ ਵੀ ਗੁਰਦੁਆਰੇ ਬਣੇ ਨੇ ਇਨਕਲੂਡਿੰਗ ਜਿਹੜਾ ਸਾਡਾ ਸਭ ਤੋਂ ਵੱਡਾ ਹਿਸਟੋਰੀਕਲ ਸੈਂਟਰ ਆ ਉੱਥੇ ਵੀ ਸਪੇਸ ਬੜੀ ਛੋਟੀ ਹੈ ਕਿਉਂਕਿ ਟ੍ਰੇਨਿੰਗ ਦਿੱਤੀ ਜਾਂਦੀ ਹੈ ਛੋਟੇ ਗਰੁੱਪਸ ਦੇ ਵਿੱਚ, ਪੜ੍ਹਾਈ ਕੀਤੀ ਜਾਂਦੀ ਹੈ ਸਮਾਲ ਗਰੁੱਪਸ ਦੇ ਵਿੱਚ, ਜਿੱਥੇ ਟੀਚਰ ਅਤੇ ਸਟੂਡੈਂਟ ਰੇਸ਼ੀ ਹੋਵੇ ਘੱਟ, ਉੱਥੇ ਫਿਰ ਤੁਸੀਂ ਉਮੀਦ ਅਤੇ ਐਕਸਪੈਕਟੇਸ਼ਨ ਕਰ ਸਕਦੇ ਹੋ ਕਿ ਜੋ ਸਿੱਖਿਆ ਉਹਦੇ ਵਿੱਚੋਂ ਕੁਝ ਕਰਨਗੇ। ਅਦਰਵਾਈਜ਼ ਇਹ ਤਾਂ ਇੱਕ ਵੱਡੇ ਲੈਵਲ 'ਤੇ ਸਿਰਫ ਇੱਕ ਇਮੋਸ਼ਨਲ ਕੰਮ ਹੁੰਦੇ ਨੇ। ਦੂਸਰੀ ਗੱਲ, ਅੱਜ ਦੀ ਰਿਐਲਿਟੀ ਸਾਡੀ ਇਹ ਹੈ ਗੁਰਦੁਆਰਿਆਂ ਦੀ, ਕਿਉਂਕਿ ਹੁਣ ਤੱਕਰ ਮੈਂ ਗੁਰਬਾਣੀ ਅਤੇ ਹਿਸਟਰੀ ਦੀ ਗੱਲ ਕੀਤੀ, ਹੁਣ ਰਿਐਲਿਟੀ ਇਹ ਆ ਫੰਕਸ਼ਨੈਲਿਟੀ ਘੱਟ ਗਈ ਆ, ਕਰਪਸ਼ਨ ਵੱਧ ਗਈ ਆ,
ਪਰਪਸ ਤੇ ਡਾਇਰੈਕਸ਼ਨ ਹੈ ਨਹੀਂ ਤੇ ਹਰ ਤਰ੍ਹਾਂ ਦੀ ਡਿਵੀਜ਼ਨ ਗੁਰਦੁਆਰਿਆਂ ਵਿੱਚ ਆ ਗਈ ਹੈ। ਮਾਫ ਕਰਿਓ, ਸਿੰਘ ਸਭਾ ਗੁਰਦੁਆਰੇ ਦਾ ਨਾਂ ਹੋਵੇ ਤੇ ਉੱਥੇ ਵੀ ਰੈਫਰਮੇਸ਼ਨ ਮੂਵਮੈਂਟ ਨਾ ਚੱਲ ਰਿਹਾ ਹੋਵੇ ਫਿਰ ਕੀ ਬਣੂ ਸਾਡਾ? ਅਸੀਂ ਭੁੱਲ ਗਏ ਹਾਂ ਸਿੰਘ ਸਭਾ ਗੁਰਦੁਆਰਾ ਬਣਿਆ ਕਿਵੇਂ ਸੀ। ਮੈਂ ਪਟਿਆਲੇ ਵੀ ਇਸ ਤਰ੍ਹਾਂ ਸਿੰਘ ਸਭਾ ਗੁਰਦੁਆਰੇ ਉਹਨਾਂ ਨੇ ਬੁਲਾਇਆ ਮੈਨੂੰ ਬੋਲਣ ਲਈ ਤੇ ਉੱਥੇ ਕੋਈ ਹੋਰ ਹੀ ਫਾਲਤੂ ਦੀ ਬਹਿਸ ਵਿੱਚ ਖੜੇ ਹੋ ਗਏ ਤੇ ਮੈਂ ਆਪਣੇ ਲੈਕਚਰ ਥੋੜ੍ਹੀ ਇੱਥੋਂ ਕੀਤਾ। ਮੈਂ ਕਿਹਾ ਸਿੰਘ ਸਭਾ ਗੁਰਦੁਆਰਾ ਨਹੀਂ ਹੁੰਦਾ ਸੀ, ਸਿੰਘ ਸਭਾ ਉਹ ਮੂਵਮੈਂਟ ਸੀ ਜਿਹਨੇ ਗੁਰਦੁਆਰਿਆਂ ਨੂੰ ਫਰੀ ਕਰਨ ਲਈ ਮੂਵਮੈਂਟ ਚਲਾਈ ਗੁਰਦੁਆਰਿਆਂ ਤੋਂ ਬਾਹਰ, ਤੇ ਜਦੋਂ ਮੂਵਮੈਂਟ ਹੋ ਗਈ ਸਕਸੈਸਫੁਲ ਫਿਰ ਉਹਨਾਂ ਦੇ ਨਾਂ 'ਤੇ ਨਵੇਂ ਗੁਰਦੁਆਰੇ ਬਣਾਏ। ਇਹ ਗੱਲ ਬਹੁਤ ਸਮਝਣ ਦੀ ਲੋੜ ਆ। ਸਿੰਘ ਸਭਾ ਦੀ ਜਿਹੜੀ ਓਰੀਜਨੇਸ਼ਨ ਆ ਨਾ, ਉਹਦਾ ਮਕਸਦ ਹੀ ਇਹ ਹੈ ਕਿ ਜਿਹੜਾ ਸਟੈਟਸ ਕੋ ਕੰਮ ਆ ਉਹ ਨਹੀਂ ਕਰਨਾ। ਇੱਥੇ ਤਾਂ ਸਿਰਫ ਟ੍ਰੇਨਿੰਗ ਹੋਣੀ ਚਾਹੀਦੀ ਆ, ਇਹ ਜਾਗਰਤੀ ਪੈਦਾ ਕਰਨ ਵਾਲੇ ਕੰਮ ਹੋਣੇ ਚਾਹੀਦੇ ਨੇ। ਆਈ ਨੋ ਵਰਲਡਵਾਈਡ ਸਿੰਘ ਸਭਾ ਗੁਰਦੁਆਰੇ ਨੇ, ਸਾਰਿਆਂ ਦੀ ਗੱਲ ਆ, ਸਿਰਫ ਇੱਥੇ ਦੀ ਗੱਲ ਨਹੀਂ। ਸੋ ਰਿਐਲਿਟੀ ਸਾਡੀ ਇਹ ਖੜੀ ਹੋ ਗਈ ਆ। ਇਸ ਰਿਐਲਿਟੀ ਨੂੰ ਜੇ ਚੇਂਜ ਕਰਨਾ ਸਾਨੂੰ ਗੁਰਦੁਆਰਾ ਹੋਏ ਸੋਝੀ ਪਾਈਸੀ ਵੱਲ ਜਾਣਾ ਪੈਣਾ। ਅਤੇ ਮੈਂ ਥੋੜ੍ਹੀ ਜਿਹੀ ਗੱਲਾਂ ਮੋਨੀਟਰੀ ਪ੍ਰਿੰਸੀਪਲ ਪੈਸੇ ਦੀ ਵੀ ਕਰ ਲਵਾਂ, ਕਿਉਂਕਿ ਕਈ ਗੁਰਦੁਆਰਿਆਂ ਦੇ ਵਿੱਚ ਇਹਦੀ ਬੜੀ ਚਰਚਾ ਹੁੰਦੀ ਆ। ਮੈਂ ਹਰ ਗੁਰਦੁਆਰੇ ਨੂੰ ਇਹ ਅਪੀਲ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਿੱਥੇ ਵੀ ਚਾਹੀਦਾ ਤੁਸੀਂ ਜਿਹੜਾ ਜੀ ਟ੍ਰਾਂਸਪੇਰੈਂਸੀ ਅਤੇ ਅਕਾਊਂਟੇਬਿਲਿਟੀ ਤਾਂ ਸਿੱਧੀ ਕਰ ਦਿਓ। ਆਡਿਟਸ ਕਰੋ, ਬਜਟਸ ਪ੍ਰਜੈਂਟ ਕਰੋ, ਹਰ ਮੰਥਲੀ ਰਿਪੋਰਟ ਪਬਲਿਕਲੀ ਦਿਆ ਕਰੋ, ਕਿਉਂਕਿ ਗੁਰਬਾਣੀ ਦੇ ਵਿੱਚ ਅਤੇ ਸਾਡੇ ਸੈਕੰਡਰੀ ਟੈਕਸ ਵਿੱਚ ਇਹ ਆਇਆ ਕਿ ਜਿਹੜਾ ਬੰਦਾ ਮਨੀ ਦੀ ਔਫਰਿੰਗ ਮਤਲਬ ਸੰਗਤ ਦੇ ਪੈਸੇ ਨੂੰ ਠੀਕ ਤਰ੍ਹਾਂ ਨਹੀਂ ਵਰਤਦਾ, ਇਹ ਭਾਈ ਗੁਰਦਾਸ ਨੇ ਕਿਹਾ, ਰਤਨ ਸਿੰਘ ਭੰਗੂ ਨੇ ਕਿਹਾ, ਈਵਨ ਮਕੌਲਕ ਨੇ ਵੀ ਲਿਖਿਆ ਕਿ ਉਹਨਾਂ ਬੰਦਿਆਂ ਵੱਲ ਸਿੱਖਾਂ ਦੀ ਜਿਹੜੀ ਨਜ਼ਰ ਆ ਬੜੀ ਗੰਦੀ ਹੋ ਜਾਂਦੀ ਹੈ। ਭਾਵ ਕਿ ਜਿਹੜਾ ਸੰਗਤ ਦਾ ਪੈਸਾ, ਇਹ ਸਿਰਫ ਐਂਬੈਸਲਮੈਂਟ ਦੀ ਗੱਲ ਨਹੀਂ, ਇਹਦੀ ਵਰਤੋਂ ਠੀਕ ਹੋਵੇ। ਦੂਸਰੀ ਗੱਲ, ਮਹਾਂਕਵੀ ਸੰਤੋਖ ਸਿੰਘ ਨੇ ਕਿਹਾ ਕਿ ਮਨੀ ਵਾਜ਼ ਮੈਂਟ ਫੋਰ ਬੈਨੀਫਿਟ ਆਫ ਲੋਕਲ ਸੰਗਤ ਐਂਡ ਨੀਡੀ। ਹੁਣ ਇਹ ਬੜੀ ਇੰਟਰਸਟਿੰਗ ਗੱਲ ਆ। ਅਸੀਂ ਆਮ ਤੌਰ 'ਤੇ ਸੇਵਾ ਦਾ ਮਤਲਬ ਵੀ ਇਹ ਬਣਾ ਲਿਆ ਜਿਹੜੇ ਸਾਡੇ ਬੰਦਿਆਂ ਨੂੰ ਗੱਲ ਚੰਗੀ ਲੱਗੇ, ਜਿੱਥੇ ਸਾਡੀ ਪੀ ਆਰ ਹੋਵੇ। 100 ਸਾਲ ਪਹਿਲਾਂ ਜਦ ਗੁਰਦੁਆਰੇ ਇੱਥੇ ਬਣੇ, ਮੈਂ ਤਾਂ ਹੁਣ ਸਟੋਕਟਨ ਦਾ ਐਗਜ਼ਾਮਪਲ ਦੇਵਾਂਗਾ, ਉਹਨਾਂ ਨੇ ਜਦ ਪਹਿਲਾ ਗੁਰਦੁਆਰਾ ਅਮੈਰੀਕਾ 'ਚ ਬਣਾਇਆ, ਕਿਉਂਕਿ ਲੋਕਾਂ ਨੇ ਨਾ ਆਪਣੇ ਮੋਢੇ 'ਤੇ ਲੱਕੜਾਂ ਚੱਕ ਕੇ ਲੈ ਕੇ ਆਏ ਸੀ, ਜਿੱਥੇ ਤੁਹਾਡਾ ਆਪਣਾ ਟਾਈਮ ਲੱਗਿਆ ਹੋਵੇ ਨਾ ਤੁਸੀਂ ਫਿਰ ਉਸ ਥਾਂ ਨੂੰ ਬੜੀ ਪਵਿੱਤਰ ਰੱਖਣ ਦੀ ਕੋਸ਼ਿਸ਼ ਕਰਦੇ ਹੋ। ਫਿਜ਼ੀਕਲੀ ਬੰਦੇ ਨੇ ਲਾਏ ਸੀ, ਜਿਵੇਂ ਸਿੱਖ ਪਹਿਲਾਂ ਗੁਰਦੁਆਰੇ ਬਣਾਉਂਦੇ ਸੀ। ਉਹ ਜਦ ਪਹਿਲਾ ਗੁਰਦੁਆਰਾ ਬਣਿਆ, ਉਸ ਗੁਰਦੁਆਰੇ ਦਾ ਪਹਿਲਾ ਸੈਕਟਰੀ, ਅਮੈਰੀਕਾ ਦਾ ਪਹਿਲਾ ਏਸ਼ੀਅਨ ਮੈਂਬਰ ਆਫ ਕਾਂਗਰਸ ਬਣਿਆ। ਦੇਖੋ ਵਿਜ਼ਨ ਕੀ ਸੀ ਗੁਰਦੁਆਰੇ ਦੀ। ਆਪਾਂ ਤਾਂ ਡਰ ਜਾਂਦੇ ਹਾਂ ਪੋਲੀਟਿਕਸ ਦੀ ਥੋੜ੍ਹੀ ਗੱਲ ਤੋਂ। ਉਹਨਾਂ ਦਾ ਮਿਸ਼ਨ ਹੀ ਇਹ ਸੀ ਕਿ ਜੇ ਗੁਰਦੁਆਰਾ ਖੜਾ ਕਰਨਾ ਅਮੈਰੀਕਾ 'ਚ, ਉਹਨਾਂ ਦਾ ਸੈਕਟਰੀ ਪਹਿਲਾ ਮੈਂਬਰ ਆਫ ਕਾਂਗਰਸ ਬਣਿਆ, ਫਸਟ ਸੈਕਟਰੀ ਦਲੀਪ ਸਿੰਘ ਸੌਂਦ। 30 ਸਾਲ ਲੱਗੇ ਉਹਨੂੰ, ਬਟ ਵਿਜ਼ਨ ਕਲੀਅਰ ਆ। ਉਸ ਗੁਰਦੁਆਰੇ ਦੇ ਬਣਨ ਦੇ ਵਿਦਇਨ 4 ਈਅਰਸ ਜਵਾਹਰ ਲਾਲ ਨਹਿਰੂ ਦੀ ਭੈਣ ਉੱਥੇ ਆਉਂਦੀ ਹੈ ਗੁਰਦੁਆਰੇ, ਅਤੇ ਸਿੱਖਾਂ ਨੇ $6,000 1916 ਦੇ ਵਿੱਚ ਇਕੱਠਾ ਕਰਕੇ ਦਿੱਤਾ ਕਿ ਹਿੰਦੁਸਤਾਨ ਨੂੰ ਆਜ਼ਾਦ ਕਰਨ ਲਈ ਵਰਤੋ। ਉਸੇ ਗੁਰਦੁਆਰੇ ਵਿੱਚ ਗੱਦਰ ਲਹਿਰ ਦੀ ਮੀਟਿੰਗਾਂ ਹੋ ਰਹੀਆਂ ਨੇ। ਉਸੇ ਗੁਰਦੁਆਰੇ ਵਿੱਚ ਇੱਕ ਪ੍ਰਿੰਟਿੰਗ ਪ੍ਰੈਸ ਹਾਇਰ ਕੀਤੀ ਕਿ ਜਿਹੜਾ ਲਿਟਰੇਚਰ ਇੰਡੀਆ ਵਿੱਚ ਛਾਪਣ ਨਹੀਂ ਦਿੰਦੇ ਇੱਥੋਂ ਛਾਪ ਕੇ ਭੇਜੋ। ਇਹ ਸਾਡੇ ਗੁਰਦੁਆਰੇ ਕਰਦੇ ਸੀ। ਹੁਣ ਜੇ ਪਿਛਲੇ 25-27 ਸਾਲਾਂ ਵਿੱਚ ਇਹ ਸਾਡੇ ਗੁਰਦੁਆਰੇ ਕਰਦੇ ਨੇ ਤਾਂ ਅਸੀਂ ਗੁੱਸੇ ਕਿਉਂ ਜਾਂਦੇ ਇੰਨੀ ਛੇਤੀ? ਸੋਚਣਾ ਪੈਣਾ ਇਹ ਚੀਜ਼ਾਂ ਬਾਰੇ, ਸਾਡਾ ਹੀ ਟ੍ਰੈਡੀਸ਼ਨ ਆ। ਜਿਵੇਂ ਸਾਡੇ ਗੁਰਦੁਆਰੇ ਵਿੱਚ ਹੀ ਬੈਠ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਡਿਸਾਈਡ ਕੀਤਾ ਕਿ ਮੈਂ ਕਿਹੜੇ ਰਾਜਕੁਮਾਰ ਨਾਲ ਖੜੇ ਹੋਣਾ, ਗੁਰੂਆਂ ਦੇ ਅਲੱਗ ਡਿਸੀਜਨ। ਉਹਨਾਂ ਕੋਲ ਵੀ ਆਪਸ਼ਨ ਸੀ ਕਿ ਦਾਰਾ ਸ਼ਿਕੋਹ ਨਾਲ ਖੜੀਏ ਜਾਂ ਔਰੰਗਜ਼ੇਬ ਨਾਲ ਖੜੀਏ। ਉਹਨਾਂ ਨੇ ਉਸ ਵੇਲੇ ਥੋੜ੍ਹੀ ਕਿਹਾ ਕਿ ਆਪਾਂ ਨਹੀਂ ਕੁਛ ਕਰਨਾ, ਘਰ ਨੂੰ ਚੱਲੀਏ ਯਾਰ, ਕੀ ਪੰਗਾ ਲੈਣਾ। ਹੀ ਡਿਡ, ਉਹਨਾਂ ਨੇ ਆਪਣੇ ਸਿੱਖ ਵੀ ਭੇਜੇ, ਫੌਜ ਵੀ ਭੇਜੀ, ਦਾਰਾ ਸ਼ਿਕੋਹ ਦੇ ਨਾਲ ਖੜੀ ਕੀਤੀ। ਐਵਰੀ ਗੁਰੂ ਡਿਡ ਦਿਸ। ਸਾਨੂੰ ਇਹਨਾਂ ਚੀਜ਼ਾਂ ਨੂੰ ਸਮਝਣਾ ਪੈਣਾ ਕਿ ਜਿਹੜਾ ਸਿੱਖੀ ਦਾ ਮਿਸ਼ਨ ਆ ਉਹ ਕਲੀਅਰ ਕੀਤਾ ਜਾਵੇ ਗੁਰਦੁਆਰਿਆਂ ਵਿੱਚੋਂ, ਫਿਰ ਜਿਹੜਾ ਵੀ ਇਕਨੋਮਿਕ, ਪੋਲੀਟੀਕਲ, ਸੋਸ਼ਲ ਐਲੀਮੈਂਟ ਹੈਗਾ, ਸਪਿਰਚੁਅਲ ਐਲੀਮੈਂਟ ਆ, ਇਹ ਸਾਰੇ ਐਲੀਮੈਂਟਸ ਦੀ ਟ੍ਰੇਨਿੰਗ ਗੁਰਦੁਆਰੇ ਦੇਣ। ਅਗਲੀ ਗੱਲ ਫਿਰ ਹੁਣ ਕਰੀਏ ਕਿ ਦੇਖੋ ਇਹਦੇ 'ਚ ਕਈ ਗੱਲਾਂ ਲਿਖੀਆਂ ਨੇ, ਤੁਸੀਂ ਦੇਖ ਲਓ, ਬਟ ਬੇਸਿਕ ਗੱਲ ਇਹ ਆ ਜਾਂਦੀ ਹੈ। ਮੈਂ ਐਕਚੁਲੀ ਇੱਧਰ ਵੱਲ ਜਾਂਦਾ ਸਮੇਂ ਨੂੰ ਮੁੱਖ ਰੱਖਦੇ ਹੋਏ। ਬੇਸਿਕ ਗੱਲ ਗੁਰਦੁਆਰੇ ਦੀ ਹੈ ਕਿ ਤੁਸੀਂ ਜਿੰਨੇ ਵੀ ਸੰਗਤ ਦੇ ਮੈਂਬਰਸ ਆਉਂਦੇ ਨੇ ਸਾਰਿਆਂ ਦੇ ਲਈ ਕੋਈ ਨਾ ਕੋਈ ਪ੍ਰੋਗਰਾਮ ਖੜਾ ਕਰੋ। ਇਹ ਅਸੀਂ ਬਾਇਲੋਜ਼ ਬਣਾ ਲੈਂਦੇ ਹਾਂ, ਡਾਇਰੈਕਟਰਸ ਅਤੇ ਕਮੇਟੀਜ਼ ਬਣ ਜਾਂਦੀਆਂ, ਰਿਸੋਰਸਿਸ ਅਤੇ ਸੰਗਤ ਵੀ ਆ ਜਾਂਦੀ ਹੈ, ਬਟ ਜਿਹੜਾ ਮਿਸ਼ਨ ਅਤੇ ਵਿਜ਼ਨ ਆ ਨਾ ਇਹ ਕਲੀਅਰ ਨਹੀਂ ਹੈਗੇ। ਕਿਉਂਕਿ ਵੀ ਆਰ ਅ ਗਿਵਿੰਗ ਕਮਿਊਨਿਟੀ, ਲੋਕ ਸੇਵਾ ਤਾਂ ਬਹੁਤ ਕਰਦੇ ਆ ਗੁਰਦੁਆਰਿਆਂ 'ਚ, ਪੈਸੇ ਦਿਆਂ ਵੀ, ਤਨ ਨਾਲ ਵੀ, ਧਨ ਨਾਲ ਵੀ। ਮੈਂ ਇੱਥੇ ਥੋੜ੍ਹੀ ਜਿਹੀ ਰਿਕੁਐਸਟ ਇਹ ਕਰ ਰਿਹਾ ਕਿ ਮਨ ਦੀ ਸੇਵਾ ਵਧਾਉਣ ਦੀ ਲੋੜ ਆ। ਮਨ ਇਜ਼ ਮਾਇੰਡਫੁਲਨੈਸ, ਕਰਨਾ ਕੀ ਆ, ਇਹਦਾ ਕਿਉਂ ਕਰਨਾ, ਇਹ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਦਾ ਹਿੱਸਾ ਹੈ ਕਿ ਨਹੀਂ,
ਅਸੀਂ ਕਿਹੜੀਆਂ ਮੂਵਮੈਂਟਸ ਨੂੰ ਇੱਥੋਂ ਸਪੋਰਟ ਕਰਨਾ, ਅਸੀਂ ਕਿਹੜੇ ਪੋਲੀਟੀਕਲ ਐਲੀਮੈਂਟਸ ਨੂੰ ਸਪੋਰਟ ਕਰਨਾ, ਅਸੀਂ ਕਿਹੋ ਜਿਹੇ ਨੀਡੀ ਬੰਦਿਆਂ ਨੂੰ ਸਪੋਰਟ ਕਰਨਾ, ਅਸੀਂ ਜਿਹੜੇ ਬੰਦੇ ਇੱਥੋਂ ਉੱਥੋਂ ਉੱਥੇ ਇੱਥੇ ਆ ਰਹੇ ਨੇ, ਇਮੀਗ੍ਰੇਸ਼ਨ ਮੂਵਮੈਂਟਸ ਨੇ, ਐਨਵਾਇਰਮੈਂਟ ਦੇ ਮੂਵਮੈਂਟਸ ਨੇ, ਇਹ ਚਰਚਾ ਹੋਣੀ ਚਾਹੀਦੀ ਆ। ਮਨ ਦੀ ਸੇਵਾ ਅਸੀਂ ਘਟਾਤੀ ਹੈ ਬਹੁਤ ਜ਼ਿਆਦਾ, ਅਤੇ ਗੁਰਬਾਣੀ ਦੇ ਵਿੱਚ ਜਦ ਵੀ ਕਿਤੇ ਇੱਕ ਚੰਗੀ ਹਿਸਟਰੀ ਦੇ ਵਿੱਚ ਚੰਗੇ ਸਿੱਖ ਦੀ ਗੱਲ ਆਉਂਦੀ ਆ, ਜਿਵੇਂ ਬਾਬਾ ਬੁੱਢਾ ਜੀ ਦੀ ਗੱਲ ਮੈਂ ਅਰਲੀਅਰ ਕੀਤੀ ਸੀ। ਦੇਖੋ ਬਾਬਾ ਬੁੱਢਾ ਜੀ ਦੇ ਐਂਗਲ ਤੋਂ ਵੀ ਦੇਖੋ ਕਿ ਗੁਰਦੁਆਰਿਆਂ ਦੇ ਵਿੱਚ ਸਾਡੀ ਪ੍ਰੋਬਲਮ ਚੱਲ ਰਹੀ ਆ, ਅਸੀਂ ਜਾਤ ਪਾਤ ਵਿੱਚ ਵੀ ਬਹੁਤ ਫਸੇ ਹੋਏ ਹਾਂ। ਇਹ ਜੱਟਾਂ ਦਾ, ਇਹ ਰਾਮਗੜੀਆਂ ਦਾ, ਇਹ ਭਾਪਿਆਂ ਦਾ, ਇਸ ਤਰ੍ਹਾਂ ਦੇ ਗੁਰਦੁਆਰੇ ਨੇ ਨਾ, ਹੁਣ ਕੋਈ ਕਹਿ ਲੈਂਦਾ ਕੋਈ ਨਹੀਂ ਕਹਿੰਦਾ, ਇੰਨਾ ਕੀ ਫਰਕ ਆ, ਬਟ ਹੋ ਹੀ ਰਿਹਾ। ਦੇਖੋ ਗੁਰੂ ਪੀਰੀਅਡ ਵਿੱਚ ਕਿਵੇਂ ਗੁਰਦੁਆਰੇ ਨਾਲ, ਜਦ ਤੁਸੀਂ ਸਾਰੀ ਸੰਗਤ ਦੇ ਲਈ ਕੰਮ ਕਰਨੇ ਨਾ, ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਣਗੀਆਂ। ਬੈਕਗਰਾਉਂਡ ਦੇਖੋ, ਬਾਬਾ ਬੁੱਢਾ ਜੀ ਰੰਧਾਵਾ ਜੱਟ ਨੇ, ਗੁਰੂ ਸਾਹਿਬ ਕੀ ਨੇ ਤੁਹਾਨੂੰ ਪਤਾ ਹੈਗਾ, ਬੇਦੀ ਤੇ ਸੋਢੀ ਰਹੇ ਨੇ। ਭਾਈ ਗੁਰਦਾਸ ਕਿਤੋਂ ਆ ਰਹੇ ਨੇ, ਦਲਿਤ ਸਿੱਖ ਇਕੱਠੇ ਕੀਤੇ ਜਾ ਰਹੇ ਨੇ, ਸਾਰਿਆਂ ਦੀ ਇਨਵੋਲਵਮੈਂਟ ਆ, ਤਾਂ ਬਣਦੀ ਹੈ ਸੰਗਤ। ਤੁਸੀਂ ਜੇ ਆਪਣੇ ਕਬੀਲੇ ਨੂੰ ਇਕੱਠਾ ਕਰ ਲਓਗੇ, ਉਹ ਗੁਰਦੁਆਰਾ ਨਹੀਂ ਹੈ, ਫਿਰ ਉਹ ਤੁਹਾਡਾ ਪਰਸਨਲ ਡੇਰਾ ਜ਼ਰੂਰ ਹੋ ਸਕਦਾ। ਗੁਰਦੁਆਰਾ ਵਾਸ ਨੈਵਰ ਅ ਡੇਰਾ, ਡੇਰੇ ਉਹ ਹੁੰਦੇ ਸੀ ਜਿਹੜੇ ਇੱਕਜੁੱਟ ਇਕੱਠਾ ਹੋ ਕੇ ਗੁਰਦੁਆਰੇ ਦੇ ਅਗੇਂਸਟ ਖੜਦੇ ਸੀ, ਅਤੇ ਅਸੀਂ ਅੱਜ ਜੇ ਉਹਨੂੰ ਗੁਰਦੁਆਰਾ ਕਹਿ ਰਹੇ ਹਾਂ, ਉਹ ਐਕਚੁਅਲੀ ਗੁਰਦੁਆਰਾ ਨਹੀਂ ਆ। ਦਿਸ ਇਜ਼ ਅਵੇਲੇਬਲ ਇਨ ਗੁਰੂ ਪੀਰੀਅਡ। ਦੇਖੋ ਗੁਰੂ ਸਾਹਿਬ ਦੀ ਪਲੈਨਿੰਗ ਅਤੇ ਥਿੰਕਿੰਗ, ਕਿ ਜੇ ਤੁਸੀਂ ਕਿਸੇ ਵੀ ਮੈਂਬਰ ਦੇ ਕਮਿਊਨਿਟੀ ਦੇ ਰੈਪ੍ਰਜੈਂਟੇਟਿਵਸ ਨੂੰ ਇੱਕ ਵਧੀਆ ਪੋਜੀਸ਼ਨਸ 'ਤੇ ਨਹੀਂ ਖੜੇ ਕਰੋਗੇ, ਫਿਰ ਤੁਹਾਡੇ ਬਿਹੇਵੀਅਰ ਵਿੱਚ ਉਣਤਾ ਹੀ ਰਹਿ ਗਈ ਨਾ, ਫਿਰ ਲੋਕ ਕਹਿਣਗੇ ਅਰੇ ਤਾਂ ਇੱਕ ਬੰਦਿਆਂ ਨੂੰ ਇਕੱਠਾ ਕਰ ਲਿਆ ਇਹਨਾਂ ਨੇ ਆਪਣੀ ਕਿਸਮ ਦੇ। ਦਿਸ ਇਜ਼ ਵਾਟ ਗੁਰੂ ਵਾਸ ਡੂਇੰਗ। ਗੁਰਦੁਆਰਿਆਂ ਵਿੱਚ ਇਹ ਸਿਖਾਇਆ ਜਾ ਰਿਹਾ ਸੀ ਕਿ ਕੋਈ ਵੀ ਕਮਿਊਨਿਟੀ ਇਹ ਫੀਲ ਨਾ ਕਰੇ, ਕੋਈ ਵੀ ਸੰਗਤ ਦਾ ਇੱਕ ਜੁੱਟ ਇਹ ਫੀਲ ਨਾ ਕਰੇ ਕਿ ਸਾਨੂੰ ਅੰਡਰਮਾਈਨ ਕੀਤਾ ਜਾਂਦਾ ਜਾਂ ਸਾਨੂੰ ਇਕੁਅਲ ਸਟੇਟਸ ਨਹੀਂ ਦਿੱਤਾ ਜਾਂਦਾ। ਤੁਸੀਂ ਜਿਹਨੂੰ ਇੱਦਾਂ ਕਰੋਗੇ ਉਹ ਜਾ ਕੇ ਆਪਣਾ ਬਣਾ ਲਓ, ਫਿਰ ਇਹੀ ਹੋ ਰਿਹਾ। ਫਿਰ ਅਸੀਂ ਬਾਅਦ 'ਚ ਕਹਿੰਦੇ ਹਾਂ ਯਾਰ ਇਹਨਾਂ ਨੇ ਇੱਦਾਂ ਕਿਉਂ ਕਰ ਲਿਆ, ਵੈਲ ਬਿਕੋਜ਼ ਅਸੀਂ ਆਪਣਾ ਫਿਗਰ ਆਊਟ ਨਹੀਂ ਕਰ ਪਾਏ ਕਿ ਗੁਰਦੁਆਰੇ ਵਿੱਚ ਜੇ ਨਿਸ਼ਾਨ ਸਾਹਿਬ ਲੱਗਿਆ, ਲਾਈ ਅਸੀਂ ਸਾਰੇ ਜਾ ਰਹੇ ਹਾਂ, ਇੱਥੇ ਸਿਰਫ ਗੁਰੂ ਦਾ ਰੂਲ ਹੋਊ, ਨੋਟ ਮਾਇਨ ਔਰ ਯੋਰਸ। ਇਸ ਗੱਲ ਨੂੰ ਕਲੀਅਰ ਕਰੀਏ। ਅਤੇ ਦੂਸਰੀ ਗੱਲ ਇਹ, ਅੱਜ ਸਾਡੇ ਸੰਗਤ ਦੇ ਲਈ ਤਾਂ ਬੜੇ ਪ੍ਰੋਗਰਾਮ ਚੱਲ ਰਹੇ ਨੇ, ਮੈਂ ਕੱਲ੍ਹ ਵੀ ਗੁਰਦੁਆਰੇ ਵਿੱਚ ਬੇਨਤੀ ਕੀਤੀ ਸੀਗੀ ਕਮੇਟੀ ਨੂੰ ਕਿ ਇਹਦੇ ਵੱਲ ਵੀ ਥੋੜ੍ਹੀ ਜਿਹੀ ਤਵੱਜੋ ਦਿਓ, ਵਿਮੈਨ ਦੇ ਲਈ, ਯੂਥ ਦੇ ਲਈ ਅਤੇ ਸੀਨੀਅਰਸ ਦੇ ਲਈ ਕੋਈ ਪ੍ਰੋਗਰਾਮ ਨਹੀਂ ਚੱਲ ਰਹੇ। ਠੀਕ ਹੈ, ਅਸੀਂ ਕੋਸ਼ਿਸ਼ਾਂ ਕਰਦੇ ਹਾਂ, ਥੋੜ੍ਹਾ ਬਹੁਤ ਅਸੀਂ ਸਕੂਲ ਦੀ ਐਜੂਕੇਸ਼ਨ ਦੇ ਕੰਮ ਸ਼ੁਰੂ ਕੀਤੇ ਨੇ, ਬਟ ਜੇ ਸਾਡੇ ਕੋਲ 7 ਦਿਨ 7 ਪ੍ਰੋਗਰਾਮ ਜੇ ਕਰਨੇ ਨੇ ਮੇਨ 1 ਦਿਨ ਦਾ, ਇੱਥੋਂ ਕੁਛ ਸਿੱਖ ਲਈਏ। ਟ੍ਰੇਨਿੰਗ ਆ ਨਾ ਗੁਰਦੁਆਰਾ, ਜਿਹੜੀਆਂ ਵਿਧਵਾਵਾਂ ਹੋ ਰਹੀਆਂ ਨੇ, ਜਿਨ੍ਹਾਂ ਨੂੰ ਕਮਿਊਨਿਟੀ ਗੰਦੀ ਨਜ਼ਰ ਨਾਲ ਦੇਖਦੀ ਹੈ, ਜੇ ਸਿੰਗਲ ਪੇਰੈਂਟਸ ਨੇ, ਅਸੀਂ ਉਹਨਾਂ ਨੂੰ ਕਿਹੜੀ ਟ੍ਰੇਨਿੰਗ ਦੇ ਰਹੇ ਹਾਂ? ਨਵਾਬ ਕਪੂਰ ਸਿੰਘ ਕੋਲ ਜੱਸਾ ਸਿੰਘ ਆਲੂਵਾਲਿਆਂ ਦੀ ਮਦਰ ਲੈ ਕੇ ਆਏ ਸੀ ਉਹਨਾਂ ਨੂੰ, ਹਰ ਹਸਬੈਂਡ ਵਾਜ਼ਨਟ ਦੇਅਰ, ਐਂਡ ਸ਼ੀ ਸੈਡ ਟੂ ਨਵਾਬ ਕਪੂਰ ਸਿੰਘ, ਦੇਖੋ ਕਿਹੜੀ ਟ੍ਰੇਨਿੰਗ ਆ, ਕਹਿੰਦੇ ਪਲੀਜ਼ ਟ੍ਰੇਨ ਹਿਮ ਕਿ ਇਹ ਸਿੱਖ ਬਣੇ ਚੰਗਾ। ਉਹ ਗੁਰਦੁਆਰਾ ਉਸ ਵੇਲੇ ਜਿਹੜਾ ਇੱਕ ਕੱਚਾ ਗੁਰਦੁਆਰਾ ਹੁੰਦਾ ਸੀ 18th century ਵਿੱਚ, ਉਹ ਗੁਰਦੁਆਰੇ ਦੀ ਟ੍ਰੇਨਿੰਗ ਦੇਖੋ ਕਿ ਜੱਸਾ ਸਿੰਘ ਆਲੂਵਾਲਿਆ ਕੀ ਬਣਿਆ ਫਿਰ ਪੰਥ ਵਿੱਚ, ਸੁਲਤਾਨ ਉਲ ਕੌਮ ਟਾਈਟਲ ਮਿਲਿਆ ਉਹਨੂੰ, ਇਹ ਟ੍ਰੇਨਿੰਗ ਦਿੱਤੀ ਗਈ ਸੀ। ਅਸੀਂ ਤਾਂ ਇਹ ਵੀ ਨਹੀਂ ਸੋਚ ਰਹੇ ਯਾਰ ਜਿਹੜੇ ਸਿੰਗਲ ਪੇਰੈਂਟਸ ਨੇ ਕਿੰਨਾ ਕਿੰਨਾ ਕਰਦੇ ਹੋਣਗੇ, ਉਹ ਵੀ ਹੈਵ ਟੂ ਥਿੰਕ ਅਬਾਊਟ ਦੈਟ ਸਟੱਫ। ਮਦਰ ਟਰੀਸਾ ਸਾਡੇ 700 ਬੱਚੇ ਲੈ ਗਈ 1984 ਨਵੰਬਰ ਦੇ ਵਿੱਚ, ਅਸੀਂ ਬੈਠੇ ਰਹਿ ਗਏ ਸਰਕਾਰ ਦੇ ਹੱਥ ਕਿ ਉਹ ਕੁਛ ਕਰੂਗੀ। ਵੀ ਆਰ ਨੋਟ ਲੁਕਿੰਗ ਆਫਟਰ ਅਰ ਓਨ ਨੀਡਸ। ਅਸੀਂ ਲੋਕਾਂ ਦੇ ਹੈਂਡ ਆਊਟ ਦੀ ਕਦੇ ਵੀ ਵੇਟ ਨਹੀਂ ਕਰਦੇ ਸੀ। ਗੁਰਦੁਆਰਾ ਤਾਂ ਸੈਂਟਰ ਹੀ ਹੁੰਦਾ ਸੀ ਜਿੱਥੇ ਤੁਸੀਂ ਕਿਸੇ ਤੋਂ ਸਰਕਾਰ ਤੋਂ ਹੈਂਡ ਆਊਟ ਨਹੀਂ ਲੈਣਾ, ਬਲਕਿ ਸੰਗਤੀ ਰੂਪ ਵਿੱਚ ਇੰਨਾ ਕੋਰਪਸ ਇਕੱਠਾ ਹੋ ਜਾਵੇ ਕਿ ਹਰ ਲੋੜ ਦੇ ਪ੍ਰਤੀ ਅਸੀਂ ਇੱਕ ਆਪਣਾ ਉਹਦਾ ਰਿਸਪੋਂਸ ਦੇ ਸਕੀਏ। ਵੀ ਮਸਟ ਫੋਕਸ ਔਨ ਕਿ ਸੰਗਤ ਦੇ ਲਈ ਜੇ ਵਧੀਆ ਤੇ ਡ੍ਰੀਮ ਲੈਣਾ ਬੰਦ ਕਰ ਦਿੰਦੀ ਆ, ਉਹ ਖਤਮ ਹੋ ਗਈ। ਇਹ ਅਸੀਂ ਕਰ ਰਹੇ ਹਾਂ, ਅਸੀਂ ਡ੍ਰੀਮ ਲੈਣਾ ਹੀ ਬੰਦ ਕਰਤਾ ਕਿ ਅਸੀਂ ਕੀ ਕਰਾਂਗੇ। 10ਵੇਂ ਪਾਤਸ਼ਾਹ ਨੂੰ ਬੰਦੇ ਬਹਾਦਰ ਨੇ ਭੇਜਿਆ, ਬੰਦਾ ਸਿੰਘ ਬਹਾਦਰ ਨੂੰ, ਤੂੰ ਰਾਜ ਕਾਇਮ ਕਰ, ਡ੍ਰੀਮਸ ਹੈਗੇ ਨੇ। ਗੁਰੂ ਨਾਨਕ ਸਾਹਿਬ ਨੇ ਕੀ ਕਿਹਾ, ਜਿਹੜੇ ਨੀਚੀ ਹੂ ਅਤ ਨੀਚ ਨੇ ਅਸੀਂ ਉਹਨਾਂ ਨੂੰ ਰਾਜੇ ਬਣਾਵਾਂਗੇ, 10ਵੇਂ ਪਾਤਸ਼ਾਹ ਨੇ ਕਰਤਾ ਖਾਲਸੇ ਦੀ ਗੁਰਿਆਈ ਦੇ ਕੇ। ਹਿੰਦੁਸਤਾਨ ਦੇ ਵਿੱਚ ਨਾਦਰ ਸ਼ਾਹ ਅਟੈਕ ਕਰ ਰਿਹਾ, ਪੂਰਾ ਹਿੰਦੁਸਤਾਨ ਬੈਠਾ, ਸਿੱਖ ਗਏ ਤੇ ਛੁਡਾ ਕੇ ਲਿਆ ਕੇ ਬੰਬੇ ਤਿੱਕਰ ਵਾਪਸ ਕਰਕੇ ਆਇਆ ਉਹਨਾਂ ਦੀ ਜਨਾਨੀਆਂ ਨੂੰ। ਇਹ ਸਾਡੀ ਹਿਸਟਰੀ ਆ। ਅਗਲਾ ਕੰਮ ਸਾਡਾ ਇਹ ਬਣਦਾ ਕਿ ਗੁਰਦੁਆਰਿਆਂ ਵਿੱਚ ਇਹੋ ਜਿਹੀ ਟ੍ਰੇਨਿੰਗ ਆਵੇ ਕਿ ਅਸੀਂ ਇਸ ਤਰ੍ਹਾਂ ਦੇ ਡ੍ਰੀਮਸ ਲੈਣਾ ਫਿਰ ਸ਼ੁਰੂ ਕਰੀਏ ਕਿ ਸਾਡਾ ਬੱਚਾ, ਸਾਡੀ ਕੁੜੀ, ਸਾਡਾ ਮੁੰਡਾ ਵਰਲਡ ਦੇ ਇਹੋ ਜਿਹੀਆਂ ਪੋਲਿਸੀਜ਼, ਇਕਨੋਮਿਕ, ਪੋਲੀਟੀਕਲ, ਸੋਸ਼ਲ ਡਿਵੈਲਪ ਕਰੇ ਤਾਂ ਕਿ ਅਸੀਂ ਦੁਬਾਰਾ ਵਰਲਡ ਦੇ ਪ੍ਰਤੀ ਰੈਲੇਵੈਂਟ ਹੋ ਸਕੀਏ। ਇਹ ਟ੍ਰੇਨਿੰਗ ਦਿੰਦੇ ਸੀ ਗੁਰਦੁਆਰੇ, ਬੜੀ ਤਕੜੀਆਂ ਟ੍ਰੇਨਿੰਗਸ ਹੁੰਦੀਆਂ ਸੀ। ਇਹੀ ਸਾਡੇ ਗੁਰਦੁਆਰਿਆਂ ਦੇ ਵਿੱਚੋਂ ਹੀ ਸ਼੍ਰੋਮਣੀ ਅਕਾਲੀ ਦਲ ਪੈਦਾ ਹੋਇਆ।
ਅਕਾਲ ਤਖਤ ਸਾਹਿਬ ਤੇ ਅਰਦਾਸ ਹੋਈ ਉੱਥੇ ਹੀ 1921 ਵਿੱਚ ਅਰਦਾਸ ਕਰਕੇ ਕਿਹਾ ਗਿਆ ਕਿ ਸਿੱਖਾਂ ਦੇ ਪੋਲੀਟੀਕਲ ਇੰਟਰਸਟ ਦੀ ਪਾਰਟੀ ਖੜੀ ਕੀਤੀ ਜਾਵੇ। ਅਕਾਲ ਤਖਤ ਸਾਹਿਬ ਤੇ ਅਰਦਾਸ ਹੋਈ ਸੀ। ਜਦ ਸਾਡਾ ਐਜੂਕੇਸ਼ਨਲ ਮੂਵਮੈਂਟ ਤਗੜਾ ਹੋ ਗਿਆ, ਸੋਸ਼ਲ ਮੂਵਮੈਂਟ ਤਗੜਾ ਹੋ ਗਿਆ, ਫਿਰ ਸਿੱਖਾਂ ਨੇ ਉਸ ਵੇਲੇ ਪੋਲੀਟੀਕਲ ਮੂਵਮੈਂਟ ਚਲਾਇਆ। ਅੱਜ ਸਾਡੇ ਕੋਲ ਚੀਜ਼ਾਂ ਨਹੀਂ ਹੋ ਰਹੀਆਂ ਅਤੇ ਅਸੀਂ ਕਹਿੰਦੇ ਹਾਂ ਗੁਰਦੁਆਰਿਆਂ ਵਿੱਚ ਇਹ ਗੱਲਾਂ ਪਲੀਜ਼ ਨਾ ਕਰਿਆ ਕਰੋ। ਮੈਂ ਸੁਣਿਆ ਆਪ ਕਈ ਵਾਰੀ ਗੁਰੂਆਂ ਨੇ ਇੱਕ ਸਾਰੇ ਕੰਮ ਗੁਰਦੁਆਰੇ ਕੀਤੇ ਨੇ, ਉਹਨਾਂ ਨੇ ਉੱਥੇ ਆਪ ਸਿੱਖਾਂ ਨੂੰ ਟ੍ਰੇਨਿੰਗ ਦਿੱਤੀ ਹੈ, ਉੱਥੇ ਆਪ ਅਖਾੜਾ ਖੋਲ੍ਹਿਆ, ਆਪ ਗੁਰਮੁਖੀ ਦੀ ਵਿੱਦਿਆ ਦਿੱਤੀ, ਅਤੇ ਅਸੀਂ ਕਿੱਥੇ ਜਾ ਕੇ ਦੇਈਏ ਫਿਰ ਇਹੋ ਜਿਹੀਆਂ ਵਿੱਦਿਆਵਾਂ। ਜੇ ਕਿਸੇ ਨੇ ਅੱਜ ਪੋਲਿਸੀ ਮੇਕਰ ਬਣਨਾ, ਉਹਦਾ ਟ੍ਰੇਨਿੰਗ ਦਾ ਕੈਂਪ ਇੱਥੇ ਲੱਗਣਾ ਚਾਹੀਦਾ ਕਿ ਕਿਹੜੀਆਂ ਡਿਗਰੀਜ਼ ਕਰੋ। ਜੇ ਡਾਕਟਰ ਵੀ ਬਣਨਾ, ਕਿਹੜੀ ਸੰਸਥਾ ਵਿੱਚ ਜਾ ਕੇ ਡਾਕਟਰ ਲੱਗੋ, ਜਿੱਥੇ NIH ਦੀ ਪੋਲਿਸੀਜ਼ ਚੇਂਜ ਹੁੰਦੀਆਂ ਹੋਣ ਉੱਥੇ ਰੈਲੇਵੈਂਟ ਹੋ ਜਾ ਕੇ। ਜੇ ਡਾਕਟਰ ਵੀ ਬਣਨਾ, ਫਿਰ ਫਿਜ਼ੀਸ਼ੀਅਨਸ ਫੋਰ ਹਿਊਮਨ ਰਾਈਟਸ ਵਿੱਚ ਵੀ ਜਾ ਕੇ ਕਰੋ ਕਿ ਜਿੱਥੇ ਲੋਕਾਂ ਨੂੰ ਤਸੀਹੇ ਦੇ ਕੇ ਮਾਰਿਆ ਜਾਂਦਾ ਉੱਥੇ ਪੋਲਿਸੀ ਚੇਂਜ ਕਰਾਓ। ਬਟ ਅਸੀਂ ਇਹ ਤਵੱਜੋ ਨਹੀਂ ਦੇ ਰਹੇ ਹਾਂ। ਜੋ ਮਰਜ਼ੀ ਕਰੋ ਆਪਣੇ ਨਿਆਣਿਆਂ ਨੂੰ, ਸਾਨੂੰ ਇਹੋ ਜਿਹਾ ਇਨਵਾਇਰਮੈਂਟ ਦੇ, ਉਹਨਾਂ ਨੂੰ ਇਹ ਨਾ ਦੱਸੋ ਕੀ ਬਣਨਾ, ਉਹਨਾਂ ਨੂੰ ਇਹ ਕਹੋ ਜੋ ਬਣਨਾ ਬਣ, ਬਟ ਪੰਥ ਪ੍ਰਤੀ ਅਤੇ ਸਰਬੱਤ ਦੇ ਭਲੇ ਪ੍ਰਤੀ ਇਹਦੇ ਵੱਲ ਤਵੱਜੋ ਦੇ। ਤੂੰ ਮਿਊਜ਼ੀਸ਼ੀਅਨ ਬਣਨਾ, ਉਹੋ ਜਿਹਾ ਮਿਊਜ਼ਿਕ ਗਾ ਕਿ ਲੋਕਾਂ ਦੇ ਵਿੱਚ ਇੱਕ ਇਹੋ ਜਿਹੀ ਹਲਚਲ ਹੋ ਜਾਵੇ, ਬੰਦਾ ਕਵੇ ਕੁਛ ਕਰਨ ਜੋਗੇ ਹੋਈਏ। ਜੇ ਕੀਰਤਨ ਦਿਆਂ ਬਣਨਾ, ਇਹੋ ਜਿਹਾ ਜ਼ਬਰਦਸਤ ਬਣ ਕਿ ਜਿਹੜਾ ਸ਼ਬਦ ਸੁਣ ਲਵੇ ਬਸ ਉਹਦਾ ਉੱਠਣ ਦਾ ਜੀ ਨਾ ਕਰੇ। ਜੇ ਤੂੰ ਮੂਵੀ ਵੀ ਬਣਾਉਣੀ ਆ, ਫਿਲਮ ਇਹੋ ਜਿਹੀ ਬਣਾ, ਅਸੀਂ ਬ੍ਰੇਵ ਹਾਰਟ ਸਾਰਿਆਂ ਨੇ ਦੇਖੀ ਆ, ਕਿਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਵੀ ਇਹੋ ਜਿਹੀ ਬਣ ਜਾਵੇ, ਫਿਰ ਉੱਥੇ ਚੀਪ ਜਿਹਾ ਬਜਟ ਨਾ ਹੋਵੇ, ਫਿਰ ਪੂਰੀ ਦੁਨੀਆਂ ਉਹਨੂੰ ਦੇਖਣ ਜਾਵੇ ਇਹੋ ਜਿਹੀ ਬਣੇ। ਦਿਸ ਇਜ਼ ਵਾਟ ਵੀ ਸ਼ੁੱਡ ਬੀ ਡੂਇੰਗ। ਸਾਡੇ ਗੁਰਦੁਆਰਿਆਂ ਵਿੱਚ ਇਹ ਇੰਸਪੀਰੇਸ਼ਨ ਦਿੱਤੀ ਜਾਂਦੀ ਸੀ, ਉਸ ਇੰਸਪੀਰੇਸ਼ਨ ਵਿੱਚੋਂ ਕੋਈ ਭਾਈ ਰਣਧੀਰ ਸਿੰਘ ਬਣ ਗਿਆ, ਕੋਈ ਬਾਬਾ ਜਰਨੈਲ ਸਿੰਘ ਬਣ ਗਿਆ। ਉੱਥੇ ਦੇ ਵਾਵੇ ਜਾ ਕੇ ਜਨਾਨੀਆਂ ਦਾ ਗਰਲਜ਼ ਐਜੂਕੇਸ਼ਨ ਦੇ ਲਈ ਪਹਿਲਾ ਸਕੂਲ ਖੜਾ ਕਰਤਾ 1903 ਦੇ ਵਿੱਚ, ਇੱਕ ਵਿਮੈਨਸ ਮੈਗਜ਼ੀਨ ਸ਼ੁਰੂ ਕਰਤੀ 1903 ਵਿੱਚ, ਉਹ ਇਸਤਰੀ ਸਤਸੰਗ ਉਹਨੇ ਸ਼ੁਰੂ ਕੀਤੇ ਸੀ। ਬਟ ਅਸੀਂ ਇਹ ਗੱਲਾਂ, ਇਹੋ ਜਿਹਾ ਮਾਹੌਲ ਗੁਰਦੁਆਰਿਆਂ ਵਿੱਚ ਨਹੀਂ ਦੇ ਪਾ ਰਹੇ ਹਾਂ। ਅਤੇ ਇਹ ਸਾਰੀ ਗੱਲ ਜਿਹੜੀ ਹੁਣ ਤੀਕਰ ਕੀਤੀ ਗਈ ਉਹਦੇ ਪਿੱਛੇ ਮਕਸਦ ਹੀ ਇਹ ਆ ਕਿ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਦਿੱਤਾ ਜਾਵੇ ਗੁਰਦੁਆਰੇ ਵਿੱਚ, ਜਿੱਥੇ ਕਿਸੇ ਨੂੰ ਇਹ ਨਾ ਕਿਹਾ ਜਾਵੇ, ਦਸਵੇਂ ਪਾਤਸ਼ਾਹ ਨੇ ਵਿਸਾਖੀ ਵੇਲੇ ਕੜਕੇ ਕਿਸੇ ਨੂੰ ਨਹੀਂ ਕਿਹਾ ਕਿ ਤੂੰ ਅੰਮ੍ਰਿਤ ਛਕ। ਉੱਥੇ ਮਾਹੌਲ ਇਹੋ ਜਿਹਾ ਪੈਦਾ ਕਰ ਦਿੱਤਾ ਗਿਆ ਸੀ। ਗੁਰਦੁਆਰਿਆਂ ਦਾ ਪਰਪਸ ਕੀ ਆ ਕਿ ਜਦ ਕਿਸੇ ਵੀ ਲੋੜ ਦੀ ਲੋੜ ਪਵੇ, ਬੰਦਾ ਆਪਣੇ ਆਪ ਵਾਲੰਟੀਅਰ ਕਰਨ ਲਈ ਖੜਾ ਹੋ ਜਾਵੇ। ਅੱਜ ਅਸੀਂ ਨੋਮੀਨੇਟ ਕਰਕੇ, ਇਸ਼ਾਰੇ ਕਰਕੇ, ਸ਼ਰਮੋ ਬੇਸ਼ਰਮੀ ਚੀਜ਼ਾਂ ਕਰਾ ਲੈਂਦੇ ਹਾਂ, ਬਟ ਸਾਡੇ ਕੋਲੋਂ ਮਾਹੌਲ ਪੈਦਾ ਨਹੀਂ ਹੋ ਰਿਹਾ। ਮੇਰੀ ਇੱਕੋ ਬੇਨਤੀ ਆ ਇਸ ਗੁਰਦੁਆਰੇ ਨੂੰ ਵੀ ਅਤੇ ਸੰਗਤ ਨੂੰ ਵੀ ਕਿ ਅਸੀਂ ਜ਼ਿਆਦਾ ਤਵੱਜੋ ਦੇਈਏ ਇਨਵਾਇਰਮੈਂਟ ਵੱਲ, ਮਾਹੌਲ ਵੱਲ, ਉਹ ਮਾਹੌਲ ਜਿਹਦੇ ਵਿੱਚ ਹਰ ਬੰਦੇ ਦੀ ਜਿਹੜੀ ਪੋਟੈਂਸ਼ੀਅਲ ਆ, ਹਰ ਜਨਾਨੀ ਦੀ, ਹਰ ਬੱਚੇ ਦੀ, ਹਰ ਸਿੱਖ ਦੀ ਜਿਹੜੀ ਪੋਟੈਂਸ਼ੀਅਲ ਆ, ਉਹਨੂੰ ਉਹ ਐਕਸਪਲੋਰ ਕਰ ਸਕੇ। ਜਿਹਨੂੰ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਆ, ਉਹ ਇੱਕ ਐਕਸਪਲੋਸਿਵ ਪਰਸਨੈਲਿਟੀ ਬਣ ਜਾਵੇ। ਜਿਹਨੂੰ ਗੁਰਬਾਣੀ ਕਹਿੰਦੀ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਅਸੀਂ ਦੱਸਣਾ ਨਹੀਂ ਕਿ ਤੇਰਾ ਮੁੱਲ ਕੀ ਆ, ਅਸੀਂ ਵਾਤਾਵਰਣ ਇਹੋ ਜਿਹਾ ਪੈਦਾ ਕਰ ਦਈਏ ਗੁਰਦੁਆਰੇ 'ਚ ਕਿ ਹਰ ਸਿੱਖ ਨੂੰ ਪਤਾ ਲੱਗ ਜਾਵੇ ਕਿ ਮੈਂ ਵਾਹਿਗੁਰੂ ਦੇ ਅੰਸ਼ ਦਾ ਹਿੱਸਾ। ਫਿਰ ਸਾਨੂੰ ਲਵ ਕੁਛ ਦੇ ਬਾਰੇ ਨਹੀਂ ਸੋਚਣਾ ਪਊ। ਵਾਹਿਗੁਰੂ ਦਾ ਅੰਸ਼ ਦੱਸਿਆ ਸਾਨੂੰ ਗੁਰਬਾਣੀ 'ਚ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਓ ਮਾਈ ਮਾਈਂਡ, ਮਨ ਨੂੰ ਫਿਰ ਕਹਿ ਰਹੇ ਹਾਂ, ਕਲੈਰੀਫਾਈ ਕਰ ਲਾ ਇਹ ਕਿ ਤੂੰ ਤਾਂ ਰੱਬ ਦਾ ਅੰਸ਼ ਆ, ਆਪਣਾ ਮੁੱਲ ਪਛਾਣ, ਰੈਕਗਨਾਈਜ਼ ਯੋਰ ਵਰਥ। ਇਹ ਛੋਟੀਆਂ ਮੋਟੀਆਂ ਵਰਥ ਵੱਲ ਨਾ ਜਾਈਂ, ਤੂੰ ਤਾਂ ਸਿੱਧਾ ਰੱਬ ਕੋਲੋਂ ਆਇਆ, ਤੂੰ ਇੱਕ ਡਿਵਾਈਨ ਗਿਫਟ ਹੈਗਾ। ਇਹ ਚੀਜ਼ਾਂ ਦੇ ਮਾਹੌਲ ਪੈਦਾ ਕਰਨ ਲਈ ਸਾਡੇ ਫੰਡਿੰਗ, ਸਾਡਾ ਥੋਟ ਅਤੇ ਸਾਡਾ ਜਿਹੜਾ ਫਿਜ਼ੀਕਲ ਜ਼ੋਰ ਆ ਲੱਗਣਾ ਚਾਹੀਦਾ। ਆਈ ਐਮ ਹੋਪਿੰਗ ਕਿ ਤੁਸੀਂ ਸੰਗਤੀ ਰੂਪ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਵਿਚਾਰੋਂਗੇ, ਕਿਵੇਂ ਹਰ ਘਰ ਦੇ ਵਿੱਚ ਇਹ ਮਾਹੌਲ ਪੈਦਾ ਕੀਤਾ ਜਾ ਸਕਦਾ। ਬਿਕੋਜ਼ ਇਹ ਵਿਜ਼ਨ ਸੀਗੀ ਭਾਈ ਗੁਰਦਾਸ ਜੀ, ਉਹਨਾਂ ਜਿਹੜੀ ਰਿਕਾਰਡ ਕੀਤੀ ਹੈ ਗੁਰੂ ਨਾਨਕ ਸਾਹਿਬ ਦੀ, ਕਿ ਘਰ ਘਰ ਅੰਦਰ ਧਰਮਸਾਲ, ਹਰ ਗੁਰਦੁਆਰੇ ਦੀ ਟ੍ਰੇਨਿੰਗ ਇੰਨੀ ਤਗੜੀ ਹੋਵੇ ਕਿ ਜਿਹੜਾ ਇੱਥੇ ਸੰਗਤੀ ਰੂਪ ਵਿੱਚ ਆ ਰਿਹਾ ਆਪਣੇ ਘਰ ਵਿੱਚ ਜਾ ਕੇ ਉਹ ਜਿਹਾ ਮਾਹੌਲ ਪੈਦਾ ਕਰ ਦੇਵੇ। ਜੇ ਗੁਰਦੁਆਰੇ ਵਿੱਚ ਉਹ ਮਾਹੌਲ ਪੈਦਾ ਕਰਨ ਦੀ ਟ੍ਰੇਨਿੰਗ ਹੈ ਨਹੀਂ, ਫਿਰ ਸਾਡੇ ਘਰਾਂ ਵਿੱਚ ਵੀ ਤੁਹਾਨੂੰ ਪਤਾ ਕਿੰਨੀਆਂ ਜ਼ਬਰਦਸਤ ਤੰਗ ਦਿਲੀਆਂ ਚੱਲ ਰਹੀਆਂ ਨੇ। ਫਿਰ ਅਸੀਂ ਆਪਣੇ ਬੱਚਿਆਂ ਨੂੰ ਹੋਰ ਕੰਟਰੋਲ ਮੈਕਨਿਜ਼ਮ ਵਿੱਚ ਲੈ ਜਾਂਦੇ ਹਾਂ ਕਿਉਂਕਿ ਸਾਨੂੰ ਪਤਾ ਨਹੀਂ ਲੱਗ ਰਿਹਾ। ਦੇ ਲੰਮੀ ਨਜ਼ਰ ਨਿਹਾਲੀਏ ਵਾਲੇ ਕੰਮ ਸਾਡੇ ਕੋਲੋਂ ਨਹੀਂ ਹੋ ਪਾ ਰਹੇ, ਵੱਡੀ ਵਿਜ਼ਨ ਵਾਲੇ ਕੰਮ। ਸੋ ਉਹ ਵੱਡੀ ਵਿਜ਼ਨ ਜਿਹਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਦੀ ਜਿਹੜੀ ਲੀਡਰਸ਼ਿਪ ਆ, ਉਹਦੇ ਵਿੱਚ ਸਿੱਖਾਂ ਨੂੰ ਇੱਕ ਕਿਲ੍ਹੇ ਦੇ ਰੂਪ ਵਿੱਚ ਤਿਆਰ ਕੀਤਾ, ਫਿਰ ਉਹਨਾਂ ਨੂੰ ਖੰਡੇ ਤੋਂ ਅਤੇ ਕਲਮ ਤੋਂ ਦੋਨਾਂ ਕੰਮ ਕਰਨੇ ਸਿਖਾਏ, ਉਹ ਮਾਹੌਲ ਅੱਜ ਸਾਰੇ ਗੁਰਦੁਆਰਿਆਂ ਨੂੰ ਦੁਬਾਰਾ ਦੇਣ ਦੀ ਲੋੜ ਆ। ਫਿਰ ਸਾਡਾ ਗਦਰ ਮੂਵਮੈਂਟ ਵੀ ਚੱਲੂ, ਸਾਡਾ ਅਕਾਲੀ ਬੱਬਰ ਮੂਵਮੈਂਟ ਵੀ ਚੱਲੂ, ਸਾਡਾ ਰੈਨੇਸਾਂਸ ਵੀ ਹੋਊ ਜਿਹਦੇ ਵਿੱਚ ਉਹ ਭਾਈ ਵੀਰ ਸਿੰਘ ਵਰਗੇ ਵੀ ਪੈਦਾ ਹੋਣਗੇ, ਕਾਨ ਸਿੰਘ ਨਾਭਾ ਵਰਗੇ ਵੀ ਪੈਦਾ ਹੋਣਗੇ, ਫਿਰ ਸਾਡੇ ਤਗੜੇ ਕੀਰਤਨੀਏ ਵੀ ਪੈਦਾ ਹੋਣਗੇ। ਸਾਡੇ ਤਗੜੇ ਕੀਰਤਨੀਏ ਹੁਣ ਪੈਦਾ ਨਹੀਂ ਹੋ ਰਹੇ ਕਿਉਂਕਿ ਉਹ ਮਾਹੌਲ ਘੱਟ ਹੈਗਾ,
बस लास्ट रिक्वेस्ट ये कर रहा संगती रूप में कि सिर्फ ते सिर्फ इत्थे सोझी दित्ती जावे इनसाइट्स इत्थे डूज ते डोंट्स दसण दी कोई लोड़ नहीं आ तुसी मर्यादा छाप के दे दो जिहड़ा क्वेश्चन पुछदा कि प्रसाद किवें बनाउणा ते अमृत किवें छकणा ए नहीं कीता जांदा ओह दे दो उहनूं डॉक्यूमेंट 37 पेज ने पढ़ लू आपे इत्थे तां ये गल होवे कि हर बंदे नूं लगे मैं आया अद्धा घंटा बैठे हाँ जद मर्जी आया बट अज मैं कुछ सीख के गया तो मैं अपनी जीवन दे विच कुछ एह जी तब्दीली लैके आनी आ ताकि जब अगली बार मैं मत्था टेका गुरु नूं आके मेरी जिहड़ी सुरत आ उह पिपली ना होवे इक उह डिवेलप सुरत होवे ते जब डिवेलप सुरत गुरु नूं मत्था टेकदी आ फिर गुरु भी त्रुटूगा अज गुरु जे नहीं त्रुट पा रहा या नहीं त्रुट रहा जे सानूं लग रहा इदां दा उह बिकॉज़ साडियां सुरतां ही बड़ियां पिपलियां ने ਉਹ ਸੁਰਤ ਨੂੰ ਡਿਵੈਲਪ ਇੱਥੇ ਜ਼ਰੂਰ ਕਰੀਏ ਅਤੇ ਭਾਈ ਵੀਰ ਸਿੰਘ ਹੋਣਾ ਨੇ ਡੈਫੀਨੇਸ਼ਨ ਹੀ ਸਿੱਖੀ ਦੀ ਇਹ ਦੱਸੀ ਸੀ ਕਿ ਗੁਰਦੁਆਰੇ ਦੇ ਵਿੱਚ ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ ਗੁਰਦੁਆਰੇ ਵਿੱਚ ਟ੍ਰੇਨਿੰਗ ਇਹ ਦਿੱਤੀ ਜਾਂਦੀ ਸੀ ਕਿ ਸੁਰਤ ਨੂੰ ਕਿਵੇਂ ਬਲਵਾਨ ਕਰਨਾ ਉਸ ਬਲਵਾਨ ਸੁਰਤ ਦਾ ਪ੍ਰਤੀਕ ਆ ਕਿ 1984 ਵਿੱਚ ਜਦ ਕੌਮ ਦੇ ਉੱਤੇ ਤੁਸੀਂ ਕਹਿ ਸਕਦੇ ਹੋ ਇੱਕ ਫੋਰਥ ਲਾਰਜੈਸਟ ਆਰਮੀ ਦਾ ਕਿਉਂਕਿ ਇਹ ਨਵੰਬਰ ਦਾ ਵੀ ਮਹੀਨਾ ਅਟੈਕ ਕਰਨ ਦੀਆਂ ਗੱਲਾਂ ਸ਼ੁਰੂ ਹੋਈਆਂ ਤਾਂ ਜਦ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਇੱਕ ਸ਼ਖਸੀਅਤ ਆ ਇੱਕ ਉਹਨਾਂ ਦਾ ਕਿਰਦਾਰ ਆ ਉਹ ਕਿਰਦਾਰ ਜਿਹਦੇ ਵਿੱਚ ਸੁਰਤ ਜਾਗੀ ਹੋਈ ਆ ਜਦ ਉਹਨਾਂ ਨੇ ਪੰਥ ਨੂੰ ਕਿਹਾ ਕਿ ਸਾਨੂੰ ਇਹ ਕੰਮ ਕਰਨ ਦੀ ਲੋੜ ਆ ਅਤੇ ਕਈ ਲੈਵਲਸ 'ਤੇ ਸਿੱਖਾਂ ਨੇ ਇਕੱਠੇ ਹੋ ਕੇ ਉਸ ਗੱਲ ਨੂੰ ਐਡਰੈਸ ਕੀਤਾ ਅਤੇ ਆਪਣੇ ਕੰਮ ਛੱਡ ਕੇ ਦਰਬਾਰ ਸਾਹਿਬ ਗਏ ਇਹ ਟ੍ਰੇਨਿੰਗਸ ਅਸੀਂ ਜ਼ਰੂਰ ਦਈਏ ਆਪਣੇ ਗੁਰਦੁਆਰਿਆਂ ਵਿੱਚ ਤਾਂ ਸਾਡਾ ਗੁਰਦੁਆਰਾ ਆਉਣਾ ਵੀ ਸਫਲ ਆ ਕਮੇਟੀ ਦਾ ਇਹੋ ਜਿਹਾ ਗੁਰਦੁਆਰਾ ਚਲਾਉਣਾ ਵੀ ਸਫਲ ਹੈ ਅਤੇ ਸੰਗਤ ਦਾ ਇਹੋ ਜਿਹੇ ਗੁਰਦੁਆਰੇ ਵਿੱਚ ਤਨੋ ਮਨੋ ਤਨੋ ਸੇਵਾ ਕਰਨੀ ਵੀ ਸਫਲ ਹੈ ਇਹਨਾਂ ਸ਼ਬਦਾਂ ਨਾਲ ਦਾਸ ਖੇਮਾ ਦਾ ਜਾਚਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।